ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ ਅਦਾਬ ਵਰਡਸ, ਮਹਾਂ ਤੁਹਾਡੀ ਹੋਸਟ ਅਨਿਲ ਮੁਕਰਤ, ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 5 ਜਨਵਰੀ 2023 ਪੋਹ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦੇਣ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਾਰ ਕਲੋਨੀ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪੋਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੋਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਅਮਰਜੀਤ ਸਿੰਘ ਚੱਠਾ ਅਤੇ ਗੁਰਲੀਨ ਸਿੰਘ ਚੱਠਾ ਜੀਰਾਂ ਵੱਲੋਂ। ਸੋ ਉਹਨਾਂ ਨੇ TV84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਕਿ ਤੁਸੀਂ ਕੌਮੀ ਘਰ ਦੀ ਪ੍ਰਾਪਤੀ ਲਈ ਸੰਘਰਸ਼ ਦੇ ਹੱਕ ਵਿੱਚ ਨੈਰੇਟਿਵ ਬਿਲਡ ਕਰ ਰਹੇ ਹੋ ਅਤੇ TV84 ਰਾਹੀਂ ਹਕੂਮਤ ਦੀਆਂ ਸਿੱਖ ਅਤੇ ਪੰਜਾਬ ਵਿਰੋਧੀ ਚਾਲਾਂ ਨੂੰ ਬੇਨਕਾਬ ਕਰ ਰਹੇ ਹੋ। ਸੋ ਵਾਹਿਗੁਰੂ ਕਿਰਪਾ ਕਰਨ, TV84 ਨੂੰ ਹੋਰ ਬੁਲੰਦੀਆਂ ਬਖਸ਼ਣ ਅਤੇ ਅਸੀਂ ਹਕੂਮਤ ਦੇ ਝੂਠੇ ਜਿਹੜੇ ਪ੍ਰੋਪੇਗੰਡੇ ਦਾ ਜਵਾਬ ਦੇ ਸਕੀਏ। ਸੋ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਕਿ TV84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪੋਂਸਰਸ਼ਿਪ ਲਈ ਅਸੀਂ ਸਰਦਾਰ ਅਮਰਜੀਤ ਸਿੰਘ ਚੱਠਾ ਅਤੇ ਗੁਰਲੀਨ ਸਿੰਘ ਚੱਠਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੋਂਸਰ ਕਰੋ। ਸਪੋਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ ਵਟਸਐਪ ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਸ਼ੁਰੂਆਤ ਕਰਾਂਗੇ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸੋ ਅੱਜ 23 ਪੋਹ 5 ਜਨਵਰੀ ਨੂੰ ਨੀਲੇ ਦੇ ਸ਼ਾਹ ਸਵਾਰ ਬਾਜਾਂ ਵਾਲੇ ਸਰਬੰਸ ਦਾਨੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਅਤੇ TV84 ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਵਿਊਅਰਸ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਮੁੱਚਾ ਜੀਵਨ ਇੱਕ ਕ੍ਰਿਸ਼ਮਾ ਸੀ, ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਵਰਜੀਨੀਆ ਤੋਂ ਸਾਡੇ ਵੀਰ ਅਮਰਜੀਤ ਸਿੰਘ ਚੱਠਾ ਔਰ ਉਹਨਾਂ ਦੇ ਸਪੁੱਤਰ ਗੁਰਲੀਨ ਸਿੰਘ ਚੱਠਾ, ਜਿਨ੍ਹਾਂ ਨੂੰ ਪਿਆਰ ਨਾਲ ਗੈਰੀ ਕਰਕੇ ਬੁਲਾਇਆ ਜਾਂਦਾ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਚੱਠਾ ਪਰਿਵਾਰ ਪਿਛਲੇ 30 ਸਾਲ ਤੋਂ ਪੰਥ ਦੇ ਹਰ ਪਿੜ ਦੇ ਵਿੱਚ, ਇਹੀ ਨਹੀਂ ਕਿ ਉਹ ਸਾਡੇ ਨਾਲ ਪਿਆਰ ਕਰਦੇ ਨੇ, ਕੋਈ ਵੀ ਸਿੱਖੀ ਦੀ ਗੱਲ ਕਰਦਾ, ਸਿੱਖੀ ਦੇ ਕੰਮ ਲਈ ਅੱਗੇ ਆਉਂਦਾ, ਉਸਦੀ ਖੁੱਲ੍ਹ ਕੇ ਹਮਾਇਤ ਕਰਦੇ ਨੇ। ਸਾਡੇ ਲਈ ਤਾਂ ਇਹ ਪਰਿਵਾਰ ਨਾਲੋਂ ਵੀ ਜ਼ਿਆਦਾ ਅਜ਼ੀਜ਼ ਨੇ, ਕਿਉਂਕਿ ਨਿੱਜੀ ਤੌਰ ਦੇ ਉੱਤੇ ਵੀ ਸਾਡੇ ਹਮੇਸ਼ਾ ਦੁੱਖ ਸੁੱਖ ਦੇ ਸਾਥੀ ਨੇ ਔਰ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਚੈਲੰਜ ਹੈ ਕੌਮ ਦੇ ਸਾਹਮਣੇ ਉਹ ਬਹੁਤ ਵੱਡਾ ਹੈ। ਦੁਸ਼ਮਣ ਸਾਡਾ ਬਹੁਤ ਚਲਾਕ, ਜ਼ਾਲਮ ਔਰ ਰੀਸੋਰਸਫੁੱਲ ਹੈ ਔਰ ਅਸੀਂ ਤਾਂ ਫਕੀਰਾਂ ਵਾਂਗ ਜਿਵੇਂ ਇੱਕ ਖਾਲੀ ਹੱਥੀਂ ਨੰਗੇ ਧੜ ਲੜਨ ਵਾਲੀ ਗੱਲ ਹੈ, ਪਰ ਸਾਨੂੰ ਹਮੇਸ਼ਾ ਇਸ ਗੱਲ ਦਾ ਫਖਰ ਹੈ, ਮਾਣ ਹੈ ਕਿ ਸੱਚ ਹੱਕ ਇਨਸਾਫ਼ ਦੇ ਰਸਤੇ 'ਤੇ ਤੁਰਦੇ ਹਾਂ, ਜਿੱਥੇ ਗੁਰੂ ਦਾ ਮੇਰਾ ਭਰਿਆ ਹੱਥ ਹਮੇਸ਼ਾ ਪੰਥ ਦੇ ਸਿਰ 'ਤੇ ਹੈ, ਉੱਥੇ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ ਔਰ ਪਾਵਰ ਭਾਵੇਂ ਕਿਸੇ ਕੋਲ ਜਿੰਨੀ ਮਰਜ਼ੀ ਹੋਏ, ਅੰਨੀਆਂ ਤਾਕਤਾਂ ਰੱਖਣ ਵਾਲੇ ਵੀ ਅਲਟੀਮੇਟਲੀ ਇਸ ਦੁਨੀਆਂ ਤੋਂ ਤੁਰ ਜਾਂਦੇ ਨੇ, ਉਹਨਾਂ ਦਾ ਖਾਤਮਾ ਹੁੰਦਾ ਹੈ ਔਰ ਰੱਬ ਦੀ ਦਰਗਾਹ ਦੇ ਅੰਦਰ ਵੀ ਉਹਨਾਂ ਦਾ ਕੂੜਾਪਨ ਜ਼ਾਹਰ ਹੁੰਦਾ ਹੈ ਔਰ ਗੁਰੂ ਦੇ ਹਜ਼ੂਰ ਅਲਟੀਮੇਟਲੀ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਏ ਕੂੜਿਆਰ, ਮੂੰਹ ਕਾਲੇ ਦੋ ਜ਼ਖ ਚਾਲਿਆ। ਉਹਨਾਂ ਦੇ ਲਈ ਇੱਥੇ ਵੀ
ਦੋਜ਼ਖ ਵਾਂਗ ਉਹ ਆਪਣੇ ਹੀ ਗੁਨਾਹ ਦੇ ਉਸ ਅੱਗ ਦੇ ਵਿੱਚ ਸੜ ਰਹੇ ਹੁੰਦੇ ਨੇ ਰੱਬ ਦੀ ਦਰਗਾਹ 'ਚ ਵੀ ਕਿਉਂਕਿ ਉੱਥੇ ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਸੋ ਇਹ ਸਾਡੀ ਸਟਰੈਂਥ ਹੈ ਪਰ ਇਹ ਸਾਰੇ ਸਾਡੇ ਵੀਰ ਭੈਣਾਂ ਜਿਹੜੇ ਸਾਡੇ ਨਾਲ ਤੁਰਦੇ ਨੇ ਖੜਦੇ ਨੇ ਇਹ ਸਾਡਾ ਸਰਮਾਇਆ ਨੇ ਔਰ ਸਾਡਾ ਰੋਮ ਰੋਮ ਇਹਨਾਂ ਸਭ ਦਾ ਰਿਣੀ ਅੱਜ 5 ਜਨਵਰੀ 23 ਪੋ ਔਰ 357 ਵਰੇ ਪਹਿਲਾਂ ਠੀਕ ਅੱਜ ਤੋਂ ਪਟਨਾ ਸਾਹਿਬ ਦੀ ਧਰਤੀ ਤੇ ਜਿਸ ਦਾ ਕਦੇ ਨਾਂ ਪਾਟਲੀ ਪੁੱਤਰ ਸੀ ਅਸ਼ੋਕ ਜਦੋਂ ਕਿ ਉਸ ਖਿੱਤੇ ਦੇ ਮਸ਼ਹੂਰ ਰੂਲਰਸ ਦੀ ਗੱਲ ਹੁੰਦੀ ਹੈ ਤੇ ਫਿਰ ਜ਼ਾਹਰਾ ਤੌਰ ਦੇ ਉੱਤੇ ਅਸ਼ੋਕ ਦਾ ਨਾਂ ਬਹੁਤ ਵੱਡਾ ਨਾਂ ਹੈ ਔਰ ਉਹ ਅਸ਼ੋਕ ਜਿਸ ਨੇ ਕਲਿੰਗਾ ਦੀ ਲੜਾਈ ਦੇ ਵਿੱਚ ਜਿਹੜਾ ਕਲਿੰਗਾ ਅੱਜ ਦਾ ਉੜੀਸਾ ਉਸ 'ਚ ਖੂਨ ਖਰਾਬਾ ਦੇਖ ਕੇ ਆਪਣੀ ਤਲਵਾਰ ਜ਼ਮੀਨ 'ਤੇ ਰੱਖ ਦਿੱਤੀ ਸੀ ਔਰ ਅਹਿੰਸਾ ਵਾਲੇ ਬੁੱਧ ਧਰਮ ਵੱਲ ਉਹ ਮੁੜਿਆ ਸੀ ਜਿਸ ਦਾ ਮੈਸੇਜ ਅਹਿੰਸਾ ਪਰਮੋ ਧਰਮਾ ਸੀ ਔਰ ਉਸ ਅਸ਼ੋਕ ਦੇ ਵੱਡੇ ਸਾਮਰਾਜ ਦੀ ਰਾਜਧਾਨੀ ਪਾਟਲੀ ਪੁੱਤਰ ਸੀ ਪਰ ਉਸੇ ਹੀ ਪਾਟਲੀ ਪੁੱਤਰ ਦੀ ਧਰਤੀ 'ਤੇ 357 ਵਰੇ ਪਹਿਲਾਂ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਔਰ ਉਹ ਪਾਤਸ਼ਾਹ ਜਿਨ੍ਹਾਂ ਦੇ ਹੱਥ 'ਚ ਹੀ ਕਿਰਪਾਨ ਨਹੀਂ ਹੈ ਸਗੋਂ ਉਹ ਖਾਲਸਾ ਪੰਥ ਸਾਜਦੇ ਨੇ ਜਿਸ ਦੇ ਗਾਤਰੇ ਹਮੇਸ਼ਾ ਲਈ ਕਿਰਪਾਨ ਹੈ ਕਿਰਪਾ ਅਤੇ ਆਨ ਕਿ ਇਹ ਆਨ ਅਣਖ ਗੈਰਤ ਲਈ ਇਨਸਾਨੀ ਕਦਰਾਂ ਕੀਮਤਾਂ ਲਈ ਇਨਸਾਨ ਦੇ ਅੰਦਰ ਜਿੱਥੇ ਪਿਆਰ ਰੁਮਕਣਾ ਚਾਹੀਦਾ ਹੈ ਪਰ ਪਿਆਰ ਨਾਲ ਰੁਮਕਦੇ ਇਨਸਾਨ ਕਦੇ ਜ਼ਬਰ ਜ਼ੁਲਮ ਜ਼ੋਰ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ ਸੋ ਆਨ ਅਣਖ ਦੀ ਪ੍ਰਤੀਕ ਕਿਰਪਾਨ ਵਾਲੇ ਪਾਤਸ਼ਾਹ ਉਸ ਨਗਰ ਦੇ ਅੰਦਰ ਹੀ ਪ੍ਰਕਾਸ਼ਮਾਨ ਹੁੰਦੇ ਨੇ ਜਿੱਥੇ ਸੈਂਕੜਿਆਂ ਵਰੇ ਪਹਿਲਾਂ ਥੱਕ ਟੁੱਟ ਕੇ ਮਨੋ ਹਾਰ ਕੇ ਅਸ਼ੋਕ ਨੇ ਆਪਣੀ ਤਲਵਾਰ ਸੁੱਟ ਦਿੱਤੀ ਸੀ ਸੋ 10ਵੇਂ ਪਾਤਸ਼ਾਹ ਦਾ ਕ੍ਰਿਸ਼ਮਾ ਤਾਂ ਜੀਵਨ ਦਾ ਇੱਥੋਂ ਸ਼ੁਰੂ ਹੋ ਜਾਂਦਾ ਹੈ ਔਰ ਜੇ ਅਸੀਂ ਉਹਨਾਂ ਦੇ ਜੀਵਨ ਦੇ ਲਗਭਗ 42 ਵਰੇ ਜਿਹੜੀ ਉਹਨਾਂ ਦੀ ਹਯਾਤੀ ਦੁਨਿਆਵੀ ਅੱਖਾਂ ਨਾਲ ਹੈ ਤੇ ਉਹਨਾਂ ਦਾ ਜੀਵਨ ਆਲਮੋਸਟ 4 ਦਰਿਆਵਾਂ ਦੇ ਕੰਢੇ ਵੱਡੇ ਪੈਮਾਨੇ ਦੇ ਉੱਤੇ ਵਕਤ ਗੁਜ਼ਰਦਾ ਹੈ ਉਹ ਗੰਗਾ ਦਾ ਕੰਢਾ ਪਟਨਾ ਦੀ ਧਰਤੀ ਜਿੱਥੇ ਚੋਜੀ ਪ੍ਰੀਤਮ ਔਰ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਾਲ ਲੀਲਾ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਉਹ ਚੋਜੀ ਪ੍ਰੀਤਮ ਉਸ ਗੰਗਾ ਦੇ ਕੰਢੇ ਦੁਨੀਆਂ ਨੂੰ ਦੱਸ ਰਹੇ ਨੇ ਕਿ ਇਹ ਗੰਗਾ ਕੋਈ ਪਾਪਾਂ ਨੂੰ ਧੋਣ ਵਾਲੀ ਨਹੀਂ ਹੈ ਇੱਥੇ ਜੇ ਤਿਆਗ ਨਹੀਂ ਹੈ ਤਾਂ ਫਿਰ ਸਾਰਾ ਫਰਾਡ ਹੈ ਔਰ ਅਸੀਂ ਜਦੋਂ ਉਹਨਾਂ ਦੇ ਬਚਪਨ ਦੇ ਵਾਕਿਆਤ ਤੋਂ ਦੇਖਦੇ ਹਾਂ ਕਿ ਜੇ ਉਹਨਾਂ ਦੇ ਦੋ ਹੱਥਾਂ 'ਚ ਸੋਨੇ ਦੇ ਕੰਗਣ ਨੇ ਇੱਕ ਉਹ ਗੰਗਾ ਦੇ ਵਿੱਚ ਸੁੱਟ ਆਉਂਦੇ ਨੇ ਛੱਡ ਆਉਂਦੇ ਨੇ ਮਾਂ ਲੈ ਕੇ ਆਉਂਦੀ ਹੈ ਕਿ ਭਾਈ ਕਿੱਥੇ ਸੁੱਟਿਆ ਕੰਗਣ ਅਤੇ ਦੂਜਾ ਵੀ ਲਾ ਕੇ ਸੁੱਟਦੇ ਨੇ ਕਿ ਮਾਂ ਉੱਥੇ ਸੁੱਟਿਆ ਸੋ ਇਹ ਹੈ ਵੀ ਇੱਕ ਪਾਸੇ ਉਸੇ ਹੀ ਗੰਗਾ ਦੇ ਕੰਢੇ ਜਿੱਥੋਂ ਗੰਗਾ ਸ਼ੁਰੂ ਹੁੰਦੀ ਹੈ ਬਾਹਮਣ ਆ ਕੇ ਬੈਠੇ ਨੇ ਪੱਕੇ ਤੌਰ ਦੇ ਉੱਤੇ ਹਰ ਤੀਰਥ ਬਣਾ ਦਿੱਤਾ ਜਿੱਥੋਂ ਤੋਂ ਗੰਗਾ ਜਾਂਦੀ ਹੈ ਅਤੇ ਇੱਥੇ ਗੁਰੂ ਨੇ ਇਹ ਮੈਸੇਜ ਦਿੱਤਾ ਕਿ ਭਾਈ ਇਹ ਗੰਗਾ ਜਿਹੜੀ ਹੈ ਇਹ ਤਿਆਗ ਸਿਖਾਉਣਾ ਚਾਹੀਦਾ ਹੈ ਇਸ ਨੂੰ ਇੱਥੇ ਤਾਂ ਲਾਲਚ ਦੇ ਇਹ ਲੋਕ ਆ ਕੇ ਬੈਠੇ ਨੇ ਸੋ ਬਚਪਨ ਦੇ 5 ਸਾਲ ਉਹਨਾਂ ਦੇ ਗੰਗਾ ਦੇ ਕੰਢੇ ਗੁਜ਼ਰਦੇ ਨੇ ਆਪਣੇ ਪਿਤਾ ਮਾਤਾ ਦੇ ਨਾਲ ਉਹਨਾਂ ਦਾ ਮੇਲ ਜਦੋਂ ਉਹ 5 ਸਾਲ ਦੇ ਨੇ ਔਰ ਅਨੰਦਪੁਰ ਸਾਹਿਬ ਦੇ ਉਸ ਮੁਕਾਮ 'ਤੇ ਚੱਕ ਨਾਨਕੀ ਕਰਕੇ ਜਿਸ ਨੂੰ ਵਸਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਉੱਥੇ ਆਨੰਦ ਦੀਆਂ ਛੈਬਰਾਂ ਲਾਈਆਂ ਔਰ ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਆਪਣੀ ਟੈਸਟੀਮਨੀ ਹੈ ਕਿ ਮਦਰ ਦੇਸ਼ ਹਮ ਕੋ ਲੈ ਆਏ ਪਹਿਲਾਂ ਤਾਂ ਇਹ ਕਿਤੇ ਹੀ ਪ੍ਰਕਾਸ਼ ਹਮਾਰਾ ਭਿਓ ਪਟਨਾ ਸ਼ਹਿਰ ਵਿਖੇ ਪਵ ਲਿਓ ਪਰ ਫਿਰ ਉੱਥੋਂ ਜਿਹੜੀ ਟਰਾਂਜੀਸ਼ਨ ਹੈ ਉੱਥੋਂ ਮੂਵ ਹੈ ਉਹ ਇਹੀ ਹੈ ਮਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਂਤ ਦਾਇਨ ਦੁਲਰਾਏ ਹੁਣ ਪੰਜਾਬ ਦਾ ਇੱਕ ਪੁਰਾਣਾ ਨਾਂ ਜਿਹੜਾ ਉਹ ਮਦਰ ਦੇਸ਼ ਵੀ ਸੀ ਕਿ ਫਿਰ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਪਨ ਦੇ ਚੋਜਾਂ 'ਚੋਂ ਇਕਦਮ ਜਦੋਂ ਉਹ 4 ਵਰੇ ਹੋਰ 9 ਸਾਲ ਦੀ ਉਮਰ ਤੱਕ ਪਹੁੰਚਦੇ ਨੇ ਫਿਰ ਇਤਿਹਾਸ ਉਸ ਕ੍ਰਿਸ਼ਮੇ ਨੂੰ ਅੰਕਿਤ ਕਰਦਾ ਕਸ਼ਮੀਰੀ ਪੰਡਤਾਂ ਦੀ ਆਮਦ ਭਾਰਤ ਦੇ ਵਿੱਚ ਫੈਲਿਆ ਹੋਇਆ ਮਜ਼ਹਬੀ ਜਨੂੰਨ ਹਾਕਮਾਂ ਦਾ ਔਰ ਉਸ ਤੋਂ ਪੀੜਤ ਲੋਕ ਔਰ 9 ਵਰੇ ਦੇ ਬਾਲਾ ਪ੍ਰੀਤਮ ਜਦੋਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਕਹਿੰਦੇ ਨੇ ਕਿ ਜਾਓ ਇਹਨਾਂ ਦੇ ਲਈ ਔਰ ਇਹ ਕਿ ਕੋਈ ਮਹਾਂਪੁਰਖ ਦਾ ਜੀਵਨ
ਕੁਰਬਾਨ ਹੋਏ ਲੋਕਾਂ ਦੇ ਅੰਦਰ ਗੈਰਤ ਜਾਗੇ ਤੇ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੈ ਕਿਉਂਕਿ ਕੁਛ ਚੀਜ਼ਾਂ ਰਵਾਇਤੀ ਨੇ ਇਹ ਜ਼ਰੂਰੀ ਹੈ ਜਦੋਂ ਅੱਜ ਅਸੀਂ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਯਾਦ ਕਰ ਰਹੇ ਹਾਂ ਦੁਨੀਆ ਭਰ ਦੇ ਵਿੱਚ ਜਿਹੜਾ 5 ਜਨਵਰੀ ਬੇਸ਼ੱਕ ਇਸ ਤੋਂ ਪਹਿਲਾਂ ਦਸੰਬਰ ਦੇ ਅਖੀਰਲੇ ਦਿਨਾਂ 'ਚ ਵੀ ਹਿੰਦੂ ਕੈਲੰਡਰ ਮੁਤਾਬਕ ਕੁਛ ਥਾਵਾਂ ਦੇ ਉੱਤੇ ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿੱਥੇ ਖਾਲਸਾ ਆਪਣੀ ਆਈਡੈਂਟੀ ਆਪਣੇ ਘਰ ਦੀ ਲੜਾਈ ਲੜ ਰਿਹਾ ਉੱਥੇ ਕਈ ਵਾਰ ਅਸੀਂ ਇੱਕ ਜਿੱਤੀ ਬਾਜ਼ੀ ਨੂੰ ਵੀ ਬੈਕ ਸਟੈਪ 'ਤੇ ਸਾਡਾ ਇੱਕ ਤਬਕਾ ਲੈ ਗਿਆ 2003 'ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ 2010 ਤੱਕ 7 ਸਾਲ ਲਗਾਤਾਰਤਾ ਦੇ ਨਾਲ ਔਰ ਹਰ ਥਾਂ ਡੇਟਸ ਫਿਕਸ ਸੀ ਲੇਕਿਨ ਕਿਵੇਂ ਫਿਰ RSS ਦੇ ਇੰਪੈਕਟ ਥੱਲੇ ਜਿਹਨੂੰ ਹੁਣ ਸਾਡੇ ਸਾਹਮਣੇ ਆ ਕਿ ਕੌਣ ਕਲਾਕਾਰ ਨੇ ਜਿਹਨਾਂ ਨੇ ਰਿਵਰਸ ਗੇਅਰ ਲਵਾਇਆ ਤੇ ਨਾਨਕਸ਼ਾਹੀ ਦੇ ਲੇਬਲ ਦੇ ਥੱਲੇ ਹਿੰਦੂ ਕੈਲੰਡਰ ਪਰੋਸ ਦਿੱਤਾ ਗਿਆ ਔਰ ਹੁਣ ਜਦੋਂ ਕਿ ਜਿਹੜੇ ਮੂਲ ਕੈਲੰਡਰ ਦੇ ਨਾਲ ਸਟਿੱਕ ਕਰਨ ਵਾਲੇ ਨੇ ਔਰ ਅਸੀਂ ਤਾਂ ਪਹਿਲੇ ਦਿਨ ਜਦੋਂ ਅਸੀਂ 2012 ਦੇ ਵਿੱਚ TV84 ਦੀ ਸ਼ੁਰੂਆਤ ਕੀਤੀ ਤੇ ਇੱਕ ਗੱਲ ਅਸੀਂ ਬਿਲਕੁਲ ਸਪਸ਼ਟ ਕਰ ਦਿੱਤੀ ਸੀ ਕਿ ਤਰੀਕਾਂ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 2003 ਔਰ ਜਿਹੜੇ ਧਾਰਮਿਕ ਮਾਮਲੇ ਨੇ ਉਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ ਉਸ ਦੇ ਅਨੁਸਾਰ ਹੀ ਵਿਚਾਰਾਂਗੇ ਹਾਲਾਂ ਇਸ ਪੀਰੀਅਡ ਦੇ ਵਿੱਚ ਕਈ ਕੁਛ ਹੋਇਆ ਅਪਹੀਵਲ ਅਸੀਂ ਇਹ ਵੀ ਨਹੀਂ ਹੈ ਕਿ ਅਸੀਂ ਕਿਸੇ ਦੇ ਨਾਲ ਉਲਝਣਾ ਚਾਹੁੰਦੇ ਹਾਂ ਪਰ ਇਹ ਸਾਡੀ ਪੋਲਿਸੀ ਲਾਈਨ ਔਰ ਇਹਦੇ ਨਾਲ ਹੀ ਸਾਡਾ ਇਹ ਕਲੀਅਰ ਲਾਈਨ ਸੀ ਕਿ ਕੋਈ ਵੀ ਜੰਤਰ ਮੰਤਰ ਤੰਤਰ ਵਾਲੇ ਕਿਸੇ ਦੀਆਂ ਐਡਾਂ ਕਿਸੇ ਦੀ ਇਨਕਰੇਜਮੈਂਟ ਇਸ ਪਲੇਟਫਾਰਮ ਤੋਂ ਨਹੀਂ ਹੋਏਗੀ ਅਸੀਂ ਗੁਰੂ ਦੀ ਭੈ ਭਾਵਨੀ 'ਚ ਕਹਿ ਸਕਦੇ ਹਾਂ ਕਿ ਇਹਨਾਂ 10 ਵਰ੍ਹਿਆਂ ਦੇ ਅੰਦਰ ਅਸੀਂ ਜਿਹਨਾਂ ਮੂਲ ਵੈਲਿਊਜ਼ ਨੂੰ ਸਟਿੱਕ ਕਰਕੇ ਇਸ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦੇ ਨਾਲ ਅਸੀਂ ਖੜ੍ਹੇ ਸੋ ਜਦੋਂ ਅਸੀਂ ਦਸਵੇਂ ਪਾਤਸ਼ਾਹ ਦੀ ਜੀਵਨ ਲੀਲਾ ਵੱਲ ਨਜ਼ਰ ਮਾਰਦੇ ਹਾਂ ਵੈਸੇ ਹੈ ਵੀ ਇਹ ਲੀਲਾ ਲੀਲਾ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਸਾਡੀਆਂ ਅੱਖਾਂ ਜੋ ਇੱਕ ਪਾਰਟ ਦੇਖ ਰਹੀਆਂ ਹੁੰਦੀਆਂ ਨੇ ਲੇਕਿਨ ਉਹਦੇ ਪਿੱਛੇ ਇੱਕ ਕੌਤਕ ਉਹ ਅਗੰਮੀ ਕੌਤਕ ਔਰ ਇਹ ਜਿਹਦੇ ਨਾਲ ਤੁਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਹ ਭਾਈ ਗੁਰਦਾਸ ਸਿੰਘ ਇੱਕ ਸ਼ਾਇਰ ਹੋਏ ਨੇ ਇਹ ਇੱਕ ਬਹੁਤ ਵਾਰੀ ਬਹੁਤਿਆਂ ਨੂੰ ਲੱਗਦਾ ਕਿ ਸ਼ਾਇਦ ਇਹ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਦਿ ਬੀੜ ਲਿਖੀ ਔਰ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ ਉਹਨਾਂ ਦੀ ਹੈ ਕਿਉਂਕਿ ਕਈ ਵਾਰ ਉਹ ਲਿਖਿਆ ਹੀ ਉਵੇਂ ਜਾਂਦਾ ਹੈ ਔਰ ਕਈਆਂ ਨੇ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਹੀ ਭਾਈ ਗੁਰਦਾਸ ਸਿੰਘ ਦੀ ਵਾਰ ਵੀ ਸ਼ਾਮਿਲ ਕਰ ਦਿੱਤੀ ਲੇਕਿਨ ਇਹ ਆਪਣੇ ਆਪ ਦੇ ਵਿੱਚ ਬੇਸ਼ੱਕ ਇੱਕ ਸ਼ਾਇਰ ਦਾ ਤਸੱਵਰ ਹੈ ਲੇਕਿਨ ਇਹ ਕੰਪਲੀਟਲੀ ਜਿਹੜਾ 2 ਲਾਈਨਾਂ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਕਿ ਭਾਈ ਉਹ ਗੁਰੂ ਕਲਗੀਧਰ ਉਹ ਪੁਰਖ ਜਦੋਂ ਹੁਣ ਅਸੀਂ ਰੱਬ ਦੇ ਲਈ ਲਫ਼ਜ਼ ਕਰਤਾ ਪੁਰਖ ਇਸਤੇਮਾਲ ਕਰਦੇ ਹਾਂ ਬੇਸ਼ੱਕ ਪੁਰਖ ਪੁਰਸ਼ ਦੀ ਸੈਂਸ ਦੇ ਵਿੱਚ ਹੈ ਆਮ ਜ਼ਬਾਨ ਦੇ ਵਿੱਚ ਮੇਲ ਦੇ ਲਈ ਇਸਤੇਮਾਲ ਹੁੰਦਾ ਲੇਕਿਨ ਰੂਹਾਨੀਅਤ ਦੇ ਵਿੱਚ ਜਦੋਂ ਅਸੀਂ ਕਰਤਾ ਪੁਰਖ ਦੀ ਥਾਂ ਕਈ ਵਾਰ ਇਕੱਲਾ ਪੁਰਖ ਵੀ ਕਹਿੰਦੇ ਹਾਂ ਸੋ ਇਹ ਜਦੋਂ ਪ੍ਰਗਟਿਓ ਹੁਣ ਇੱਕ ਪੈਦਾ ਹੋਣਾ ਹੁੰਦਾ ਇੱਕ ਜਿਹੜਾ ਰਵੀਲ ਹੁੰਦਾ ਪ੍ਰਗਟ ਹੋਣਾ ਰਵੀਲ ਹੈ ਇਸ ਲਈ ਖਾਲਸਾ ਸਾਜਨਾ ਅਸੀਂ ਕਹਿੰਦੇ ਹਾਂ ਪਰ ਖਾਲਸਾ ਪ੍ਰਗਟ ਦਿਵਸ ਹੈ ਜਾਂ ਅਸੀਂ ਹੁਣ ਗੁਰੂ ਸਾਹਿਬ ਦੇ ਨਾਲ ਜਿਹੜਾ ਇੱਕ ਜ਼ਮਾਨਾ ਸੀ ਕਿ ਅਵਤਾਰ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਸੀ ਹਿੰਦੂਆਇਜ਼ਡ ਪ੍ਰਭਾਵ ਦੇ ਥੱਲੇ ਵੀ ਕੁਛ ਲੇਕਿਨ ਹੁਣ ਅਸੀਂ ਪ੍ਰਕਾਸ਼ ਦਿਵਸ ਕਹਿੰਦੇ ਹਾਂ ਪ੍ਰਕਾਸ਼ ਇਲਿਊਮੀਨੇਸ਼ਨ ਹੈ ਰੋਸ਼ਨੀ ਹੈ ਨੂਰ ਹੈ ਕਿਉਂਕਿ ਜੇ ਅਸੀਂ ਵਰਲਡਲੀ ਅਵਤਰਿਤ ਦੇ ਨਾਲ ਜੋੜਦੇ ਹਾਂ ਤੇ ਫਿਰ ਉਹ ਤਾਂ ਜਨਮ ਮਰਨ ਦੇ ਗੇਟ 'ਚ ਵਾੜਾ ਹੁੰਦਾ ਜਿਹੜਾ ਵੀ ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਵੀ ਕਰਵਾਈ ਕਿ ਭਾਈ ਸੋ ਮੁੱਖ ਜਲੇ ਜਿੱਤ ਕਹੇ ਠਾਕਰ ਜੋਨੀ ਕਿ ਉਹ ਮੂੰਹ ਸੜ ਜਾਏ ਜਿਹੜਾ ਇਹ ਕਹਿੰਦਾ ਕਿ ਰੱਬ ਜੂਨ ਦੇ ਵਿੱਚ ਆਉਂਦਾ ਔਰ ਇਹ ਗੱਲ ਬਿਲਕੁਲ ਸਾਡੇ ਮੁੱਢਲੇ ਜਿਹੜਾ ਮੂਲ ਮੰਤਰ ਹੈ ਉਸ ਦੇ ਵਿੱਚ ਇਹ ਗੱਲ ਜਦੋਂ ਗੁਰੂ ਸਾਹਿਬ ਨੇ ਯਾਦ ਕਹਾਣੀ ਕਰਵਾਈ ਅਜੂਨੀ ਕਿ ਰੱਬ ਜੂਨ ਦੇ ਵਿੱਚ ਨਹੀਂ ਹੈ ਜੂਨ ਫਾਰਮ ਆਫ ਲਾਈਫ ਹੈ ਕਿ ਉਹ ਪੁਰਖ ਹੈ ਮਰਦ ਹੈ ਹੁਣ ਮਰਦ ਆਮ ਨਹੀਂ ਵੈਸੇ ਤਾਂ ਜਿਵੇਂ ਪੁਰਖ ਔਰ ਇਸਤਰੀ ਨੇ ਮਰਦ ਔਰ ਇਸਤਰੀ ਨੇ ਮਰਦ ਅਗੰਮੜਾ ਅਗੰਮ ਅਸੀਂ ਉਸ ਦੁਨੀਆਂ ਨੂੰ ਕਹਿੰਦੇ ਹਾਂ ਜਿਹਦਾ ਕੋਈ ਜਿਸ ਦੀ ਕੋਈ ਹੱਦ ਨਹੀਂ ਹੈ ਉਸ ਰੱਬ ਦਾ ਗੁਣ ਹੀ ਜਿਹੜਾ ਉਹ ਅਸੀਂ ਜਦੋਂ ਅਗੰਮ ਅਗੋਚਰ ਅਲੱਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੇਯਲ ਭਰਪੁਰ ਲੀਣਾ ਘੱਟ ਘੱਟ ਜੋਤ ਤੁਮਾਰੀ ਹੁਣ ਉਹ ਵਾਹਿਗੁਰੂ ਅਗੰਮ ਹੈ ਔਰ ਇਹ ਅਗੰਮ ਦੇ ਦੇਸ਼ 'ਚੋਂ ਆਏ ਪੁਰਖ ਜਿਹੜੇ ਪ੍ਰਗਟ ਹੁੰਦੇ ਨੇ ਵਹਿ ਪ੍ਰਗਟਿਓ ਪੁਰਖ ਅਗੰਮੜਾ ਵਰਿਆਮ
ਹੁਣ ਵਰਿਆਮ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਸੂਰਮ ਗਤੀ ਦੇ ਲਈ, ਸੂਰਮੇ ਲਈ, ਯੋਧੇ ਲਈ ਲਫ਼ਜ਼ ਹੈ। ਪਰ ਇਹ ਬਹੁਤ ਸਾਰੇ ਸੂਰਮੇ ਹੋਣਗੇ, ਪਰ ਵਰਿਆਮ ਇਕੱਲਾ ਯੂਨੀਕ ਕਿ ਇਸ ਬਹਾਦਰੀ ਦੇ ਨਾਲ, ਇਸ ਵਰਿਆਮਤਾ ਦੇ ਨਾਲ ਹੋਰ ਕਿਸੇ ਦਾ ਮੈਚ ਨਹੀਂ ਹੈ। ਔਰ ਇਹ ਸਭ ਬਿਆਨਣ ਤੋਂ ਬਾਅਦ ਕਿ ਉਹ ਪੁਰਖ ਦੇ ਸਾਜੇ ਹੋਏ ਅਗੰਮੀ ਮਨੁੱਖ, ਉਹਨਾਂ ਦਾ ਯੂਨੀਕ ਬਰੇਵਰੀ, ਪਰ ਉਹਨਾਂ ਦੀ ਜਦੋਂ ਅਸੀਂ ਹਿਊਮਿਲਿਟੀ ਦੇ ਵਿੱਚ ਆ ਕੇ ਗੱਲ ਕਰਦੇ ਹਾਂ ਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਗੁਰੂ ਵੀ ਨੇ ਤੇ ਚੇਲੇ ਵੀ ਨੇ। ਹੁਣ ਇਹ ਜ਼ਾਹਰ ਹੈ ਕਿ ਵੀ ਇਹ ਵੈਸੇ ਤਾਂ ਕੰਟੀਨਿਊਟੀ ਹੈ ਸਿੱਖ, ਜਦੋਂ ਅਸੀਂ ਗੁਰੂ ਸਾਹਿਬਾਨ ਵੱਲੋਂ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਥਾਪਦੇ ਨੇ ਤੇ ਫਿਰ ਉਹ ਉਹਨਾਂ ਦੇ ਚੇਲਾ ਬਣ ਕੇ ਹੀ ਆਏ, ਭਾਈ ਲਹਿਣਾ ਜੀ ਸਿੱਖ ਬਣ ਕੇ। ਔਰ ਜਦੋਂ ਗੁਰੂ ਨਾਨਕ ਉਹਨਾਂ ਦੇ ਅੰਦਰ ਬੈਠ ਜਾਂਦੇ ਨੇ ਤਾਂ ਉਹਨਾਂ ਦੇ ਅੱਗੇ ਸੀਸ ਝੁਕਾ ਦਿੰਦੇ ਨੇ। ਸੋ ਇਹ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ, ਔਰ ਸਹਿ ਟਿੱਕਾ ਦਿੱਤੋ ਸ ਜੀਵਦੇ ਆ, ਇਹ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਜਿਹੜੀ ਹੈ ਭਾਈ ਲਹਿਣਾ ਜੀ ਦੇ ਸਿਰ ਤੇ ਉਹ ਦਿਓਰੀ ਫਿਰਦੀ ਹੈ। ਔਰ ਭਾਈ ਲਹਿਣਾ ਜੀ ਜਿਹੜੇ ਨੇ ਉਹ ਗੁਰੂ ਰੂਪ ਹੋ ਕੇ, ਅੰਗਦ ਲਫ਼ਜ਼ ਵੀ ਉਹਨਾਂ ਦਾ ਆਇਆ ਕਿ ਗੁਰੂ ਨਾਨਕ ਦੇ ਅੰਗ ਨਾਲ ਲੱਗ ਕੇ, ਗੁਰੂ ਨਾਨਕ ਦੀ ਗੱਲ ਵੱਕੜੀ ਚ ਆ ਕੇ ਉਹ ਗੁਰੂ ਨਾਨਕ ਹੋ ਗਏ, ਅੰਗਦ ਹੋ ਗਏ, ਉਹਨਾਂ ਦਾ ਹੀ ਅੰਗ ਬਣ ਗਏ। ਔਰ ਇਵੇਂ ਹੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਦੇ ਅੱਗੇ ਸਿਰ ਝੁਕਾਇਆ, ਔਰ ਇਹ ਵੀ ਗੁਰੂ ਨਾਨਕ ਜੋਤ, ਔਰ ਇਸ ਨੂੰ ਹੀ ਫਿਰ ਜਦੋਂ ਰਾਏ ਸੱਤੇ ਤੇ ਬਲਵੰਡ ਨੇ ਬਿਆਨਿਆ ਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਉਹੀ ਜੋਤ ਹੈ, ਗੁਰੂ ਨਾਨਕ ਜੋਤ ਹੈ, ਉਹੀ ਜੁਗਤ ਹੈ, ਉਹੀ ਮੈਸੇਜ ਹੈ, ਉਹੀ ਵੇ ਆਫ ਲਾਈਫ ਹੈ। ਕਾਇਆ ਬੋਡੀ ਨੂੰ ਕਹਿੰਦੇ ਨੇ, ਸਿਰਫ ਜਿਹਨੂੰ ਅਸੀਂ ਜਾਮਾ ਬਦਲਣਾ ਕਹਿੰਦੇ ਹਾਂ, ਜਾਮਾ ਪਹਿਰਾਵਾ, ਤੁਸੀਂ ਇੱਕ ਡਰੈਸ ਬਦਲਿਆ ਦੂਜਾ, ਇਵੇਂ ਹੀ ਬੋਡੀ ਬਦਲੀ ਹੈ। ਜੋਤ ਨੌਵੇਂ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਪਹੁੰਚ ਜਾਂਦੀ ਹੈ, ਤੇ ਦਸਵੇਂ ਪਾਤਸ਼ਾਹ ਇਹ ਜਦੋਂ ਆਪੇ ਗੁਰ ਚੇਲਾ ਦੀ ਗੱਲ, ਤਾਂ ਅਨੰਦਪੁਰ ਸਾਹਿਬ ਦੀ ਉਸ ਧਰਤੀ ਤੇ ਜਦੋਂ ਖਾਲਸਾ ਪੰਥ ਪ੍ਰਗਟ ਹੁੰਦਾ ਔਰ ਆਪਣੇ ਸਾਜੇ ਪੰਜਾਂ ਪਿਆਰਿਆਂ ਦੇ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ, ਔਰ ਉਹ ਪੰਜਾਂ ਦੇ ਸਾਹਮਣੇ ਸੀਸ ਝੁਕਾ ਕੇ ਗੁਰੂ ਰੂਪ ਜਾਣ ਕੇ, ਔਰ ਇਹੀ ਵਰਤਾਰਾ ਆਪੇ ਗੁਰ ਚੇਲਾ, ਸਿਰਫ ਅਨੰਦਪੁਰ ਸਾਹਿਬ ਦੇ ਵਿੱਚ ਹੀ ਇਹ ਫੈਸਲਾ ਹੋ ਜਾਂਦਾ ਕਿ ਜਿਹੜੀ ਅੱਗੋਂ ਵਾਰਸ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਟੈਂਪਰਲ ਵਰਲਡ ਦੇ ਵਿੱਚ ਉਹ ਗੁਰੂ ਖਾਲਸਾ ਨੇ। ਔਰ ਜ਼ਾਹਰ ਹੈ ਕਿ ਜਦੋਂ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ 1708 ਦੇ ਵਿੱਚ, ਅਤੇ ਅਬਚਲ ਨਗਰ ਹਜ਼ੂਰ ਸਾਹਿਬ ਦੀ ਧਰਤੀ 'ਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਜ ਸਿੰਘ ਖੜ੍ਹੇ ਨੇ, ਉਹਨਾਂ ਦੇ ਨਾਮ ਵੀ ਇਤਿਹਾਸ 'ਚ ਨੇ। ਔਰ ਇਹ ਗੁਰੂ ਗ੍ਰੰਥ ਔਰ ਗੁਰੂ ਪੰਥ, ਜਿਸ ਨੂੰ ਜਿਹੜਾ ਡਬਲ ਸੋਵਰਨਿਟੀ, ਔਰ ਇਹ ਜਿਹੜਾ ਕਾਨਸੈਪਟ ਹੈ ਜਿਹਦੇ 'ਚ ਕਿ ਗੁਰੂ ਗ੍ਰੰਥ ਦੇ ਲੜ ਗੁਰੂ ਪੰਥ ਹੈ, ਔਰ ਗੁਰੂ ਪੰਥ ਨੇ ਗੁਰੂ ਗ੍ਰੰਥ ਦੀ ਅਗਵਾਈ 'ਚ ਚੱਲਣਾ, ਪਰ ਗੁਰੂ ਪੰਥ ਦੁਨਿਆਵੀ ਫੈਸਲੇ ਲੈਣ ਦੇ ਸਮਰੱਥ ਹੈ। ਔਰ ਇਹੀ ਚਮਕੌਰ ਦੀ ਗੜੀ 'ਚ ਵੀ ਫਿਰ ਪੰਜਾਂ ਸਿੰਘਾਂ ਦਾ ਬੇਨਤੀ ਨੂੰ ਮਾਂ ਹੁਕਮ ਮੰਨ ਕੇ ਦਸਵੇਂ ਪਾਤਸ਼ਾਹ ਚਮਕੌਰ ਦੀ ਗੜੀ 'ਚੋਂ ਨਿਕਲਦੇ ਨੇ। ਸੋ ਜਦੋਂ ਅਸੀਂ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਦਾ ਮੁਕਾਮ, ਉਹਨਾਂ ਦਾ ਉਹ ਪੀਰੀਅਡ ਜਦੋਂ ਕਿ ਉਹ ਉੱਥੇ ਸਤਲੁਜ ਦਾ ਕੰਢਾ, ਹੁਣ ਗੰਗਾ ਦੇ ਕੰਢੇ ਇੱਕ ਕੌਤਕ ਨੇ ਅਤੇ ਇੱਥੇ ਉਸੇ ਹੀ ਸਤਲੁਜ ਦੇ ਕੰਢੇ ਉੱਥੇ ਉਹ ਕ੍ਰਿਸ਼ਮਾ ਜਿਹੜਾ ਕਿ ਅੰਮ੍ਰਿਤ ਛਕਾਣ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ, ਕਿਵੇਂ ਉਸ ਸਾਰੇ ਨੇ ਫਿਰ ਉਸ ਖਿੱਤੇ ਦੇ ਇਤਿਹਾਸ ਨੂੰ ਬਦਲਿਆ, ਇਨਸਾਨੀ ਇਤਿਹਾਸ ਦੇ ਵਿੱਚ ਕਿੰਨਾ ਵੱਡਾ ਕ੍ਰਿਸ਼ਮਾ, ਜਦੋਂ ਅਸੀਂ ਮਿਰੈਕਲ ਲਫ਼ਜ਼ ਕਹਿੰਦੇ ਹਾਂ ਤੇ ਇਹ ਸਿਰਫ ਇਹੀ ਨਹੀਂ ਹੁੰਦਾ ਜਿਹਨੂੰ ਇੱਕ ਜਾਦੂਗਰੀ ਅੰਦਾਜ਼ ਦੇ ਵਿੱਚ ਕੀਤਾ ਜਾਂਦਾ, ਇਹ ਹੈ ਜਿੱਥੇ ਧਰਤੀ ਦਾ ਖਮੀਰ ਬਦਲਿਆ ਜਾਂਦਾ, ਜਿੱਥੇ ਲੋਕਾਂ ਦੀ ਜ਼ਹਿਨੀਅਤ ਬਦਲੀ ਜਾਂਦੀ ਹੈ, ਜਿੱਥੇ ਸਦੀਆਂ ਤੋਂ ਮਿਲੇਨੀਅਮਸ ਤੋਂ ਜਿਹੜੀ ਗੁਲਾਮੀ ਅੰਦਰ ਵੜੀ ਹੋਈ ਹੈ ਉਸ ਨੂੰ ਤਲਵਾਰ ਦੀ ਧਾਰ ਦੇ ਉੱਤੇ ਕੱਟ ਕੇ ਉੱਥੇ ਪਿਆਰ ਦਾ ਜਿਹੜਾ ਉਹ ਫਾਊਂਟੇਨ, ਪਿਆਰ ਦਾ ਚਸ਼ਮਾ ਗੁਰੂ ਜਿਹੜੇ ਨੇ ਲਾਉਂਦੇ ਨੇ, ਔਰ ਉਹ ਅਨੰਦਪੁਰ ਦੀ ਧਰਤੀ ਜਿਹਦਾ ਸੱਚਮੁੱਚ ਹੀ ਸਿਟੀ ਆਫ ਬਲਿਸ, ਅੰਗਰੇਜ਼ੀ ਜਦੋਂ ਅਸੀਂ ਟਰਾਂਸਲੇਟ ਕਰਾਂਗੇ ਉਹ ਸਿਟੀ ਆਫ ਬਲਿਸ ਹੈ, ਜਿੱਥੇ ਜ਼ਿੰਦਗੀ ਦੇ ਸਾਰੇ ਰੰਗ ਮੁਕੰਮਲ ਰੂਪ ਦੇ ਵਿੱਚ ਪ੍ਰਫੁੱਲਤ ਹੁੰਦੇ ਨੇ, ਮੂਰਤੀਮਾਨ ਹੁੰਦੇ ਨੇ। ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ, ਭਾਈ ਘਨੱਈਆ ਦੀ ਪਾਣੀ ਦੀ ਮਸ਼ਕ, ਸੱਜਣ ਔਰ ਦੁਸ਼ਮਣ ਸਭ ਨੂੰ ਗੜ ਨਾਲ ਲਾਉਣ ਦਾ
ਸੁਨੇਹਾ ਦੇ ਰਹੀ ਹੈ, ਭਾਈ ਬਚਿੱਤਰ ਸਿੰਘ ਦੀ ਨਾਗਣੀ ਹੰਕਾਰੀਆਂ ਦੇ ਹੰਕਾਰ ਤੋੜ ਰਹੀ ਹੈ ਔਰ ਸਾਰੇ ਹੀ ਆਪਣੇ ਪ੍ਰੀਤਮ ਪਿਤਾ ਨੂੰ ਰਿਝਾ ਰਹੇ ਨੇ। 52 ਕਵੀ ਵੀ ਨੇ ਔਰ ਜਦੋਂ ਅਸੀਂ ਆਰਟ ਪੋਇਟਰੀ ਔਰ ਫਾਇਲੈਂਥਰੋਪੀ ਦੀ ਗੱਲ ਕਰਦੇ ਹਾਂ ਤੇ ਦਸਵੇਂ ਪਾਤਸ਼ਾਹ ਕਿਵੇਂ ਇੱਕ ਇੱਕ ਸ਼ਾਇਰ ਜਿਸ ਦੇ ਇੱਕ ਇੱਕ ਸ਼ੇਅਰ ਦੇ ਉੱਤੇ ਕਿੰਨੀ ਕਿੰਨੀਆਂ ਵੱਡੀ ਗਿਣਤੀ 'ਚ ਮੋਹਰਾਂ ਉਸ ਤੋਂ ਕੁਰਬਾਨ ਕਰ ਦਿੰਦੇ ਨੇ, ਇਹ ਆਪਣੀ ਜਿਹੜੀ ਕੌਮ ਜਿਹੜੀ ਬਿਲਟ ਜਿਹੜੀ ਗੁਰੂ ਨਾਨਕ ਸਾਹਿਬ ਦੇ ਥੋਟ ਦੇ ਨਾਲ ਜਿਸ ਦਾ ਨਾਨਕ ਦੇ ਨਾਲ ਜਦੋਂ ਇਹ ਗੱਲ ਜੁੜਦੀ ਹੈ ਕਿ ਭਾਈ ਉਹਨਾਂ ਨੇ ਭੱਟਾ ਨੇ ਜਦੋਂ ਇਹ ਭਾਈ ਸੱਤੇ ਬਲਵਾਨ ਨੇ ਯਾਦ ਦਹਾਨੀ ਕਰਵਾਈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਔਰ ਭਾਈ ਗੁਰਦਾਸ ਜੀ ਨੇ ਜਿਹੜੀ ਯਾਦ ਦਹਾਨੀ ਕਰਵਾਈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਜਾਂ ਭੱਟਾਂ ਦੇ ਸਵਈਆਂ 'ਚ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨ ਆਈ। ਹੁਣ ਇਹ ਹੀ ਉੱਤਮ ਪੰਥ ਇਹੀ ਉਹ ਪੰਥ ਨਿਰਮਲ ਪੰਥ ਇਹੀ ਨਵਾਂ ਸਿੱਕਾ ਫਿਰ ਖਾਲਸਾ ਪੰਥ ਦੇ ਰੂਪ ਦੇ ਵਿੱਚ ਜਦੋਂ 1699 ਈਸਵੀ ਦੀ ਵਿਸਾਖੀ ਨੂੰ ਉਸ ਦੇ ਉੱਤੇ ਫਾਈਨਲ ਸਟੈਂਪ ਲੱਗਦੀ ਹੈ ਅਤੇ ਇਸ ਅਨੰਦਪੁਰ ਦੀ ਧਰਤੀ ਨੇ ਉਹ ਸਾਰੇ ਜਲਵੇ ਦੇਖੇ ਨੇ, ਇਸ ਦੀ ਫਿਜ਼ਾ ਦੇ ਵਿੱਚ ਪੋਇਟਰੀ ਵੀ ਗੂੰਜੀ ਹੈ, ਇੱਥੇ ਇਨਸਾਨੀ ਸੇਵਾ ਦਾ ਵੀ ਹੈ, ਇੱਥੇ ਹੰਕਾਰੀਆਂ ਦੇ ਹੰਕਾਰ ਵੀ ਟੁੱਟੇ ਨੇ ਔਰ 14 ਜੰਗਾਂ ਜੋ ਦਸਵੇਂ ਪਾਤਸ਼ਾਹ ਨੇ ਲੜੀਆਂ, ਅਖੀਰਲੀ ਜੰਗ ਹੈ 2 ਜੰਗਾਂ ਖਿਦਰਾਣੇ ਦੀ ਢਾਬ ਔਰ ਚਮਕੌਰ ਦੀ ਜੰਗ ਜਾਂ ਸਰਸਾ ਦਾ ਕੰਢਾ, ਬਾਕੀ ਉਸ ਧਰਤੀ ਦੇ ਉੱਤੇ ਹੀ ਜਿਹੜਾ ਗੁਰੂ ਸਾਹਿਬ ਨੇ ਉਹ ਕ੍ਰਿਸ਼ਮਾ ਕਰਕੇ ਦਿਖਾਇਆ ਕਿ ਕਿੱਥੇ ਉਹ ਲੋਕ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਕਾਮ ਹਮਾਰਾ ਤੋਲੇ ਤੱਕੜੀ ਨੰਗੀ ਕਰਦ ਕਭੀ ਨਹੀਂ ਪਕੜੀ ਚਿੜੀ ਉੜੇ ਡਰ ਸੇ ਮਰ ਜਾਏ ਮੁਗਲਨ ਸਿਓ ਕੈਸੇ ਲੜ ਪਾਏ, ਉਹ ਲੋਕ ਸਦੀਆਂ ਦੀ ਗੁਲਾਮੀ ਇੱਕ ਬ੍ਰਾਹਮਣਵਾਦ ਦੀ ਗੁਲਾਮੀ ਨੀਵੀਂ ਜਾਤ ਸ਼ੂਦਰ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ ਲੀਏ ਹਿੰਦੁਸਤਾਨ ਗਮ ਖਾਨਾ ਹੈ ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ, ਦਰਦੇ ਇਨਸਾਨੀ ਨਹੀਂ ਹੈ ਜਿਹਦੇ ਬਾਹਮਣ ਦੇ ਕੋਲ ਔਰ ਉਸ ਦੇ ਲਈ ਗਮ ਖਾਨਾ ਬਣਾਇਆ ਹੋਇਆ ਤੇ ਜੇ ਅਸੀਂ ਉਹ 5 ਗੁਰੂ ਕੇ ਲਾਲ ਗੁਰੂ ਕੇ ਪਿਆਰੇ ਜਿਹੜੇ ਨਿਕਲਦੇ ਨੇ ਲਾਹੌਰ ਤੋਂ ਹਸਤਨਾਪੁਰ ਦਿੱਲੀ ਤੋਂ ਜਗਨਨਾਥਪੁਰੀ ਤੋਂ ਦੁਆਰਕਾ ਤੋਂ ਕਰਨਾਟਕਾ ਤੋਂ ਤੇ ਜੇ ਤੁਸੀਂ ਉਸ ਪਿਛੋਕੜ 'ਚ ਦੇਖਦੇ ਹੋ ਕੋਈ ਨਾਈ ਪਿਛੋਕੜ ਤੋਂ ਨੇ ਕੋਈ ਜੱਟ ਨੇ ਕੋਈ ਝੂਰ ਨੇ ਔਰ ਇਹ ਸਾਰੇ 'ਚ ਜਦੋਂ ਤੁਸੀਂ ਦੇਖਦੇ ਹੋ ਕਿ ਕਿੰਨਾ ਵੱਡਾ ਕ੍ਰਿਸ਼ਮਾ ਹੁੰਦਾ ਔਰ ਉਸ ਕ੍ਰਿਸ਼ਮੇ ਨੂੰ ਜਦੋਂ ਅਸੀਂ ਗੁਰੂ ਸਾਹਿਬ ਨੇ ਪਰਸ਼ਨ ਦੇ ਵਿੱਚ ਵੀ ਜਦੋਂ ਜ਼ਫਰਨਾਮੇ 'ਚ ਫਰਮਾਇਆ ਕਿ ਮਨ ਆਂਕ ਨੂੰ ਬੇਆਫਜ਼ਾਲੇ ਪੁਰਸ਼ੇ ਅਕਾਲ ਕੁਨਬ ਜੇ ਆਪ ਆਹਿਨ ਚੁਨਾ ਬਰਗ ਸ਼ਾਲ, ਔਰ ਇਸ ਨੂੰ ਉਸ ਵੇਲੇ ਦੇ ਸ਼ਾਇਰ ਨੇ ਜਦੋਂ ਬਿਆਨਿਆ ਕਿ ਲੋਹੇ ਕੇ ਬਰਤਨ ਮੈਂ ਪਾਣੀ ਭਰਾ ਤੋ ਪਾਣੀ ਮੈਂ ਲੋਹੇ ਕਾ ਖੰਡਾ ਧਰਾ ਹਿਲਾਇਆ ਜੋ ਉਹ ਖੰਡਾ ਮੈਨੇ ਜ਼ਰਾ ਤੋ ਪਾਣੀ ਮੈਂ ਲੋਹੇ ਕਾ ਜ਼ਹਿਰ ਗੁਲਾ ਨਜ਼ਰ ਆਏ ਕਤਰੇ ਮਚਲਤੇ ਹੋਏ ਉਭਰਤੇ ਹੋਏ ਔਰ ਉਛਲਤੇ ਹੋਏ ਇੱਕ ਇੱਕ ਕਤਰਾ ਦਰਿਆਏ ਜੋਸ਼ੋ ਖਰੋਸ਼ ਇੱਕ ਇੱਕ ਤੂਫਾਨ ਮਹਸ਼ਰ ਬਦੋਸ਼ ਇੱਕ ਇੱਕ ਮੋਜ ਮੈਂ ਨਹਰ ਆਏ ਇਨਕਲਾਬ ਇੱਕ ਇੱਕ ਮੋਜ ਮੈਂ ਜ਼ਰਾਏ ਆਫਤਾਬ ਜਬ ਇਨ ਕਤਰੋਂ ਪੇ ਮੈਨੇ ਡਾਲੀ ਨਜ਼ਰ ਤੋ ਦੇਖਾ ਸ਼ਜਾਇਤ ਕਾ ਉਨਮੇ ਅਸਰ ਹਰ ਇੱਕ ਕਤਰਾ ਜਲਵਾਏ ਜ਼ਿੰਦਗੀ ਹਰ ਇੱਕ ਕਤਰਾ ਨੂਰ ਤਾ ਬੰਦਗੀ ਹਵੇਦਾ ਹੋਏ ਜ਼ਿੰਦਗੀ ਕੇ ਨੁਕਾਤ ਇਹ ਥਾ ਆਬੇ ਆਹਿਨ ਕਿ ਆਬੇ ਹਯਾਤ ਇਸ ਅੰਮ੍ਰਿਤ ਸੇ ਬਰਸਾਤ ਹੋਣੇ ਲਗੀ ਮੂੰਹ ਅਫਸਰ ਦਾ ਕਲੀਓਂ ਕੇ ਧੋਨੇ ਲਗੀ ਇਸ ਅੰਮ੍ਰਿਤ ਸੇ ਇੱਕ ਬੂੰਦ ਚਿੜੀਆ ਨੇ ਪੀ ਪਕੜ ਲਈ ਉਸ ਜ਼ੁਬਾਨ ਸ਼ਾਹਬਾਜ਼ ਕੀ ਕਿ ਉਹ ਚਿੜੀ ਨੇ ਇੱਕ ਘੁੱਟ ਉਸ ਅੰਮ੍ਰਿਤ ਚੋਂ ਪੀਤਾ ਕਿਵੇਂ ਉਸ ਧਰਤੀ ਦਾ ਖਮੀਰ ਬਦਲਿਆ ਉਸ ਧਰਤੀ ਦਾ ਕਲਚਰ ਬਦਲਿਆ ਔਰ ਇਹ ਐਵੇਂ ਨਹੀਂ ਕਿਹਾ ਗਿਆ ਕਿ ਚਿੜੀਓਂ ਸੇ ਮੈਂ ਬਾਜ ਲੜਾਊਂ ਇਹ ਨਹੀਂ ਹੈ ਕਿ ਚਿੜੀ ਨੂੰ ਬਾਜ ਬਣਾ ਦਿੱਤਾ ਇਹ ਨਹੀਂ ਹੈ ਉਹਦੀ ਸਪੀਸ਼ੀਜ਼ ਨਹੀਂ ਬਦਲੀ ਹੈ ਚਿੜੀ ਦੇ ਅੰਦਰ ਉਹ ਦਮਖਮ ਪੈਦਾ ਕੀਤਾ ਕਿ ਉਹ ਅਸਮਾਨ ਉਹਦਾ ਵੀ ਹੈ ਜਿਹੜਾ ਬਾਜ ਨਹੀਂ ਉਹ ਇਹ ਹੱਕ ਰੱਖਦਾ ਕਿ ਉਹ ਬਾਕੀ ਸਾਰਿਆਂ ਦੇ ਉੱਤੇ ਜਿਹੜਾ ਹਾਵੀ ਹੋਏ ਇੱਥੇ ਇਸੇ ਲਈ ਦਸਵੇਂ ਪਿਤਾ ਦਾ ਬਾਜ ਵੀ ਹੈ ਅਸੀਂ ਜਦੋਂ ਯਾਦ ਕਰਦੇ ਹਾਂ
ਸ਼ਮਸ਼ੀਰੇ ਬਹਾਦਰ ਨੀਲੇ ਦੇ ਸ਼ਾਹ ਸਵਾਰ ਬਾਜਾਂ ਵਾਲੇ ਪਰ ਗੁਰੂ ਕਲਗੀਧਰ ਪਾਤਸ਼ਾਹ ਦਾ ਬਾਜ ਚਿੱਟੇ ਰੰਗ ਦਾ ਹੈ ਜਿਹੜਾ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸਮਾਨਾਂ ਦੇ ਅੰਦਰ ਵੀ ਅਮਨ ਹੋਏ ਧਰਤੀ ਦੇ ਉੱਤੇ ਵੀ ਅਮਨ ਹੋਏ ਪਾਣੀਆਂ ਦੇ ਵਿੱਚ ਵੀ ਅਮਨ ਹੋਏ ਕਿਉਂਕਿ ਇਹ ਕਬੀਰ ਧਰਤੀ ਸਾਧ ਕੀ ਤਸਕਰ ਬੈਸਿਆ ਗਾਂ ਹੈ ਇਹ ਚੋਰਾਂ ਲਈ ਨਹੀਂ ਇਹ ਭਲੇ ਲੋਕਾਂ ਦੀ ਧਰਤੀ ਹੈ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇੱਥੇ ਧਰਮ ਦੀ ਗੱਲ ਹੋਣ ਲਈ ਹੈ ਇਸ ਲਈ ਸਾਧ ਸਮੂਹ ਪ੍ਰਸੰਨ ਫਿਰੈ ਜਗ ਦਸਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਭਾਈ ਇਹ ਜਿਹੜਾ ਐਸਾ ਸਿਸਟਮ ਜਿੱਥੇ ਭਲੇ ਲੋਕ ਬਿਲਕੁਲ ਬੇਪਰਵਾਹ ਹੋ ਕੇ ਜਿਹੜਾ ਉਹ ਵਿਚਰ ਸਕਣ ਦੀਨਨ ਕੀ ਪ੍ਰਤਪਾਲ ਕਰੇ ਕਿਉਂਕਿ ਉਹ ਰੱਬ ਦਾ ਬਿਰਦ ਹੈ ਕਿ ਉਹਨੇ ਦੀਨਾਂ ਦੇ ਨਾਲ ਦੀਨਾਂ ਦੀ ਪ੍ਰਤਪਾਲਨਾ ਕਰਨੀ ਹੈ ਔਰ ਇਹੀ ਯਾਹੀ ਕਾਜ ਤਰਾਹਮ ਜਨਮੰਗ ਸਮਝ ਲਿਹੋ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਕਿ ਸੱਚ ਹੱਕ ਇਨਸਾਫ਼ ਦੀਆਂ ਕਦਰਾਂ ਦੀ ਨੂੰ ਇਸਟੈਬਲਿਸ਼ ਕਰਨਾ ਅਨੰਦਪੁਰ ਦੀ ਧਰਤੀ ਨੇ ਉਹ ਸਾਰੇ ਜਲਵੇ ਦੇਖੇ ਕੁਰਬਾਨੀ ਅਸੀਂ ਸਾਰਾ ਦਸੰਬਰ ਦਾ ਮਹੀਨਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਔਰ ਕਿਵੇਂ ਉਸ ਸਾਰੇ ਦੇ ਉੱਤੇ ਵਿਚਾਰ ਕੀਤੀ ਹੈ ਲੇਕਿਨ ਇਹ ਕ੍ਰਿਸ਼ਮਾ ਕਿਵੇਂ ਇੱਕ ਇੱਕ ਧਰਤੀ ਸਤਲੁਜ ਦੇ ਕੰਢੇ ਨੇ ਅਨੰਦਪੁਰ ਦੀ ਧਰਤੀ ਨੇ ਸਰਸਾ ਦੇ ਕੰਢੇ ਨੇ ਚਮਕੌਰ ਦੀ ਗੜੀ ਨੇ ਉਹ ਕ੍ਰਿਸ਼ਮੇ ਦੇਖੇ ਔਰ ਜੇ ਅਸੀਂ ਇੱਕ ਪਲ ਲਈ ਪੌਂਟੇ ਦੀ ਧਰਤੀ ਵੱਲ ਆ ਜਾਈਏ ਪੌਂ ਟਿੱਕਾ ਜਮਨਾ ਦਾ ਉਹ ਕੰਢਾ ਜਿੱਥੇ ਲਗਭਗ 2.5 ਸਾਲ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਨੂੰ ਵਸਾਇਆ ਪੌਂਟਾ ਸਾਹਿਬ ਉਹਨਾਂ ਦਾ ਘੋੜਾ ਜਿਹੜਾ ਉਹ ਉਸ ਨੇ ਪੌੜ ਰੋਕਿਆ ਔਰ ਇੱਕ ਬੜੀ ਰਮਣੀਕ ਥਾਂ 'ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਜਿਹੜਾ ਉਹ ਟੈਂਟ ਲਾ ਦਿਓ ਔਰ ਇੱਥੇ ਹੀ ਹੁਣ ਅਸੀਂ ਰਵਾਂਗੇ ਔਰ ਕਿਵੇਂ ਔਰ ਪਹਿਲੀ ਜੀਵਨ ਦੀ ਉਹਨਾਂ ਦੀ ਜੰਗ ਜਿਹੜੀ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ਼ ਪੰਗਾਣੀ ਦਾ ਉਹ ਮੈਦਾਨ ਜਿਹੜਾ ਉਸ ਪੌਂਟਾ ਸਾਹਿਬ ਦੀ ਧਰਤੀ ਤੋਂ ਥੋੜ੍ਹੀ ਜਿਹਾ ਅੱਗੇ ਉਸ ਥਾਂ ਦੇ ਉੱਤੇ ਜੰਗ ਹੁੰਦਾ ਹੁਣ ਇਹ ਜਮਨਾ ਦਾ ਕੰਢਾ ਪੌਂਟਾ ਸ਼ਹਿਰ ਜਿਹੜਾ ਹੈ ਬਿਲਕੁਲ ਜਮਨਾ ਦੇ ਕੰਢੇ ਔਰ ਕ੍ਰਿਸ਼ਮੇ ਜਦੋਂ ਅਸੀਂ ਇਤਿਹਾਸ ਦੀਆਂ ਉਹਨਾਂ ਝਾਕੀਆਂ ਵੱਲ ਦੇਖਦੇ ਹਾਂ ਔਰ ਬਚਿੱਤਰ ਨਾਟਕ 'ਚ ਜਦੋਂ ਦਸਵੇਂ ਪਾਤਸ਼ਾਹ ਨੇ ਪੰਗਾਣੀ ਦੇ ਯੁੱਧ ਨੂੰ ਵੀ ਬਿਆਨ ਕੀਤਾ ਕਿ ਇੱਕ ਪਾਸੇ ਇੱਕ ਹਯਾਤ ਖਾਨ ਬੇਸ਼ੱਕ ਪੀਰ ਬੁੱਧੂ ਸ਼ਾਹ ਨੇ 5 ਪਠਾਣ ਜਿਨ੍ਹਾਂ ਦੇ ਨਾਲ 100-100 ਸੋਲਜਰ ਸੀ ਭੇਜੇ ਇੱਕ ਲੋਇਲ ਰਿਹਾ 100 ਨਾਲ ਬਾਕੀ 4 ਜਿਹੜੇ ਨੇ ਉਹ ਰਲ ਗਏ ਜਾ ਕੇ ਉਹਨਾਂ ਦੇ ਨਾਲ ਪਹਾੜੀ ਰਾਜਿਆਂ ਦੇ ਨਾਲ ਔਰ ਬਾਅਦ ਦੇ ਵਿੱਚ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਔਰ ਮੁਰੀਦਾਂ ਦੇ ਨਾਲ ਆਇਆ ਉਹਨਾਂ ਦੇ 3 ਪੁੱਤਰ ਔਰ ਮੁਰੀਦ ਵੀ ਸ਼ਹੀਦ ਹੋਏ ਉਸ ਜੰਗ ਦੇ ਵਿੱਚ ਲੇਕਿਨ ਜਿਹੜਾ ਵਾਕਿਆ ਇਤਿਹਾਸ ਨੂੰ ਇੱਕ ਨਵੀਂ ਪਛਾਣ ਦੇਣ ਦਾ ਹੁਣ ਜਮਨਾ ਦਾ ਕੰਢਾ ਹੀ ਹੈ ਜਦੋਂ ਤੁਸੀਂ ਕ੍ਰਿਸ਼ਨ ਜੀ ਦੀ ਗੱਲ ਪੜ੍ਹਦੇ ਹੋ ਸੁਣਦੇ ਹੋ ਤੇ ਉਹੀ ਬ੍ਰਜ ਬਾਲਾ ਉਹੀ ਗੋਪੀਆਂ ਉਹੀ ਜਮਨਾ ਦੇ ਕੰਢੇ ਬਿੰਦਰਾਬਨ ਮਥੁਰਾ ਕ੍ਰਿਸ਼ਨ ਜੀ ਮਾਰ ਕੇ ਗਲੇਲਾ ਜਿਹੜਾ ਉਹ ਗੋਪੀਆਂ ਦੀਆਂ ਜਿਹੜਾ ਉਹ ਮਟਕੀਆਂ ਫੋੜ ਰਹੇ ਨੇ ਉਹੀ ਮੱਖਣ ਦੀ ਜਿਹੜਾ ਉਹ ਲੈ ਕੇ ਜਾ ਰਹੇ ਆ ਉਹ ਜਿਹੜਾ ਉਹ ਮਟਕੀਆਂ ਉਹਨਾਂ 'ਚੋਂ ਚੋਰੀ ਕਰ ਰਹੇ ਨੇ ਮੱਖਣ ਖਾ ਰਹੇ ਨੇ ਔਰ ਉਹ ਮਟਕੀਆਂ ਫੋੜ ਰਹੇ ਨੇ ਹੁਣ ਦਿਲਚਸਪ ਹੈ ਕਿ ਜਦੋਂ ਇਸ ਜੰਗ ਨੂੰ ਬਿਆਨਦਿਆਂ ਉਹਨਾਂ ਨੇ ਹਯਾਤ ਖਾਨ ਦਾ ਜ਼ਿਕਰ ਕੀਤਾ ਕਿ ਉਹਦੇ ਸਾਹਮਣੇ ਇੱਕ ਫਕੀਰ ਜਿਹੜਾ ਉਦਾਸੀ ਜਿਸ ਨੂੰ ਕਿਰਪਾਲ ਦਾਸ ਜੀ ਦਾ ਨਾਂ ਆਉਂਦਾ ਉਸ ਨੂੰ ਉਹਦੇ ਹੱਥ 'ਚ ਵੱਡਾ ਡੰਡਾ ਔਰ ਉਹਨੇ ਜਦੋਂ ਹਯਾਤ ਖਾਨ ਸਾਹਮਣੇ ਆਇਆ ਤਾਂ ਉਹ ਹੱਸਿਆ ਕਿ ਵੀ ਆ ਸਾਧ ਇਹਨੇ ਕੀ ਕਰਨਾ ਉਹਨੇ ਹੱਸ ਰਿਹਾ ਔਰ ਉਹਨੇ ਸਾਧ ਨੇ ਆਪਣੇ ਦੋਵੇਂ ਪੈਰ ਕਾਬਾਂ 'ਚ ਫਸਾ ਕੇ ਉਹ ਕੁਤਕਾ ਕਹਿੰਦੇ ਨੇ ਉਸ ਡੰਡੇ ਉਹਦੇ ਸਿਰ 'ਚ ਮਾਰਿਆ ਔਰ ਉਹਦੇ ਸਿਰ 'ਚੋਂ ਜਿਹੜੀ ਮਿੱਝ ਹੈ ਉਹ ਬਾਹਰ ਨਿਕਲੀ ਔਰ ਗੁਰੂ ਸਾਹਿਬ ਨੇ ਬਿਆਨਿਆ ਕਿ ਇਹ ਉਹਦੇ ਸਿਰ 'ਚੋਂ ਨਿਕਲੀ ਮਿੱਝ ਇਵੇਂ ਹੀ ਸੀ ਮਾਨੋ ਜਮਨਾ ਦੇ ਕੰਢੇ ਕ੍ਰਿਸ਼ਨ ਨੇ ਕਿਸੇ ਗੋਪੀ ਦੀ ਮਟਕੀ ਫੋੜ ਦਿੱਤੀ ਹੋਏ ਔਰ ਉਹਦੇ 'ਚੋਂ ਜਦੋਂ ਮੱਖਣ ਨਿਕਲ ਕੇ ਬਾਹਰ ਡਿੱਗਦਾ ਹੁਣ ਇਹ ਯਾਦ ਦਹਾਨੀ ਹੈ ਕਿ ਭਾਈ ਇੱਥੇ ਇਹ ਲੀਲਾਵਾਂ ਵਾਲਾ ਵਕਤ ਨਹੀਂ ਹੈ ਕਿ ਤੁਸੀਂ ਉਹ ਲੀਲਾ ਔਰ ਬ੍ਰਿਜ ਬਾਲਾ ਅਤੇ ਉਹ ਬਿੰਦਰਾਬਨ ਮੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੇ ਰੰਗ ਕੀ ਹੈ ਇੱਥੇ ਹੁਣ ਜਿਹੜੇ ਰੰਗ ਹੋਣਗੇ ਉਹ ਰੰਗ ਗੁਲਾਮੀ ਦੇ ਸੰਗਲ ਕੱਟਣ ਦੇ ਨੇ ਉਹ ਗੈਰਤ ਦੇ ਨੇ ਉਹ ਅਣਖ ਦੇ ਨੇ ਔਰ ਜਿਨ੍ਹਾਂ ਦੇ ਹੱਥ 'ਚ ਕਦੇ ਵੀ ਜਿਹੜਾ ਉਹ ਉਹਨਾਂ ਦੀ ਹਿੰਮਤ ਹੀ ਨਹੀਂ ਸੀ ਹੁੰਦੀ ਕਿ ਬਈ ਉਹ ਜ਼ੁਲਮ ਨੂੰ ਵੰਗਾਰ ਸਕਣ ਇਹ ਉਸੇ ਹੀ ਜਮਨਾ ਦੇ ਕੰਢੇ ਕ੍ਰਿਸ਼ਨ ਜਿਹੜਾ ਗੋਪੀਆਂ ਦੀ ਮਟਕੀ ਫੋੜਦੇ ਨੇ ਅਤੇ ਇੱਥੇ ਜਮਨਾ ਦੇ ਕੰਢੇ ਸਧਾਰਨ ਬੰਦੇ ਗੁਰੂ ਦਾ ਥਾਪੜਾ ਲੈ ਕੇ ਯੋਧਿਆਂ ਨੂੰ ਲਲਕਾਰਦੇ ਨੇ ਇਹ ਜੀਵਨ ਲੀਲਾ ਔਰ ਇਹ ਸਾਰੇ ਚੁੰਦੇ ਚੱਲਦੇ ਹਾਂ ਅਸੀਂ ਫਿਰ
गुरु कलगीधर पातशाह दा गोदावरी दे कंडे तख्त श्री हजूर साहब, क्योंकि जो तुसी उना दी जीवन लीला जड़ी गंगा सतलुज जमुना ते फिर गोदावरी इना दे नाल आके जुड़दी है, उत्थे तुसी ओ देखदे हो कि उत्थे फिर उही याद दहानी कदे हिरनी दा बच्चा मार के हिरनी जदों दा शिकार हुंदा है, 12-14 सालां दा माधोदास विरा लक्ष्मण दास जिहड़ा माधोदास बणदा उह भज्जा भगौड़ा है, और उहनू जा के इह याद दहानी करवा के खंडे बाटे दा अमृत बख्श के गुरबख्श सिंह बना के जिहड़ा गुरु का बंदा करके जाणिया जांदा, और साडे इतिहास दा उह वड्डा नायक जरनैल बाबा बंदा सिंह बहादुर ने ਉਹ ਕ੍ਰਿਸ਼ਮਾ ਇਹ ਇਹ ਜੀਵਨ ਹੈ। ਅਗੇਨ ਗੁਰੂ ਸਾਹਿਬ ਦੇ ਜੀਵਨ ਦਾ ਇੱਕ ਇੱਕ ਪਾਰਟ, ਔਰ ਇਹ ਜਿਹੜਾ ਵਕਤ ਦੀ ਇੰਨੀ ਸੀਮਾ, ਔਰ ਇਹ ਜੀ ਤਾਂ ਇਵੇਂ ਹੁੰਦਾ ਕਿ ਭਾਈ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਣ ਗਾਇਨ ਕਰਦੇ ਜਾਈਏ, ਕੋਈ ਸਟੋਪ ਨਾ ਹੋਏ, ਕਿਤੇ ਨਾ ਰੁਕੀਏ, ਲੇਕਿਨ ਸਾਡੇ ਸਾਹਮਣੇ ਘੜੀ ਵੀ ਸਾਨੂੰ ਯਾਦ ਦਹਾਨੀ ਸਾਡੀ ਕਰਵਾ ਰਹੀ ਹੈ। ਔਰ ਭਾਈ ਨੰਦ ਲਾਲ ਜੀ ਜਿਹਨਾਂ ਨੇ अपने बंदगी नाम जिंदगी नाम परशन शायरी दे नाल ओ मुकाम हासिल कीता रूहानियत दी उस उचाई दा कि उना दियां गजलां नू उना दियां कृतां नू गुरु ग्रंथ साहिब दी बाणी दे नाल भाई गुरदास जी दियां वारां नू जिवें गायन कीता जा सकदा है, सवैयां नू इवें भाई नंद लाल जी दे वी उना नू गायन कीता जा सकदा, और उना दी जदों ओ आ के नासरो मंसूर गुरु गोबिंद सिंह इज दी मंजूर गुरु गोबिंद सिंह, हक रा गंजूर गुरु गोबिंद सिंह, जुमला फैजे नूर गुरु गोबिंद सिंह, हक हक आगा गुरु गोबिंद सिंह, शाहे शहनशाह गुरु गोबिंद सिंह, बरदो आलम शाह गुरु गोबिंद सिंह, खसम राजा काह गुरु गोबिंद सिंह, आलमुल अस्तार गुरु गोबिंद सिंह, अबरे रहमत बार गुरु गोबिंद सिंह। ਆਉਣ ਵਾਲੇ ਪੀਰੀਅਡ 'ਚ ਅਸੀਂ ਕਿਸੇ ਵੇਲੇ ਜ਼ਰੂਰ ਦੁਬਾਰਾ, ਹਾਲਾਂ ਅਸੀਂ ਭਾਈ ਨੰਦ ਲਾਲ ਜੀ ਦੀਆਂ ਪਰਸ਼ੀਅਨ ਗਜ਼ਲਾਂ ਦਾ ਜਿਹੜਾ ਹੈ ਅੱਜ ਤੋਂ 4-5 ਸਾਲ ਪਹਿਲਾਂ ਉਹਨੂੰ ਵੇਰਵੇ ਨਾਲ ਵਿਚਾਰਿਆ ਸੀ, ਔਰ ਮੈਨੂੰ ਇਹ ਲੱਗਦਾ ਵੀ ਸਾਡੇ ਨਵੇਂ ਵਿਊਰਸ ਲਈ ਅਸੀਂ ਇਸ ਪਾਰਟ ਨੂੰ ਵੀ ਲਿਆਵਾਂਗੇ। ਔਰ ਕਲੋਜ਼ਿੰਗ 'ਚ ਅਸੀਂ ਦੱਸਦੇ ਹੀ ਹੈ ਕਿ ਵੀ ਅੱਜ ਜਿਹੜਾ ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਹੈ, ਕੱਲ ਅਸੀਂ ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਸੱਦੇ 'ਤੇ ਸਰੀ ਔਰ ਉਸ ਬੈਲਟ ਦੇ ਵਿੱਚ ਫਲਾਈ ਕਰਨਾ ਹੈ ਜਾਣਾ ਹੈ, ਕਿਉਂਕਿ ਬਾਕੀ ਛੋਟੇ ਪ੍ਰੋਗਰਾਮ ਨੇ ਲੇਕਿਨ ਮੁੱਖ ਤੌਰ ਦੇ ਉੱਤੇ ਉਹਦੇ ਐਤਵਾਰ ਜਿਹੜਾ ਗ੍ਰੈਂਡ ਤਾਜ ਬੈਂਕੁਟ ਹਾਲ ਦੇ ਵਿੱਚ ਦਾ ਐਡਰੈਸ 8388 128 ਸਟਰੀਟ ਸਰੀ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ, ਕਿਉਂਕਿ ਟੁਗੈਦਰ ਸਾਰੇ ਗੁਰਦੁਆਰਿਆਂ ਨੇ ਐਫਰਟ ਕੀਤਾ, ਇੱਕ ਸੈਮੀਨਾਰ ਫਾਰਮੈਟ ਰੱਖਿਆ ਗਿਆ ਸਿੱਖਸ ਪ੍ਰੈਜ਼ੈਂਟ ਐਂਡ ਫਿਊਚਰ, ਔਰ ਉਹਦੇ 'ਚ ਮੈਨੂੰ ਕੀ ਨੋਟ ਸਪੀਕਰ ਦੇ ਤੌਰ 'ਤੇ ਇਨਵਾਈਟ ਕੀਤਾ ਗਿਆ, ਔਰ TV84 ਦੇ ਵੈਲਵਿਸ਼ਰਸ ਵੀ ਉੱਥੇ ਨੇ ਹੋਣਗੇ ਆਉਣਗੇ। ਸੋ ਅਸੀਂ ਇਹ ਦੱਸਦੇ ਹੀ ਹੈ ਕਿ ਅਸੀਂ ਆਪਣੇ ਵਿਊਅਰਸ ਤੋਂ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਇਹ ਠੀਕ ਹੈ ਕਿ ਸਾਡੇ ਵਿਊਅਰਸ ਮਿਸ ਵੀ ਕਰਦੇ ਨੇ, ਸਾਡਾ ਵੀ ਅਸੀਂ ਵੀ ਉਵੇਂ ਹੀ ਮਿਸ ਕਰਦੇ ਹਾਂ, ਪਰ ਕੁਛ ਪਾਰਟ ਨੇ ਜਿੱਥੇ ਕਿ ਇਹ ਥਾਂ ਥਾਂ 'ਤੇ ਮੈਸੇਜ ਜਾਣਾ ਵੀ ਜ਼ਰੂਰੀ ਹੈ। ਇਹਦੇ ਨਾਲ TV84 ਪਰਿਵਾਰ ਵੀ ਵੱਡਾ ਹੁੰਦਾ, ਔਰ ਕੌਮੀ ਤੌਰ 'ਤੇ ਖਾਸ ਤੌਰ 'ਤੇ ਜਿੱਥੇ ਇਸ ਵੇਲੇ ਚਾਰ ਚੁਫੇਰੇ ਇੱਕ ਚੇਤਨਤਾ ਹੈ, ਇੱਕ ਅਵੇਅਰਨੈਸ ਹੈ, ਉੱਥੇ ਇੱਕ ਠੀਕ ਗਾਈਡੈਂਸ ਥੱਲੇ ਖਾਸ ਤੌਰ 'ਤੇ ਜਦੋਂ ਯੰਗਸਟਰਸ ਇਨਵੋਲਵ ਹੁੰਦੇ ਨੇ ਤਾਂ ਫਿਰ ਇਹ ਮੇਰੇ ਲਈ ਜ਼ਰੂਰੀ ਵੀ ਹੁੰਦਾ ਹੈ, ਉਹਨਾਂ ਦੀ ਚਾਹਨਾ ਵੀ ਹੁੰਦੀ ਹੈ ਸਿੱਖ ਸੰਗਤਾਂ ਦੀ। ਸੋ ਅਸੀਂ ਨੈਕਸਟ ਵੀਕ ਆ ਕੇ ਮੰਡੇ ਟਿਊਜ਼ਡੇ ਤਾਂ ਅਸੀਂ ਵਾਅਦਾ ਨੇ, ਹਾਂ ਸੰਡੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਜ਼ਰੂਰ, ਕਿਉਂਕਿ ਕਾਫ਼ੀ ਉਹਦੇ 'ਚ ਇਕਾਲਾ ਪ੍ਰੋਗਰਾਮ ਹੋਏਗਾ, ਵੱਡੀ ਗਿਣਤੀ 'ਚ ਸਾਰੇ ਹੀ ਜਿਹੜੇ ਵੀ ਹੂ ਐਵਰ ਮੈਟਰਸ ਸਿੱਖ ਮੈਟਰਸ ਇਹਨਾਂ ਉਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਸੋ ਉਹ ਵੀ ਅਸੀਂ ਆਪਣੇ ਵਿਊਅਰਸ ਤੱਕ ਪਹੁੰਚਾਵਾਂਗੇ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀ ਜਲਦੀ ਅਸੀਂ ਪਰਤ ਸਕੇ। ਵੈਸੇ ਜਿਵੇਂ ਸਾਡੇ ਵੀਰ ਕਹਿੰਦੇ ਹੁੰਦੇ ਨੇ ਕਿ ਬਈ ਜਾਈਏ ਜਾਈਏ ਭਾਵੇਂ ਜਾਈਏ ਹੀ ਨਾ, ਆਈਏ ਆਈਏ ਭਾਵੇਂ ਆਈਏ ਹੀ ਨਾ, ਇੱਦਾਂ ਇੱਦਾਂ ਦੀ ਗੱਲ ਤਾਂ ਨਹੀਂ ਕਰਦੇ। ਸੋ ਅਸੀਂ ਅੱਜ ਦੇ ਇਸ ਪਵਿੱਤਰ ਦਿਨ ਦੇ ਮੌਕੇ ਸਮੂਹ ਸਿੱਖ ਸੰਗਤਾਂ ਨੂੰ, TV84 ਦੇ ਆਪਣੇ ਸਾਰੇ ਵਿਊਰਸ ਨੂੰ, ਕਿਉਂਕਿ ਵੱਡੀ ਗਿਣਤੀ 'ਚ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਸਾਡੇ ਪਾਕਿਸਤਾਨੀ ਕਸ਼ਮੀਰੀ ਭੈਣ ਭਰਾ ਔਰ ਹੋਰ ਵੀ ਵੈਲਵਿਸ਼ਰ ਇਸ ਪ੍ਰੋਗਰਾਮ ਨਾਲ ਜੁੜਦੇ ਨੇ,
और गुरु कलगीधर पातशाह सब दे सांझे ने और असीं विचार करांगे कि किवें हिंदू तवी उन्हां दी फिलोसफी नूं एक होर टर्न देण दी कोशिश करदे ने, पर गुरु साहब प्यार दे मुजस्मे ने जदों उन्हां ने ये फरमाया कि कहां भयो जो दौ लोचन मूंद के बैठ रहो बख ध्यान लगायो, नात फिरयो लिए सात समुद्रन लोक गयो पर लोक गवायो, बास कियो बिख्यान सो बैठ के ऐसे ही ऐसे सो बैस बितायो, साच कहो सुन लेहो सब है जिन प्रेम कियो तिन ही प्रभ पायो। कि कोई अखां बंद करके समाधि च बह जाए, कोई बिलकुल जेड़ा वह तीर्थां ते नहाउंदा फिरे कि इस दरिया च नहा लिया इस च नहा लिया, कोई होर खाम खा दे जड़े ने बयानबाजियां बख्यानबाजियां जां विषय विकारां च फसिया रहे, उन्हां च कुछ नहीं है, साच कहो सुन लेहो सब है जिन प्रेम कियो तिन ही प्रभ पायो। मैं सच कह रहे हैं कुल दुनिया कान खोल के सुन लो कि जिन्हां दे अंदर प्रेम वस्या, जिन्हां ने रब दे नाल मुहब्बत कीती, उसकी बंदगी प्यार दे विच अपना आप गवा लिया, उन्हां नूं ही रब मिले। और इंसानियत बारे जिहड़ा अज भी जदों असीं इह कोट करदे हां कि भाई हिंदू तुरक दउ राफ जी इमाम साफी मानस की जात सब है एक है पहचान वो, कि जिन्ने मर्जी फिरके हिंदुआं दे होण जिन्ने मर्जी मुसलमानां दे होण लेकिन एक गल याद रखो, मानस की जात सब है एक है पहचान वो, कंसिडर ये ऑल ह्यूमन रेस एज वन, कि सब इको ही ने उस वाहेगुरु दे दरों आए ने भूम ते उपे के फिर भूम में मिले हैं, कि धरती तो पैदा हुंदे ने और बेड़े दे जिहड़ा हाकमां नूं जिहड़े और बड़े बड़े लोग जिहड़े ताकतवर उन्हां प्रथाएं गुरु साहब ने याद दहानी करवाई कि भारी पुजान के भूप भली विद न्यावत सीस न जात बिचारे, एते पै तो कहां पै भूपत अंत को नांगे ही पाए पधारे। कि बहुत बहुत माइटी किंग्स उन्हां दी किन्नी रियाया सी, किन्ने लोग उन्हां दे हुक्म दे विच बजे हुए सी, किन्ने लोग उन्हां अगे सिर नवाउंदे सी, उन्हां दी गिणती नहीं हो सकदी। पारी पुजान के भूप भली विद न्यावत सीस न जात बिचारे, इत्ते पै तो कहां पै भूपत अंत को नांगे ही पाए पधारे। इन्हें किथे गए अखीर नंगे पैर इस दुनिया तो चले गए। गुरु कलगीधर पातशाह रहमत करन अपने पंथ दे सिर ते, सानू सब नूं भी इह उस रस्ते ते जो सच हक इंसाफ दा रस्ता जो उन्होंने अपना सरबंस कुर्बान करके उस रस्ते ते चलन दी जाच सानू सिखाई, असी साबित कदमां नाल तुर सकीए। बिल्कुल डॉक्टर साहब तुहाड़ा बहुत बहुत शुक्रिया। सो थले ने ब्रेक और ब्रेक ते जाण तों पहलां असीं पंदर्शकां ते स्रोतियां नूं अपील ते बेनती कर दईए। व्यूअर्स, जिस तरह कि तुसीं जाणदे हो कि टीवी 84 हक सच इंसाफ जिहड़ी आवाज़ है बुलंद कर रहा है, इह आवाज़ तुहाडे प्यार सदका तुहाडे विश्वास सदका तुहाडे डोनेशन सदका ही हो सकदी है। सो असीं चाहवांगे कि तुसीं टीवी 84 दी चढ़दी कला लई वध तों वध डोनेट करो। डोनेट करन लई साडी वैबसाइट tv84.tv ते जा के पेपल दी वरतों करके वन टाइम डोनेट कर सकदे हो, मंथली डोनेट भी कर सकदे हो। ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਇਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ 5166619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ, ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਇਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਇਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰੱਸਟ, 701 North Post Oak Road, ਸੁਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ,
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ, 58 ਟ੍ਰਾਇਐਂਗਲ ਡਰਾਈਵ, ਵੇਅਰਸਕੇਵ, ਵਰਜੀਨੀਆ 24486। दर्शकों, ब्रेक तो बाद थोड़ा सब का भरपूर स्वागत है। सो व्यूअर्स, गलबात करन जा रहे हैं कि ब्राह्मणवादियां हिंदू तवियां वल्लों अक्सर यह प्रचारिया जाता है कि गुरु साहब जी ने खालसा पंथ हिंदू धर्म की राखी लिए साजिया सी, जदों के हकीकत यह है कि सिख धर्म इंसानी कदरां कीमतां नूं स्थापित करन अते समुची इंसानियत नूं प्यार करन दा सुनेहा दिंदा है। सो खालसा पंथ ब्राह्मणवादी विचारधारा नूं मुड्डू सुड्डू रद्द करता है। सो इस बारे आपां गलबात करन जा रहे हैं। सो असीं चाहांगे कि तुसीं इसे तरह बने रहना, देखण सुन लिया लिखण लई तुहाडा सब दा बहुत बहुत धन्नवाद जी। डाक्टर साहब, की विचार ने? देखो, जिहड़ा बेशक यह कोई नवां नैरेटिव नहीं है, जिहड़ा RSS ने हुण 2014 जदों इह पावर च आए और लास्ट असीं उसका रूप देखिया जदों साहिबजादियां दी शहादत नूं वीर बाल दिवस के रूप दे विच सैलीब्रेट करन दा एक नवां हिंदू तवी जिहड़ा है वह षडयंत्र एक साजिश रची गई जे। और मोदी ने जिवें अपनी प्रेजेंटेशन दे विच खालसे दी होंद जां साहिबजादियां दी कुरबानी जां दसवें पातशाह दे मिशन नूं वन नेशन और हिंदू गर्व दे नाल जोड़ के, और ये नैरेटिव RSS दा तां 100 साल तो लगातार तां नाल है, और लंबा वक्त जिहड़ा सनातनी विचारधारा वाले भी इस नूं ही प्रचार दे, हालां हकीकत इस दे बिल्कुल बरक्स है। और अज जिथे असी दसवें पातशाह का 357वां प्रकाश पुरब मना रहे, उत्थे सानू इस गल ते भी विचार करन दी लोड़ है कि भी जिहड़ी सब तो ज्यादा फफे कुट्टण जनानी हुंदी है, असी महल्यां दे पंजाब दे पेंडू कल्चर दी जे वोकैबलरी दी गल करिए ते ओह सब तो ज्यादा हेजली हुंदी है। और फफे कुट्ट दा मतलब भी है कि उहदे अंदर करप्ट माइंड सैट है उहदा, पर ओह हेज सब तो ज्यादा जता रही हुंदी है। और इसे तरह यह जड़ा अज इन्हां नूं RSS नूं और दूसरियां नूं सिख इतिहास गुरु साहिबान ते इन्हां दा बड़ा हीज जागया है। जे हकीकतन असी खालसा पंथ ने ता जो वैल्यू सिस्टम दिता है वो उही है जो कंटीन्यूटी है गुरु नानक साहब दी, और इन्हां दे नाल ब्राह्मणवाद जो अज दा हिंदू तवा है ब्राह्मणवाद दा एक नवां नाम है, उही कंटीन्यूटी है। और इस दे नाल तां जंग उदणी शुरू हो गई सी जिस दिन 10-11 साल दी उम्र दे गुरु नानक साहब जिन्हां नूं उन्हां दा सारा भाईचारा इकट्ठा कीता उन्हां दे बापू ने, और जनेऊ पाउण दी जिहड़ी है रसम जो कि एक हिंदू रसम है, हालां शूदर और औरत दे लई नहीं है, उन्हां नूं जनेऊ नहीं पाया जांदा, ते गुरु नानक साहब ने पंडित दा हथ फड़ लिया सी कि भी इह तां डिस्क्रिमिनेटरी है जनेऊ तेरा, इह हर इक नूं पाउण दा हक नहीं है, ईवन किनूं रेशम दा पाउणा है, किनूं सूत दा पाउणा है, किनूं ऊन दा पाउणा है, किनूं बिल्कुल नहीं पाउणा, कि इह तां और तूं जिहड़ा पाउण वाला है और तूं ना तेरे च दया है ना संतोख है ना जत है ना सत है, ये धागे का पा के मैं तेरा गुलाम नहीं बनना है। और असी दया कपा संतोख सूत जत गंडी सत वट ये जनेऊ जी का है ही ता पांडे कत कृपा के भाई की है। और ये इथों ही ब्राह्मणवाद की विचारधारा दे नाल सीधी सीधी लड़ाई जिहड़ी है वह शुरू हो जाती है। फिर असी इसकी दूसरी कलमीनेशन देखते हैं जदों गुरु साहब अपने विआह दे लई बरात दे नाल बटाला शहर आउंदे ने गुरद्वारा कंध साहब जिथे सुभायमान है, और उत्थे हुण जाहिर है कि अग दे नाल फेरियां दी लाइन है, और उन्हां दे सहुरे भी ते इधरों भी जो भी परोत नाल होएगा, गुरु साहब ने कहा भाई मैं तां इक ओंकार नाल विआह होया इक रब दे नाल उहदे नाल ही लावां होणियां ने। और इह साजिश रची गई कि भाई नारे बांस ना वजे बंसरी भी, इह तां ब्राह्मणवाद नूं लग्गा कि भई इह तां चैलेंज है, तां बुद्ध तों बाद आ गया चैलेंज करन। और यही गल जदों अलामा इकबाल इस सारे नूं
ਇੱਕ ਨਜ਼ਮ ਦੇ ਅੰਦਰ ਬੰਨ੍ਹ ਦਿੰਦੇ ਨੇ ਨਾਨਕ ਨਜ਼ਮ ਜੋ ਬਾਂਗੇ ਦਰਾ ਚ ਉਹਨਾਂ ਨੇ ਕਹੀ ਤੇ ਉਹਨਾਂ ਨੇ ਬੁੱਧ ਦੀ ਗੱਲ ਕੀਤੀ ਕਿ ਭਾਈ ਬੁੱਧ ਨੇ ਕਿਵੇਂ ਜਿਹੜਾ ਆਪਣਾ ਮੈਸੇਜ ਦਿੱਤਾ ਲੇਕਿਨ ਜਿਹੜੀ ਹੈ ਉਹ ਬਾਰਿਸ਼ ਰਹਿਮਤ ਹੋਈ ਲੇਕਿਨ ਜ਼ਮੀਂ ਕਾਬਿਲ ਨਾ ਸੀ ਬ੍ਰਾਹਮਣ ਨੇ ਉਸਨੂੰ ਖੁਸ਼ਕ ਬਣਾਇਆ ਹੋਇਆ ਸੀ ਪੈਰ ਲੱਗਣ ਨਹੀਂ ਦਿੱਤੇ ਜੇ ਲੱਗੇ ਵੀ ਤਾਂ ਫਿਰ ਉਖਾੜਤੇ ਬੁੱਧ ਧਰਮ ਦਾ ਕਿਵੇਂ ਖਾਤਮਾ ਕੀਤਾ ਤੇ ਜਦੋਂ ਇਹ ਕਹਿੰਦੇ ਨੇ ਕਿ ਬੁੱਤ ਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੋਸ਼ਨ ਹੁਆ ਨੂਰੇ ਅਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ ਗੁਰੂ ਨਾਨਕ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਹੁਣ ਉਹ ਮਰਦ ਕਾਮਿਲ ਉਸ ਕੰਧ ਸਾਹਿਬ ਦੇ ਮੁਕਾਮ ਤੇ ਜਿੱਥੇ ਸਾਜਿਸ਼ ਰਚੀ ਜਾਂਦੀ ਹੈ ਕਿ ਭਾਈ ਇਹਨਾਂ ਨੂੰ ਉਸ ਕੰਧ ਦੇ ਥੱਲੇ ਬਿਠਾਓ ਔਰ ਬਾਅਦ ਦੇ ਵਿੱਚ ਕੰਧ ਨੂੰ ਧੱਕਾ ਦੇ ਕੇ ਉਹਨਾਂ ਨੂੰ ਉਹਦੇ 'ਚ ਹੀ ਮਾਰ ਦਿਓ ਉਹਦੇ ਥੱਲੇ ਔਰ ਇਹ ਜਦੋਂ ਤੱਕ ਸਾਜਿਸ਼ ਉਹਨਾਂ ਦੀ ਬੇਨਕਾਬ ਵੀ ਹੋ ਜਾਂਦੀ ਹੈ ਪਰ ਅੱਜ ਵੀ ਗੁਰਦੁਆਰਾ ਕੰਧ ਸਾਹਿਬ ਜਿੱਥੇ ਉਸ ਕੰਧ ਨੂੰ ਹੁਣ ਤਾਂ ਸ਼ੀਸ਼ੇ 'ਚ ਫਰੇਮ ਕਰਕੇ ਰੱਖਿਆ ਹੋਇਆ ਇਹ ਯਾਦ ਦਹਾਨੀ ਕਰਵਾਉਂਦੀ ਇਕੱਲੀ ਇਹ ਮਿਰੈਕਲ ਨਹੀਂ ਹੈ ਕਿ ਜੀ ਕੰਧ ਅੱਜ ਵੀ ਕਾਇਮ ਹੈ ਮਿਰੈਕਲ ਇਹ ਹੈ ਕਿ ਜਿਸ ਬ੍ਰਾਹਮਣ ਨੇ 550 ਸਾਲ ਪਹਿਲਾਂ ਇਹ ਸੋਚਿਆ ਸੀ ਕਿ ਇਹ ਜਿਹੜਾ ਥੋਟ ਬ੍ਰਾਹਮਣਵਾਦ ਨੂੰ ਚੈਲੰਜ ਕਰਦਾ ਹੈ ਇਹਨੂੰ ਮੁਕਾ ਦੇਈਏ ਉਹ ਥੋਟ ਤਾਂ ਅੱਜ ਦੁਨੀਆਂ ਦੇ 150 ਮੁਲਕਾਂ ਦੇ ਵਿੱਚ ਹੈ ਗੁਰੂ ਨਾਨਕ ਦੀ ਜਿਹੜੀ ਹੈ ਉਹ ਆਵਾਜ਼ ਗੁਰੂ ਨਾਨਕ ਦੀ ਉਮਤ ਕੁੱਲ ਦੁਨੀਆਂ ਭਰ ਦੇ ਅੰਦਰ ਉਹ 20 ਰੁਪਈਏ ਦੇ ਸੱਚਾ ਕੀਤੇ ਸੱਚੇ ਸੌਦੇ ਨੂੰ ਵੀ ਅੱਗੇ ਤੋਰ ਰਹੀ ਹੈ ਉਹ ਜ਼ਾਲਮਾਂ ਨੂੰ ਵੰਗਾਰਨ ਦਾ ਕੰਮ ਵੀ ਕਰਦੀ ਹੈ ਉਹ ਇਨਸਾਨੀਅਤ ਦੇ ਪਿਆਰ ਦੇ ਵਿੱਚ ਬਾਹਾਂ ਉਲਾਰ ਕੇ ਹਰ ਇੱਕ ਨੂੰ ਆਪਣੇ ਗੜ ਨਾਲ ਲਾ ਰਹੀ ਹੈ ਸੋ ਇਹੀ ਜਦੋਂ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਦੀ ਆਪਣੀ ਨਜ਼ਮ ਦੇ ਵਿੱਚ ਇਹ ਗੱਲ ਕਹੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ ਅਤੇ ਉਸ ਬੜੇ ਰੋਸ਼ਨ ਦਿਮਾਗ ਇੰਟੈਲੈਕਚੁਅਲ ਨੂੰ ਸ਼ਾਇਰ ਨੂੰ ਲਿਟਰਰੀ ਫਿਗਰ ਨੂੰ ਇਸ ਗੱਲ ਦੀ ਸਮਝ ਸੀ ਕਿ ਇਹ ਜੂਨ 84 ਦੇ ਹਫ਼ਤੇ ਟੈਂਕਾਂ ਤੋਪਾਂ ਨਾਲ ਹਮਲਾ ਇਹ 5 ਸਦੀਆਂ ਦਾ ਵੈਰ ਹੈ ਔਰ ਫਿਰ ਅਸੀਂ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਜਿਸ ਜਿਹੜੇ ਪਾਤਸ਼ਾਹ ਖਾਲਸਾ ਪੰਥ ਪ੍ਰਗਟ ਕਰਦੇ ਨੇ ਉਹ 14 ਲੜਾਈਆਂ 'ਚੋਂ 11 ਤਾਂ ਉਹਨਾਂ 22 ਧਾਰ ਦੇ ਬੁੱਤਪ੍ਰਸਤ ਪਹਾੜੀ ਰਾਜਿਆਂ ਦੇ ਖਿਲਾਫ ਨੇ ਔਰ ਇਸ ਗੱਲ ਦਾ ਰਹੇ ਕਿਉਂਕਿ ਬਹੁਤ ਵਾਰ ਜ਼ਫਰਨਾਮੇ ਦਾ ਜ਼ਿਕਰ ਹੁੰਦਾ ਹੈ ਜਿਸ ਦੇ 113 ਜਾਂ 121 ਸ਼ੇਅਰ ਪਰ ਇੱਕ ਰਚਨਾ ਜਿਹਦੇ ਬਾਰੇ ਹੁਣ ਕੁਛ ਉਹਦੇ ਨੁਸਖੇ ਅਵੇਲੇਬਲ ਨੇ ਔਰ ਕੁਛ ਉਹਦੇ 'ਤੇ ਰੀਸਰਚ ਵੀ ਚੱਲ ਰਹੀ ਹੈ ਹਾਲਾਂਕਿ ਸਰਦਾਰ ਕਪੂਰ ਸਿੰਘ ਉਹਨਾਂ ਨੇ ਇਹਦਾ ਹਵਾਲਾ ਦਿੱਤਾ ਸੀ ਕਿ ਜਿਹਦੇ 'ਚ 10ਵੇਂ ਪਾਤਸ਼ਾਹ ਨੇ ਇੱਕ ਤਾਂ ਜ਼ਫਰਨਾਮੇ ਦਾ ਸ਼ੇਅਰ ਹੈ ਹੀ ਹੈ ਜਿਹਦੇ 'ਚ ਔਰੰਗਜ਼ੇਬ ਨੂੰ ਉਹਨਾਂ ਨੇ ਕਿਹਾ ਕਿ ਤੂੰ ਵੀ ਬੁੱਤੋ ਸ਼ਿਕੰਨ ਮੈਂ ਵੀ ਬੁੱਤੋ ਸ਼ਿਕੰਨ ਬੁੱਤ ਤੋੜਨ ਵਾਲਾ ਪਰ ਤੂੰ ਬੁੱਤ ਪ੍ਰਸਤ ਇਹਨਾਂ ਹਿੰਦੂ ਰਾਜਿਆਂ ਦੇ ਪਿੱਛੇ ਲੱਗ ਕੇ ਅਨੰਦਪੁਰ 'ਤੇ ਹਮਲਾ ਕੀਤਾ ਪਰ ਉਸ ਫਤਿਹਨਾਮਾ ਦਾ ਇੱਕ ਸ਼ੇਅਰ ਜਿਹਦੇ 'ਚ ਗੁਰੂ ਸਾਹਿਬ ਨੇ ਕਿਹਾ ਹਿਆ ਅਜ ਬ੍ਰਾਹਮਣ ਪ੍ਰਸਤੀ ਕੁਨੰਦ ਕਿ ਈ 4 ਫਰਜ਼ੰਦ ਮਨ ਕੁਸ਼ਤਾ ਅੰਧ ਕਿ ਬ੍ਰਾਹਮਣ ਦੀ ਪੂਜਾ ਕਰਨ ਨੂੰ ਸ਼ਰਮ ਕਰੋ ਕਿਉਂਕਿ ਇਹਨਾਂ ਨੇ ਤਾਂ ਸਾਡੇ 4 ਪੁੱਤਰ ਮਰਵਾ ਦਿੱਤੇ ਹਿਆ ਕਰੋ ਸ਼ਰਮ ਕਰੋ ਹਿਆ ਅਜ ਬ੍ਰਾਹਮਣ ਪ੍ਰਸਤੀ ਕੁਨੰਦ ਸ਼ਰਮ ਕਰੋ ਇਹਨਾਂ ਦੇ ਬ੍ਰਾਹਮਣਾਂ ਦੀ ਪੂਜਾ ਜਾਂ ਇਹਨਾਂ ਨੂੰ ਤੁਸੀਂ ਸਤਿਕਾਰ ਦੇਣ 'ਤੇ ਲੱਗੋ ਕਿ ਈ 4 ਫਰਜ਼ੰਦ ਮਨ ਕੁਸ਼ਤਾ ਅੰਧ ਕਿ ਇਹ ਜ਼ਿੰਮੇਵਾਰ ਨੇ ਕਿਉਂਕਿ ਉਹ ਚੰਦੂ ਦਾ ਕਰੈਕਟਰ ਹੋਏ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੇਲੇ ਇੱਥੇ ਸੁੱਚਾਨੰਦ ਦਾ ਹੋਏ ਗੰਗੂ ਦਾ ਹੋਏ ਔਰ ਨਾਲ ਦੀ ਨਾਲ 141ਵਾਂ ਸ਼ੇਅਰ ਜਿਹੜਾ ਉਹਦਾ ਕੋਟ ਕੀਤਾ ਜਾਂਦਾ ਹੈ ਮਕੁਨ ਹਰਚੇ ਗੋਇੰਦ ਕ੍ਰਿਆ ਕਰਮ ਸਦਾ ਮੀਦ ਹੰਦ ਸਿੰਘ ਮਾਰਾ ਖਸਮ ਕਿ ਬ੍ਰਾਹਮਣ ਜੋ ਕ੍ਰਿਆ ਕਰਮ ਦੱਸਦਾ ਉਹ ਨਾ ਕਰੋ ਇਹ ਸਾਡੇ ਸਿੰਘਾਂ ਨੂੰ ਸਦਾ ਬਿਪਤਾ ਪਾਉਂਦੇ ਨੇ ਮਕੁਨ ਹਰਚੇ ਗੋਇੰਦ ਕ੍ਰਿਆ ਕਰਮ ਕਿ ਮਤ ਉਹ ਕਰਮ ਕਰੋ ਜੋ ਬ੍ਰਾਹਮਣ ਕਹਿੰਦਾ ਸਦਾ ਮੀਦ ਹੰਦ ਸਿੰਘ ਹੈ ਮਾਰਾ ਖਸਮ ਇਹ ਸਾਡੇ ਸਿੰਘਾਂ ਨੂੰ ਬਿਪਤਾ 'ਚ ਪਾਉਣ ਦਾ ਕੰਮ ਕਰਦੇ ਨੇ ਔਰ ਇਸ ਤੋਂ ਵੀ ਜੇ ਸਪਸ਼ਟ ਫਰਮਾਨ ਅਸੀਂ ਦੇਖਣੇ ਤਾਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਬੋਲ ਨੇ ਕਿ ਭਾਈ ਮੈਂ ਖਾਲਸੇ ਦੇ ਵਿੱਚ ਹੈ ਖਾਲਸਾ ਮੇਰਾ ਰੂਪ ਹੈ ਔਰ ਖਾਲਸਾ ਜਿਹੜਾ ਹੈ ਇਹਨਾਂ ਤੋਂ ਬਚੇ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਉਦੋਂ ਤੱਕ ਜਦੋਂ ਖਾਲਸੇ ਦਾ ਨਿਆਰਾਪਨ ਕਾਇਮ ਹੈ ਮੇਰਾ ਤੇਜ ਮੇਰੀ ਤਾਕਤ ਮੇਰਾ ਐਂਡਿਓਰ ਮੇਰਾ ਔ ਮੇਰਾ ਸਭ ਕੁਛ ਖਾਲਸੇ ਦਾ
ਸਾਰਾ ਤੇਜ ਪ੍ਰਤਾਪ ਖਾਲਸੇ ਦਾ ਜਬ ਇਹ ਗਏ ਬਿਪਰਨ ਕੀ ਰੀਤ ਹੁਣ ਬਿਪਰ ਬੱਬੇ ਦੇ ਨਾਲ ਹੈ ਔਰ ਉਹਦੇ ਲਈ ਕਿੰਨੇ ਲਫ਼ਜ਼ ਅਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਅਸੀਂ ਦੇਖਦੇ ਹਾਂ ਬਿਪਰ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ ਉਹ ਬਿਪਰ ਬ੍ਰਾਹਮਣ ਸੁਦਾਮਾ ਸੋ ਜਬ ਇਹ ਗਏ ਬਿਪਰਨ ਕੀ ਰੀਤ ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਸਿੱਖੀ ਨੂੰ ਕਾਜ਼ੀ ਤੋਂ ਖਤਰਾ ਹੈ ਉਹਨਾਂ ਨੂੰ ਰਿਬਾਈ ਤੋਂ ਖਤਰਾ ਹੈ ਉਹਨਾਂ ਨੂੰ ਪ੍ਰੀਸ ਤੋਂ ਖਤਰਾ ਹੈ ਉਹਨਾਂ ਨੂੰ ਬੁੱਧਿਸਟ ਮੰਕ ਤੋਂ ਖਤਰਾ ਹੈ ਉਹਨਾਂ ਨੂੰ ਕਿਸੇ ਬਿਪਰ ਤੋਂ ਖਤਰਾ ਹੈ ਕਿ ਜੇ ਅਲਟੀਮੇਟਲੀ ਸਿੱਖੀ ਨੂੰ ਹੜੱਪੇਗਾ ਜਿਵੇਂ ਬੁੱਧ ਦੇ ਥੋਟ ਨੂੰ ਹੜੱਪ ਕੇ ਬੁੱਧ ਧਰਮ ਦਾ ਖਾਤਮਾ ਜਬ ਇਹ ਗਏ ਬਿਪਰਨ ਕੀ ਰੀਤ ਕਿ ਜਦੋਂ ਬਿਪਰ ਦੇ ਰਸਤੇ ਤੇ ਸਿੱਖ ਤੁਰਿਆ ਬ੍ਰਾਹਮਣ ਦੇ ਰਸਤੇ ਤੇ ਮੈਂ ਨਾ ਕਰੋ ਇਨਕੀ ਪ੍ਰਤੀਤ ਮੇਰੀ ਇਸ ਵੱਲ ਖਾਲਸੇ ਵੱਲ ਪਿੱਠ ਹੋਏਗੀ ਔਰ ਅੱਜ ਤੱਕ ਵੀ ਜੇ ਅਸੀਂ ਇਹਨਾਂ ਦੀਆਂ ਦੁਸ਼ਮਣੀਆਂ ਦਾ ਇਤਿਹਾਸ ਦੇਖੀਏ ਔਰ ਇਹ ਤਾਂ 1947 ਤੋਂ ਹੀ ਜੇ ਦੇਖ ਲਈਏ 75 ਸਾਲਾਂ 'ਚ ਔਰ 38 ਸਾਲ ਪਹਿਲਾਂ ਜੋ ਕੁਛ ਜੂਨ 84 ਦੇ ਪਹਿਲੇ ਹਫ਼ਤੇ ਇਹਨਾਂ ਤਾਕਤਾਂ ਨੇ ਕੀਤਾ ਟੋਟਲ ਵਾਰ ਜੋ ਕੁਛ ਨਵੰਬਰ 84 'ਚ ਦਿੱਲੀ ਤੋਂ ਲੈ ਕੇ ਭਾਰਤ ਦੀਆਂ ਸ਼ਹਿਰਾਂ ਦੀਆਂ ਗਲੀਆਂ ਕੂਚਿਆਂ ਚੁਰਾਹਿਆਂ ਰੇਲਵੇ ਸਟੇਸ਼ਨਾਂ ਬੱਸ ਅੱਡਿਆਂ ਟੈਂਪੂਆਂ ਟੈਕਸੀਆਂ 'ਚੋਂ ਕੱਢ ਕੱਢ ਕੇ ਜਿਵੇਂ ਦਰਿੰਦਗੀ ਦੇ ਜਿਹੜੇ ਤੌਰ ਤਰੀਕੇ ਇਸਤੇਮਾਲ ਕਰਕੇ ਗਲਾਂ 'ਚ ਟਾਇਰ ਪਾ ਕੇ ਜਿਉਂਦੇ ਸਾੜਿਆ ਹੁਣ ਉਹ ਬ੍ਰਾਹਮਣਵਾਦੀ ਅੱਜ ਹਿੰਦੂ ਤਵੀ ਬਣ ਕੇ ਉਹ ਫੱਫੇ ਕੁੱਟਣੀ ਜਨਾਨੀ ਵਾਂਗੂ ਹੇਜ ਕਰਨ ਕਿ ਜੀ ਨਹੀਂ ਨਹੀਂ ਅਸੀਂ ਤਾਂ ਦੇਖੋ ਇਹ ਸਿੱਖੀ ਸਾਡੀ ਇਹਨਾਂ ਹੀ ਇਹ ਸਾਡੇ ਔਰ ਪਹਿਲਾਂ ਵੀ ਇਹੀ ਕੁਛ ਜਿਹੜਾ ਉਹ ਹੇਜ ਕਰਦੇ ਰਹੇ ਕਿ ਇਹ ਤੋਂ ਹਮਾਰੀ ਖੜਗਧਾਰੀ ਭੁਜਾ ਹੈ ਵੀ ਖੜਗ ਤਲਵਾਰ ਨੂੰ ਕਹਿੰਦੇ ਨੇ ਜੀ ਅਸੀਂ ਹਿੰਦੂ ਬੋਡੀ ਦਾ ਹਿੱਸਾ ਨੇ ਔਰ ਇਹਨਾਂ ਦੇ ਹੱਥ ਦੇ ਵਿੱਚ ਖੜਗ ਹੈ ਇਹ ਤੋਂ ਬੜੇ ਭਾਈ ਹੈ ਔਰ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਵਰਤਿਆ ਵਕਤਨ ਬਾ ਵਕਤਨ ਸਾਡੇ ਵਿਚਲੀ ਔਰ ਅਸੀਂ ਕਿਉਂਕਿ ਗੁਰੂ ਤੋਂ ਅਕਾਲ ਪੁਰਖ ਤੋਂ ਜਦੋਂ ਮੰਗਦੇ ਹਾਂ ਭਰੋਸਾ ਦਾਨ ਵਸਾਹ ਦਾਨ ਵਸਾਹ ਟਰੱਸਟ ਨੂੰ ਕਹਿੰਦੇ ਨੇ ਭਰੋਸਾ ਸੈਲਫ ਕੋਨਫੀਡੈਂਸ ਤੇ ਉਹ ਵਸਾਹ ਕੇ ਜਿਵੇਂ ਉਹ ਮੱਝ 'ਚ ਕਹਿਣਗੇ ਵਸਾਹ ਕੇ ਮਾਰਿਆ ਅਸੀਂ ਇਹਨਾਂ ਦੇ ਉਸ ਵਸਾਹ ਦੇ ਵਿੱਚ ਹੀ ਫਸੇ ਰਹੇ ਔਰ ਨਤੀਜੇ ਦੇ ਤੌਰ 'ਤੇ ਇਹਨਾਂ ਦਾ ਰੋਲ ਸਿੱਖ ਰਾਜ ਦੇ ਵੇਲੇ ਸਿੱਖ ਰਾਜ ਜਾਣ 'ਚ ਜਦੋਂ ਅੱਜ ਸਾਡੀ ਲੋਕ ਬੋਲੀ ਦੇ ਵਿੱਚ ਡੋਗਰਾ ਲਫ਼ਜ਼ ਗੱਦਾਰ ਦਾ ਹੀ ਸੂਚਕ ਬਣ ਗਿਆ ਹਾਲਾਂਕਿ ਬੀਬੀ ਮੈਨੂੰ ਇੱਕ ਵਾਰੀ ਮੈਰੀਲੈਂਡ ਗੁਰਦੁਆਰਾ ਸਾਹਿਬ ਮਿਲੀ ਕਹਿੰਦੇ ਜੀ ਮੇਰਾ ਤਾਂ ਲਾਸਟ ਨੇਮ ਡੋਗਰਾ ਹੈ ਅਤੇ ਮੈਂ ਫਲਾਣਾ ਅਤੇ ਤੁਸੀਂ ਅੱਜ ਇਹ ਕਿਹਾ ਕਿ ਬਈ ਮੈਂ ਉਹ ਸੁਣਾਇਆ ਮੈਂ ਕਿਹਾ ਵੀ ਇਹ ਵੀ ਕੌਮ ਦੇ ਵਿੱਚ ਨਾਲ ਨਾਲ ਨੇ ਵੀ ਇੱਕ ਨਹੀਂ ਦੋ ਨਹੀਂ ਚਾਰ ਡੋਗਰੇ ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ ਵੀ ਇਹ ਸਾਡੇ ਵੀ ਡੋਗਰਿਆਂ ਦਾ ਜਿਹੜਾ ਟ੍ਰੀ ਹੈ ਉਹ ਕਿਵੇਂ ਫਲਿਆ ਅਤੇ ਉਹ ਬੀਬੀ ਵਿਚਾਰੀ ਹਾਲਾਂ ਜਰਨਲਿਸਟ ਸੀ ਖੁਦ ਵੀ ਉਹ ਮੈਨੂੰ ਕਹਿੰਦੇ ਜੀ ਮੈਂ ਕਿਹਾ ਜੀ ਹੁਣ ਮੈਂ ਹਿਸਟਰੀ ਤਾਂ ਬਦਲ ਨਹੀਂ ਸਕਦਾ ਉਹ ਤੁਸੀਂ ਗੁਰੂ ਕੇ ਹੋ ਤਾਂ ਗੁਰੂ ਜਾਣਦਾ ਤੁਸੀਂ ਸਚਿਆਰੇ ਹੋ ਲੇਕਿਨ ਅਲਟੀਮੇਟਲੀ ਡੋਗਰਿਆਂ ਨੇ ਉਸ ਸਿੱਖ ਰਾਜ ਦੇ ਗਵਾਣ ਦੇ ਵਿੱਚ ਜਿਹੜਾ ਰੋਲ ਅਦਾ ਕੇ ਡੋਗਰੇ ਕੌਣ ਸੀ ਔਰ ਉਹਨਾਂ ਦੇ ਨਾਲ ਫਿਰ ਮਿਸਰ ਲਾਲ ਸਿੰਘ ਤੇਜ ਸਿੰਘ ਦੋਨੋਂ ਯੂਪੀ ਦੇ ਬ੍ਰਾਹਮਣ ਹੁਣ ਜਿਸ ਰਾਜ ਨੂੰ ਸਥਾਪਿਤ ਕਰਨ 'ਚ 100 ਸਾਲ ਲੱਗੇ ਉਹਨੂੰ ਕਿਵੇਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1839 'ਚ ਕਿਵੇਂ ਵਿਦਇਨ 5-6 ਈਅਰਸ ਜਿਹੜਾ ਉਹਨੂੰ ਖਤਮ ਕਰ ਦਿੱਤਾ ਔਰ ਐਵੇਂ ਨਹੀਂ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਔਰ ਅੰਗਰੇਜ਼ ਆ ਗਏ ਅਤੇ ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਕਿਵੇਂ ਗੰਢ ਸੰਢ ਕੀਤੀ ਕਿਵੇਂ ਮਹੰਤਾਂ ਦੇ ਨਾਲ ਖਲੋਤੇ ਉਹਨਾਂ ਨੇ ਤਾਂ ਮਹੰਤ ਬਿਠਾਏ ਕਿਵੇਂ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਉਹ ਲਾਲਾ ਲਾਜਪਤ ਰਾਏ ਹੋਏ ਗਾਂਧੀ ਹੋਏ ਸਿੱਖਾਂ ਦੇ ਵਿਰੁੱਧ ਖਲੋਤੇ 47 ਦੇ ਦੌਰ ਤੱਕ ਪਹੁੰਚਦੇ ਹਾਂ ਅਸੀਂ ਉਦੋਂ ਇਹਨਾਂ ਨੂੰ ਜਿਹੜਾ ਗਧੇ ਨੂੰ ਪਿਓ ਕਹਿਣ ਵਾਲਾ ਜਿਹੜਾ ਇਹਨਾਂ ਦਾ ਫਾਰਮੂਲਾ ਉਹਦੇ ਥੱਲੇ ਫਿਰ ਸਿੱਖਾਂ ਦੇ ਪਿੱਛੇ ਲੁਕੇ ਔਰ ਸਿੱਖ ਲੀਡਰਸ਼ਿਪ ਗੁੰਮਰਾਹ ਹੋਈ ਗਾਂਧੀ ਨਹਿਰੂ ਇਹਨਾਂ ਸਾਰਿਆਂ ਦੇ ਵਾਅਦਿਆਂ ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਜਦੋਂ ਐਵੇਂ ਨਹੀਂ ਉਹਨੇ ਰੰਧਾਵਾ ਨੇ ਅਫਸਰ ਐਜ਼ਨ ਨੇ 5 ਸਦੀਆਂ ਦਾ ਵੈਰ ਕਿਉਂਕਿ ਇਸ ਸਾਰੇ ਪੀਰੀਅਡ 'ਚ ਇਹਨਾਂ ਬ੍ਰਾਹਮਣਵਾਦੀਆਂ ਦੇ ਕੋਲ ਸਿੱਧੀ ਸਿੱਧੀ ਪੋਲੀਟੀਕਲ ਪਾਵਰ ਨਹੀਂ ਸੀ ਆਈ ਉਹ 1469 ਤੋਂ ਬਾਅਦ 1947 'ਚ ਹੀ ਆਈ ਅਤੇ 2 ਮਹੀਨੇ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਦਿੱਤਾ ਔਰ 75 ਸਾਲਾਂ ਤੋਂ ਇਹਨਾਂ ਦਾ ਤੁਸੀਂ ਇੱਕ ਤੋਂ ਬਾਅਦ ਇੱਕ ਹਕੂਮਤ ਨਹਿਰੂ ਤੋਂ ਲੈ ਕੇ ਮੋਦੀ ਤੱਕ ਔਰ ਇਹ ਸਾਰੇ ਦੌਰ ਨੂੰ ਦੇਖੋ ਅਤੇ ਜੇ ਫਿਰ ਵੀ ਕੋਈ ਕਹੇ ਕਿ ਜੀ ਇਹ ਤਾਂ ਖਾਲਸਾ ਪੰਥ ਹਿੰਦੂ ਧਰਮ ਦੀ ਰਕਸ਼ਾ ਦੇ ਲਈ ਸਾਜਿਆ ਗਿਆ ਨਹੀਂ
खालसा गुरु नानक का सिख पहले दिन तो ही उसकी अप्रोच यूनिवर्सलिज्म है, वो ह्यूमैनिटेरियनिज्म च यकीन रखता है, एक नूर ते सब जग उपजा कौन भले को बंदे, इस च यकीन रखता है, बराबरी च यकीन रखता है। ब्राह्मणवाद तां डिवाइड करता है इंसान नूं इंसान तो उन्हां दा जात पाती सिस्टम, और दसवें पातशाह ने जिहड़ा खालसे दे जिम्मे काम लाया वो यही खालसा सोए जो निर्धन को पाले, खालसा सोए जो दुष्ट को गाले, खालसा प्रोटेक्टर है निर्धन दा, खालसा टायरेंट नूं पनिश करन वाला है, और खालसे दे जिम्मे काम यही है कि ऐसा सिस्टम सिरजना जिसका नक्शा जिसका थॉट गुरु अर्जन साहब ने गुरु ग्रंथ साहब च ले कीता कि भाई ये इस गल का ध्यान रहे कि अल्टीमेटली ऐसा सिस्टम जिस बारे भगत रविदास जी ने कहा सी, बेगमपुरा शहर को नाओ, दुख अंदो नहीं तै ठाओ, ना तशवीश खिराज ना माल, खौफ ना खता ना तरस जवाल, अब मोए खूब वतन गह पाई, ऊहां खैर सदा मेरे पाई। और इथे हुण हुक्म हुआ मेहरवान दा, पंजवें पातशाह ने उसे ही बेगमपुरा नूं धरती दे उत्ते उतारिया, हुण हुक्म हुआ मेहरवान दा, पै कोए न किसे रंजाण दा, सब सुखाली उठिया ए हुआ हलीमी राज जीओ। खालसा सच हक इंसाफ दा पहरेदार है, खालसा अकाल पुरख की फौज, प्रगट्यो खालसा परमात्म की मौज, खालसा किसी भी जात रंग नसल जेंडर दे वितकरे च यकीन नहीं रखता, इंसानियत च यकीन रखता है। इस धरती दे उत्ते साध समूह प्रसन्न फिरै जग, शत्र सबै अवलोक चपेंगे, ए मिशन है कि दानव देव फ्रिंद निसाचर भूत भविख भवान जपेंगे, जीव जिते जल में थल में पल ही पल में सब थाप थपेंगे, पुन प्रतापन बाढ़ जैत तुन, कि वो सिस्टम जिथे चंगियां चीजा उभरन के वो सारे दा विकास होए, पुन प्रतापन बाढ़ जाय तुन, पापन के वो पुंज खपेंगे, साध समूह प्रसन्न फिरें जग, शत्र सबै अवलोक चपेंगे। भले लोग इस धरती दे उत्ते बेखौफ होके विचर सकन, और जिहड़े टायरेंट ने उन्हां नूं पताड़ दे विच जिहड़ा तो भेज के आउणा, ये खालसे दा मिशन है, और यही इस दे उत्ते ही सानूं दृढ़ता नाल पैरा देने की लोड़ है। जी डॉक्टर साहब, थोड़ा बहुत बहुत शुक्रिया। स्वतले ने फिर एक व्यूअर से तो सना इसी तरह बने रहना, मिलते हैं छोटे जे वक्ते तो बाद। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਪਿਛਲੇ ਦਿਨੀ ਮੋਦੀ ਸਰਕਾਰ ਦੇ ਹੁਕਮਾਂ ਥੱਲੇ ਝਾਰਖੰਡ ਸਟੇਟ ਵਿੱਚ ਕੁਝ ਜੈਨ ਧਰਮ ਧਾਰਮਿਕ ਜਿਹੜੇ ਸਥਾਨਾਂ ਨੂੰ ਟੂਰਿਸਟ ਸੈਂਟਰ ਦਾ ਦਰਜਾ ਦਿੱਤਾ ਗਿਆ। ਸੋ ਇਸ ਦੇ ਖਿਲਾਫ ਸਮੁੱਚਾ ਜੈਨ ਸਮਾਜ ਸੜਕਾਂ 'ਤੇ ਉਤਰ ਆਇਆ ਕਿ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਟੂਰਿਸਟ ਸੈਂਟਰ ਬਣਾਉਣ ਦੀ ਜਿਹੜਾ ਕਦਾਚਿਤ ਆਗਿਆ ਨਹੀਂ ਦੇਵਾਂਗੇ। ਸੋ ਕੀ ਸਿੱਖ ਕੌਮ ਨੂੰ ਫਿਕਰ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਬਹੁਤ ਸਾਰੇ ਧਾਰਮਿਕ ਜਿਹੜੇ ਸਥਾਨ ਰੂਹਾਨੀ ਦਾ ਕੇਂਦਰ ਹੋਣ ਦੀ ਥਾਂ ਟੂਰਿਸਟ ਸਪੋਟ ਜਿਹੜੇ ਬਣਾ ਦਿੱਤੇ ਗਏ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਹਾਂ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
देखो असी अपने सारे वीर भैणा का शुक्रिया अदा करते हैं जो लाइव चैट से यूट्यूब फेसबुक से ने अज क्योंकि काफ़ी इंपॉर्टेंट टॉपिक्स ने इसलिए मैं बहुते एंटरटेन मैं देख लए ने पर मैं एंटरटेन नहीं कर पावांगा सब का बहुत बहुत शुक्रिया। हूँ बहुत बार जे हरिमंदर साहब दरबार साहब अमृतसर के दर्शनों इतों जाते हैं जो वापस मुड़दे ने तो मैं ये जरूर पुछदा पहला कि किन्ने साल बाद तुसी गए ते दूसरा सवाल मेरा हुंदा है कि किवें तुसी महसूस कीता और लगभग 90% जिहड़े परसेंट जिहड़े लंबे वक्त बाद गए जां जिन्हां ने 80s दे विच दीदार कीते सी जां फिर कुछ जांदे भी रहे लगभग 90% दा इही जवाब सी कि जी संगत दे रूप च हुण जे तुसी नज़र मारो ते उदे नालों ज्यादा एक टूरिस्ट स्पॉट लगता है हरिमंदर साहब कि भी आम दिनों च भी कई बार 1.5 to 2 hours लग जाते हैं अंदर जाते हैं पर जो महसूस असी अपने पहले वक्त दे विच एक रूहानियत दे केंद्र वांग करते सी अज भी जो तुसी हरिमंदर साहब के अंदर जाते हो फीलिंग हुंदी है पर अगे तुसी ज्यों ही अमृतसर की सरजमीन दे उत्ते ही जाके अपना कदम रखते सी तुहाडा ਤੁਸੀਂ ਮਿੱਟੀ ਨੂੰ ਮੱਥੇ ਨਾਲ ਲਾਉਂਦੇ ਸੀ ਔਰ ਤੁਹਾਨੂੰ ਲੱਗਦਾ ਸੀ ਕਿ ਸਾਰੀ ਫਿਜ਼ਾ ਦੇ ਵਿੱਚ ਉਹ ਰੂਹਾਨੀਅਤ ਉਹ ਗੁਰੂਆਂ ਦੀ ਬਖਸ਼ਿਸ਼ ਗੁਰੂ ਰਾਮਦਾਸ ਔਰ ਗੁਰੂ ਸਾਹਿਬਾਨ ਦੀ ਯਾਦ ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਉਹ ਤੁਹਾਨੂੰ ਇਵੇਂ ਲੱਗਦਾ ਚਾਰ ਚੁਫੇਰੇ ਔਰ ਜਿਹੜੀ ਕਰਾਊਡ ਵੀ ਔਰ ਜਿਵੇਂ ਉਹਨਾਂ ਦਾ ਬਹੁਤਿਆਂ ਦਾ ਬਿਹੇਵੀਅਰ ਹੁੰਦਾ ਕਿ ਇਹ ਇੱਕ ਟੂਰਿਸਟ ਸਪੋਟ ਬਣ ਗਿਆ ਔਰ ਇਵੇਂ ਹੀ ਹੋਰ 20 ਥਾਵਾਂ ਬਾਰੇ ਇਹ ਪ੍ਰਭਾਵ ਨੇ ਹਾਲਾਂ ਬਹੁਤ ਆਈਸੋਲੇਟਡ ਦੀਆਂ ਆਵਾਜ਼ਾਂ ਰਹੀਆਂ ਨੇ ਜਦੋਂ ਵੀ ਜਿਵੇਂ ਇਹਨਾਂ ਨੇ ਹਿਸਟਰੀ ਤਾਂ ਬਦਲੀ ਹਿਸਟੋਰੀਕਲ ਪਲੇਸਿਸ ਦੀ ਸ਼ਕਲ ਸੂਰਤ ਕਿਵੇਂ ਓਰੀਜਨਲ ਥਾਵਾਂ ਢਾ ਕੇ ਸੰਗ ਮਰਮਰ ਔਰ ਉਹ ਸਾਡੀ ਇਨਰ ਡਿਬੇਟ ਹੈ ਕਿ ਭਾਈ ਕਿਵੇਂ ਕਾਰ ਸੇਵਾ ਦੇ ਨਾਂ ਥੱਲੇ ਕਈ ਵਾਰ ਓਰੀਜਨਲ ਇਮਾਰਤਾਂ ਨੂੰ ਪ੍ਰੀਜ਼ਰਵ ਕਰਕੇ ਉਹਦੇ ਨਾਲ ਲੱਗਦਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਆਲੀਸ਼ਾਨ ਹੋਰ ਗੁਰਦੁਆਰਾ ਸਾਹਿਬ ਬਣਾ ਲਓ ਥੋੜ੍ਹੀ ਬਹੁਤ ਇਸ ਦੇ ਵਿੱਚ ਅਵੇਅਰਨੈਸ ਹੁਣ ਹੈ ਲੇਕਿਨ ਕਾਫ਼ੀ ਕੁਛ ਆਲਰੇਡੀ ਇੱਧਰਲੇ ਚੜ੍ਹਦੇ ਪੰਜਾਬ 'ਚ ਢਾ ਹੀ ਦਿੱਤਾ ਗਿਆ ਹਾਲਾਂ ਲਹਿੰਦੇ ਪੰਜਾਬ 'ਚ ਕਿਉਂਕਿ ਉੱਥੇ ਜਿਹੜਾ ਉਹ ਸਿੱਖ ਸੰਗਤਾਂ ਦਾ ਆਉਣਾ ਜਾਣਾ ਨਹੀਂ ਸੀ ਉਹ ਭਾਵੇਂ ਊਂ ਢੱਠੇ ਨੇ ਲੇਕਿਨ ਇਹ ਨਹੀਂ ਹੈ ਕਿ ਨਵੀਂ ਇਮਾਰਤ ਬਣਾਉਣ ਦੇ ਨਾਂ ਥੱਲੇ ਉਹ ਤੁਹਾਡੀ ਪੁਰਾਣੀਆਂ ਚੀਜ਼ਾਂ ਢਾ ਇਹ ਇੱਕ ਬਲੈਸਿੰਗ ਇਨ ਡਿਸਗਾਈਜ਼ ਵੀ ਹੋਈ ਹੈ ਹਾਲਾਂ ਹੁਣ ਜੇ ਉੱਥੇ ਕੁਛ ਇਸ ਕਿਸਮ ਦਾ ਹੀ ਨਵੇਂ ਨਵੀਨੀਕਰਨ ਦੇ ਨਾਂ ਥੱਲੇ ਜੇ ਇਸ ਕਿਸਮ ਦਾ ਕਰਮ ਹੋਏਗਾ ਤਾਂ ਬਹੁਤ ਵੱਡੀ ਡਿਸਸਰਵਿਸ ਹੋਏਗੀ ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕਿਸ ਕਦਰ ਜਦੋਂ ਕੋਈ ਥਾਂ ਟੂਰਿਸਟ ਸਪੋਟ ਦੇ ਤੌਰ 'ਤੇ ਹਕੂਮਤਾਂ ਵੱਲੋਂ ਪ੍ਰਮੋਟ ਕੀਤੀ ਜਾਂਦੀ ਹੈ ਫਿਰ ਉੱਥੇ ਕੀ ਹੁੰਦਾ ਆ ਪਿਛਲੇ ਦਿਨਾਂ 'ਚ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਲੱਗਦੇ ਆ ਬਦਫੈਲੀ ਕਰਨ ਵਾਲਾ ਇੱਕ ਅੱਡਾ ਸਾਹਮਣੇ ਆਇਆ ਅੰਮ੍ਰਿਤਸਰ ਸ਼ਹਿਰ 'ਚ ਜਿਹਦੇ ਲਈ ਜਦੋਂ ਧਰਮਯੁੱਧ ਮੋਰਚੇ ਤੋਂ ਵੀ ਪਹਿਲਾਂ ਜਿਹੜੀ ਇੱਕ ਮੰਗ ਸੀ ਕਿ ਭਾਈ ਜੇ ਹਰਿਦੁਆਰ ਰਿਸ਼ੀਕੇਸ਼ ਵੈਸ਼ਨੋ ਦੇਵੀ ਔਰ ਦੂਸਰੇ ਹੋਰ ਬਹੁਤ ਸਾਰੇ ਹਿੰਦੂ ਸ਼ਹਿਰ ਜਿਹੜੇ ਨੇ ਉਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਔਰ ਉੱਥੇ ਮਾਸ ਸ਼ਰਾਬ ਦੂਸਰੇ ਦੀ ਜਿਹੜੀ ਹੈ ਉਹ ਵਰਤੋਂ ਦੀ ਆਗਿਆ ਨਹੀਂ ਹੈ ਅਤੇ ਇੱਕ ਮੰਗ ਤਾਂ ਸਿੰਪਲ ਇਹ ਸੀ ਕਿ ਭਾਈ ਅੰਮ੍ਰਿਤਸਰ ਜਿਹੜਾ ਵਸਾਇਆ ਹੀ 4 centuries ਪਹਿਲਾਂ ਗੁਰੂ ਸਾਹਿਬ ਨੇ ਸਾਡਾ ਉਹ ਸਭ ਤੋਂ ਵੱਡਾ ਜਿਹੜਾ ਉਹ ਕੇਂਦਰੀ ਥਾਂ ਹੈ ਸਾਡੀ ਰੂਹਾਨੀਅਤ ਦਾ ਵੀ ਉਹਨੂੰ ਹੋਲੀ ਸਿਟੀ ਦਾ ਦਰਜਾ ਦਿੱਤਾ ਜਾਏ ਹੋਲੀ ਸਿਟੀ ਦਾ ਦਰਜੇ ਦਾ ਮਤਲਬ ਇਹ ਸੀ ਕਿ ਮਾਸ ਤਮਾਕੂ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਨੇ 4 diwari ਸ਼ਹਿਰ ਦੀ ਇਹ ਨਹੀਂ ਕਿ ਉਸ 'ਚੋਂ ਬਾਹਰ ਕੱਢੀਆਂ ਜਾਣ ਪਰ ਤੁਸੀਂ ਦੇਖੋਗੇ ਕਿ ਕਿਸ ਕਦਰ ਉਹਦਾ ਇਕੱਲਾ ਵਿਰੋਧ ਹੀ ਨਹੀਂ ਹੋਇਆ ਰਾਦਰ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਅੱਜ ਇਹ ਹਿੰਦੂ ਤਵੀ ਸਿੱਖਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਖਾਲਸਾ ਤਾਂ ਹਿੰਦੂ ਧਰਮ ਦੀ ਰਕਸ਼ਾ ਲਈ ਬਣਿਆ ਸੀ ਉਹਨਾਂ ਨੇ ਕਿਵੇਂ ਜਲੂਸ ਕੱਢੇ ਬਿਲਕੁਲ ਬੀੜੀਆਂ ਟੰਗੀਆਂ ਹੋਈਆਂ ਡਾਂਗਾਂ ਦੇ ਉੱਤੇ ਔਰ ਇਹ ਨਾਰੇ ਲਾ ਰਹੇ ਨੇ ਸਿਗਰਟ ਬੀੜੀ ਪੀਏਗੇ ਸ਼ਾਨ ਕੇ ਸਾਥ ਜੀਏਗੇ ਕੇਸ ਕੰਘਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ ਇਹ ਤਾਂ ਹੁਣ ਰੈਕਰਡ ਹੈ ਇਹ ਕੋਈ ਅਜ਼ਲਾਂ 'ਚ ਤੋਂ ਪਹਿਲਾਂ ਨਹੀਂ ਹੋਇਆ ਇਹ ਅਸੀਂ 80s ਦੇ ਵਿੱਚ ਦੇਖਦੇ ਔਰ ਉਹ ਜਿੱਥੇ ਬਾਕੀ ਸਾਰਾ ਆਨੰਦਪੁਰ ਦਾ ਮਤਾ ਰੋਲਿਆ ਦੂਜਾ ਹਾਲਾਤ ਅਜੇ ਨੇ ਕਿ ਅੰਮ੍ਰਿਤਸਰ ਸ਼ਹਿਰ ਦੇ ਜਿਵੇਂ ਅਸੀਂ ਬਦਕਾਰੀ ਦੇ ਅੱਡੇ ਵੀ ਹੋਟਲਾਂ 'ਚ ਉੱਥੇ ਕੀ ਹੁੰਦਾ ਔਰ ਤੰਬਾਕੂ ਬੀੜੀ ਦੂਜੇ ਤੀਜੇ ਕਿਸ ਹੱਦ ਤੱਕ ਆ ਕੇ ਔਰ ਇਕੱਲਾ ਇਹੀ ਨਹੀਂ ਈਵਨ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 4-5 ਐਸੇ ਮੰਦਰ ਜਿਹੜੇ ਪਹਿਲਾਂ ਐਵੇਂ ਇੱਕ ਕਮਰਾ ਜਿਹਾ ਬਣਾ ਕੇ ਕਿਸੇ ਦਾ ਘਰ ਦਾ ਹੀ ਕੋਠਾ ਲੱਗਦਾ ਹੁੰਦਾ ਸੀ ਉੱਥੇ ਟੱਲੀਆਂ ਖੜਕ ਰਹੀਆਂ ਹੁੰਦੀਆਂ ਹਨੂੰਮਾਨ ਮੰਦਰ ਸ਼ਨੀ ਮੰਦਰ ਪਤਾ ਨਹੀਂ ਕਿਹੜੇ ਕਿਹੜੇ ਮੰਦਰ ਔਰ ਜਗਰਾਤੇ ਕਰਾਉਣ ਤੱਕ ਉੱਥੇ ਜਾਂਦੇ ਨੇ ਤਾਂ ਕਿ
अंदर दी पीस डिस्टर्ब होए। हुण एक पासा तो यह है क्योंकि साडे लोकां नूं असी इन्ने क जिहड़े आ फराक दिल भी हैं और अपने आप नूं सैकुलर भी साबित करना चाहुंदे हैं और अक्सर साडे मित्र शेख साहब एक गल नूं कहिंदे सी कि साडी प्रॉब्लम इस्लाम दी इह बण गई है कि वी असीं टू क्लोज़ हो गए बहुत कट्टर लाइन दे थल्ले जिहड़ा नवे आइडिए लई थां ही नहीं रहण दित्ती ते उह कहिंदा वी तुहाडी प्रॉब्लम इह है वी तुसीं इन्ने क ओपन हो कि भी तुहानूं अपने ही आइडिया भुल जांदे ने कि भाई तुहाडियां वा तुसीं दूजिआं नूं अकोमोडेट करन च रहिंदे और मैं समझदा भी ये वर्तारा हर थां ही साडे चाहे जिहड़ा कोई बहुत ये ठीक है खुले दिल होना हर एक दा सत्कार करना पर ਤੁਸੀਂ ਆਪਣੀ ਓਰੀਜਨੈਲਿਟੀ ਆਪਣੀਆਂ ਚੀਜ਼ਾਂ ਛੱਡੀ ਜਾਓ ਤੁਸੀਂ ਅਕੋਮੋਡੇਟ ਕਰਨ ਦੇ ਨਾਂ ਥੱਲੇ ਕਿ ਜੀ ਸਾਨੂੰ ਕੱਲ ਨੂੰ ਕੋਈ ਫਿਰਕੂ ਨਾ ਕਹਿ ਦੇ ਕੁਛ ਥਾਵਾਂ ਹੁੰਦੀਆਂ ਨੇ ਜਿੱਥੇ ਤੁਹਾਨੂੰ ਆਪਣੀਆਂ ਵੈਲਿਊਜ਼ ਨੂੰ ਪ੍ਰੋਟੈਕਟ ਕਰਨਾ ਪੈਂਦਾ ਹੁਣ ਇਹ ਮੈਂ ਡਿਸਕਸ਼ਨ ਇਸ ਲਈ ਹੁਣ ਜੈਨ ਮਜ਼ਹਬ ਬਹੁਤ ਛੋਟਾ ਜਿਹਾ ਮਜ਼ਹਬ ਹੈ ਔਰ ਜਿੱਥੇ ਅਸੀਂ ਬੁੱਧ ਦੀ ਗੱਲ ਕਰਦੇ ਹਾਂ ਬੁੱਧ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ ਜੈਨ ਜਿਨ੍ਹਾਂ ਦੇ ਫਾਊਂਡਰ ਮਹਾਵੀਰ ਹੋਏ ਉਹ ਉਸ ਤੋਂ ਵੀ ਪਹਿਲਾਂ ਹੋਇਆ ਬੁੱਧ ਧਰਮ ਤੋਂ ਉਹਨਾਂ ਨੇ ਵੀ ਬ੍ਰਾਹਮਣ ਨੂੰ ਚੈਲੰਜ ਕੀਤਾ ਸੀ ਪਰ ਇਵੈਂਚੁਅਲੀ ਕਿਵੇਂ ਬੁੱਧ ਧਰਮ ਔਰ ਜੈਨ ਧਰਮ ਬ੍ਰਾਹਮਣਵਾਦ ਦੇ ਹੀ ਜਿਹੜਾ ਛਾਪੇ ਦੇ ਥੱਲੇ ਕਿਵੇਂ ਜਾ ਕੇ ਐਂਡ ਹੋਏ ਇੱਕ ਵੱਖਰਾ ਟੌਪਿਕ ਹੈ ਲੇਕਿਨ ਜੈਨ ਧਰਮ ਦੇ ਵਿੱਚ ਸਾਧਨਾ ਪੈਨੈਂਸ ਉਹਨਾਂ ਦੇ ਜੈਨ ਮੁਨੀ ਉਹਨਾਂ ਦਾ ਔਰ ਕਿਸ ਕਦਰ ਉਹਨਾਂ ਦਾ ਜੀਵਨ ਉਹ ਬਹੁਤ ਤਿਆਗ ਔਰ ਬਿਲਕੁਲ ਹਾਲਾਂ ਸਿੱਖੀ ਵੈਲਿਊਜ਼ ਉਸ ਦੇ ਨਾਲ ਐਗਰੀ ਨਹੀਂ ਕਰਦੀਆਂ ਪਰ ਬਹੁਤ ਸਾਰੇ ਜੈਨ ਮੁਨੀਆਂ ਦਾ ਜੈਨ ਸਾਧੂਆਂ ਦਾ ਜਿਹੜਾ ਜੀਵਨ ਹੈ ਉਹ ਸਾਦਗੀ ਨਾਲ ਭਰਿਆ ਹੋਇਆ ਔਰ ਸਿਰਫ ਤੇ ਸਿਰਫ ਜਿਹੜਾ ਹਾਲਾਂ ਬੁੱਧ ਧਰਮ ਔਰ ਜੈਨ ਧਰਮ ਆਲਮੋਸਟ ਸਿੱਧੇ ਤੌਰ ਦੇ ਉੱਤੇ ਉਹ ਰੱਬ ਦੀ ਹੋਂਦ 'ਚ ਵੀ ਯਕੀਨ ਨਹੀਂ ਰੱਖਦੇ ਲੇਕਿਨ ਆਪਣੇ ਅੰਦਰੋਂ ਉਸ ਸੱਚ ਨੂੰ ਜਾਣਨ ਦੇ ਥੱਲੇ ਪੈਨੈਂਸ ਜਿਹੜਾ ਤਪੱਸਿਆ ਉਹਦਾ ਰਾਹ ਚੁਣਦੇ ਨੇ ਔਰ ਉਹਨਾਂ ਦੀ ਆਬਾਦੀ ਬਹੁਤ ਥੋੜ੍ਹੀ ਆ ਹਾਲਾਂਕਿ ਮੰਦਰ ਜੈਨ ਕਿਉਂਕਿ ਇੱਕ ਸਟੇਜ 'ਤੇ ਜੈਨ ਧਰਮ ਨਾਲ ਦੇ ਲੋਕ ਕਾਫੀ ਤੁਹਾਨੂੰ ਹਰ ਵੱਡੇ ਸ਼ਹਿਰ ਦੇ ਵਿੱਚ ਵੀ ਜਿਹੜਾ ਉਹ ਮਿਲ ਜਾਏਗਾ ਜਿਹੜਾ ਜੈਨ ਮੰਦਰ ਜਾਂ ਜੈਨ ਬਾਜ਼ਾਰ ਇਹ ਬਹੁਤ ਅਮੀਰ ਨੇ ਜਿਹੜੇ ਮਾਰਵਾੜ ਰੀਜਨ ਹੈ ਰਾਜਸਥਾਨ ਔਰ ਗੁਜਰਾਤ ਔਰ ਦੂਸਰੇ ਦਾ ਉੱਥੋਂ ਦੇ ਸੇਠ ਬਹੁਤੇ ਮਾਰਵਾੜੀ ਜੈਨੀ ਨੇ ਔਰ ਈਵਨ ਰਜਨੀਸ਼ ਜਿਸ ਨੂੰ ਊਸ਼ੋ ਦੇ ਨਾਂ ਥੱਲੇ ਜਿਹਨੇ ਦੁਨੀਆਂ 'ਚ ਇੱਕ ਪ੍ਰਸਿੱਧੀ ਆ ਉਹ ਵੀ ਸੰਬੰਧ ਉਹਦਾ ਜੈਨ ਮੱਤ ਦੇ ਨਾਲ ਸੀ ਹਾਲਾਂ ਉਸਨੇ ਜਦੋਂ ਆਪਣੇ ਜੈਨਾਂ ਨੂੰ ਰਗੜਿਆ ਉਹਨੇ ਕਿਹਾ ਜੀ ਦੁਨੀਆ ਭਰ ਦਾ ਪੈਸਾ ਲੁੱਟ ਕੇ ਇਹ ਬੈਠੇ ਹੁੰਦੇ ਨੇ ਤਾਂ ਊਂ ਤਿਆਗ ਦੀ ਲਾਈਨ ਹੈ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਨੇ ਕਈਆਂ ਨੂੰ ਹੀ ਕ੍ਰਿਟੀਸਾਈਜ਼ ਕੀਤਾ ਪਰ ਇਹ ਮੈਂ ਪਾਸਿੰਗ ਰੈਫਰੈਂਸ ਕਹਿ ਰਿਹਾ ਭਾਰਤ ਦੇ ਔਰ ਸਭ ਤੋਂ ਜੇ ਭਾਰਤ ਦੀ ਕੋਈ ਅਮੀਰ ਕਮਿਊਨਿਟੀ ਹੈ ਤਾਂ ਜੈਨੀ ਨੇ ਕਿਉਂਕਿ ਮਾਰਵਾੜੀ ਨੇ ਔਰ ਇੱਕ ਅੰਦਾਜ਼ੇ ਮੁਤਾਬਕ 50,000 ਤੋਂ ਜ਼ਿਆਦਾ ਉਹਨਾਂ ਦੇ ਮੰਦਰ ਨੇ ਲੇਕਿਨ ਉਹਨਾਂ ਦੀ ਆਬਾਦੀ ਬਹੁਤ ਥੋੜ੍ਹੀ ਹੈ ਔਰ ਮੇਰੇ ਕੋਲ ਐਗਜੈਕਟ ਡਾਟਾ ਤਾਂ ਨਹੀਂ ਹੈ ਪਰ 8-10 million ਤੋਂ ਜ਼ਿਆਦਾ ਨਹੀਂ ਹੈ ਸਿੱਖਾਂ ਤੋਂ ਚੌਥਾ ਹਿੱਸਾ ਹੋਏਗੀ ਵਿਦ ਇਨ ਕੰਟਰੀ ਵੀ ਔਰ ਅੱਗੋਂ ਡਿਵਿੰਡਲ ਹੋ ਰਹੀ ਹੈ ਘੱਟ ਰਹੀ ਹੈ ਹੁਣ ਇਹਨਾਂ ਨੇ ਉਹਨਾਂ ਦੇ ਜਿਹੜੇ ਇੱਕ ਆਪਣਾ ਉਹਨਾਂ ਦਾ ਸਟਰਕਚਰ ਹੈ ਕਿ ਭਾਈ ਉਹਨਾਂ ਨੇ ਕਿੱਥੇ ਕਿੱਥੇ ਯਾਤਰਾ ਕਰਨੀ ਹੈ ਕਿਹੜੇ ਜੈਨ ਜਿਹਨਾਂ ਨੇ ਆਪਣੇ ਆਪ ਨੂੰ ਲਿਬਰੇਟ ਕੀਤਾ ਉਸ ਸਾਰੀ ਬਾਡੀ ਦੀ ਕੈਦ 'ਚੋਂ ਉਹ ਉਹਨਾਂ ਦੇ ਪਵਿੱਤਰ ਥਾਂ ਬਣ ਜਾਂਦੇ ਨੇ ਔਰ ਇਸ ਕਿਸਮ ਦਾ ਇੱਕ ਝਾਰਖੰਡ ਦੇ ਵਿੱਚ ਹੋਲੀ ਪਰਸਾਨਾਥ ਹਿੱਲ ਹੈ ਜਿੱਥੇ ਜੈਨ ਜਿਹੜੇ ਨੇ ਉਹ ਪੈਦਲ ਤੁਰ ਕੇ ਜਾਂਦੇ ਹਾਲਾਂ ਉਹ ਟ੍ਰਾਈਬਲ ਬੈਲਟ ਹੈ ਔਰ ਸੰਥਾਲ ਜਿਹੜਾ ਕਬੀਲਾ ਹੈ ਉਹਨਾਂ ਦੀ ਮੈਜੋਰਿਟੀ ਹੈ ਉਹਨਾਂ ਦੀ ਜੈਨੀਆਂ ਦੀ ਆਬਾਦੀ ਤਾਂ ਬਹੁਤ ਥੋੜ੍ਹੀ ਹੈ ਪਰ ਇਹਨਾਂ ਦੇ 22 or 28 ਇਸ ਕਿਸਮ ਦੇ ਸਥਲ ਨੇ ਪਲੇਸਿਸ ਨੇ ਜਿਹਨਾਂ ਨੂੰ ਇਹ ਬਹੁਤ ਰੈਵੀਅਰ ਕਰਦੇ ਨੇ ਪੂਜਦੇ ਨੇ ਮੋਦੀ ਗੌਰਮੈਂਟ ਨੇ 2-3 ਸਾਲ ਪਹਿਲਾਂ ਜਦੋਂ ਕਿ ਝਾਰਖੰਡ ਦੇ ਵਿੱਚ ਬੀਜੇਪੀ ਦੀ ਹਕੂਮਤ ਸੀ ਸਰਕੂਲਰ ਕੱਢਿਆ ਕਿ ਵੀ ਅਸੀਂ ਇਸ ਪਰਸਾਨਾਥ ਹਿੱਲ ਨੂੰ ਜਿਹੜਾ ਹੈ ਔਰ ਇਸ ਸਾਰੇ ਏਰੀਆ ਨੂੰ ਐਜ਼ ਏ ਟੂਰਿਸਟ ਸਪੋਟ ਡਿਵੈਲਪ ਕਰਾਂਗੇ ਔਰ ਹੋ ਗਿਆ ਆਰਡਰ ਬੀਜੇਪੀ ਨੇ ਕਰਤਾ ਹੁਣ ਬੇਸ਼ੱਕ ਹਕੂਮਤ ਉੱਥੇ ਜਿਹੜੀ ਹੈ ਉਹ ਕਾਂਗਰਸ ਦੀ ਔਰ ਸੋਰੇਨ ਕਿ ਕਿਹਨਾਂ ਦੀ ਹੈ ਮਿਕਸ ਜਿਹੜੀ ਹੈ ਕੋਲੀਸ਼ਨ ਹੈ ਔਰ ਉਹਨਾਂ ਨੇ ਫਰਦਰ ਸੈਂਟਰ ਦੇ ਉਸ ਨੂੰ ਕੀਤਾ ਕਿ ਭਾਈ ਇਹਨੂੰ ਅੱਗੋਂ ਪ੍ਰੋਸੀਡ ਕਰੋ ਔਰ ਇੱਕ ਅੱਧੀ ਪਿਕਚਰ ਉੱਥੇ ਆ ਗਈ ਕਿ ਕੋਈ ਟੂਰਿਸਟ ਨੇ ਹਾਲਾਂ ਬਾਅਦ 'ਚ ਆਇਆ ਕਿ ਉਹ ਪਿਕਚਰ ਤਾਂ ਸਾਲ ਪੁਰਾਣੀ ਹੈ ਕਿ ਉਹ ਮਾਸ ਕੁੱਕ ਕਰ ਰਹੇ ਨੇ ਜਾਂ ਦੂਜਾ ਕਰ ਔਰ ਇੰਨਾ ਜੈਨ ਸਮਾਜ ਭੜਕਿਆ ਕਿ ਬੋਂਬੇ ਤੋਂ ਲੈ ਕੇ ਭਾਰਤ ਦੁਨੀਆ ਭਰ ਦੇ ਵਿੱਚ ਲੱਖਾਂ ਜੈਨ ਜਿਹੜੇ ਨੇ ਭਾਰਤ 'ਚ ਸੜਕਾਂ 'ਤੇ ਆਏ ਟ੍ਰੈਫਿਕ ਬੰਦ ਕੀਤਾ ਦੂਜਾ ਉਹਨਾਂ ਨੇ ਕਿਹਾ ਜੀ ਇਹ ਸਾਡੇ ਜਿਹੜੇ ਪਵਿੱਤਰ ਥਾਂ ਨੇ ਇਹ ਸਾਡੇ ਲਈ ਰੂਹਾਨੀਅਤ ਦੀ ਅਗਵਾਈ ਹੈ ਮੈਡੀਟੇਸ਼ਨ ਦੀ ਸਾਡੀ ਥਾਂ ਹੈ
ਇਹ ਟੂਰਿਸਟ ਥਾਵਾਂ ਨਹੀਂ ਨੇ ਕਿ ਇੱਥੇ ਆ ਇਹ ਤੁਸੀਂ ਸਾਡੀ ਜਿਹੜੀ ਆ ਉਸ ਰੂਹਾਨੀਅਤ ਦੇ ਰਸਤੇ 'ਚ ਰੁਕਾਵਟਾਂ ਖੜੀਆਂ ਕਰ ਰਹੇ ਔਰ ਅੱਜ ਤੱਕ ਕਦੇ ਜੈਨਾਂ ਨੂੰ ਸੁਣਿਆ ਨਹੀਂ ਹੈ ਵੀ ਉਹ ਪ੍ਰੋਟੈਸਟ ਕਰਦੇ ਨੇ ਜਾਂ ਉਹਨਾਂ ਨੇ ਕਦੇ ਉਹਨਾਂ ਨੂੰ ਲੋੜ ਵੀ ਨਹੀਂ ਹੈ ਅਮੀਰ ਲੋਕ ਨੇ ਬੜੇ ਲੇਕਿਨ ਇਸ ਗੱਲ ਦੇ ਇੰਨੇ ਕੁ ਇੱਕ ਪ੍ਰੋਟੈਸਟ ਤੋਂ ਬਾਅਦ ਮੋਦੀ ਸਰਕਾਰ ਨੇ ਫੈਸਲਾ ਕੀਤਾ ਜੀ ਉਹ ਸਟੇਟ ਨੂੰ ਉਹਨੇ ਕਿਹਾ ਜੀ ਉਹ ਵਾਪਸ ਉਹਨੇ ਕਿਹਾ ਨਹੀਂ ਨਹੀਂ ਇਵੇਂ ਹੀ ਰਹੇਗਾ ਇਹ ਸਾਰਾ ਔਰ ਦੂਸਰਾ ਉਹ ਕਹਿੰਦੇ ਨੇ ਵੀ ਅਸੀਂ ਉਦੋਂ ਤੱਕ ਨਹੀਂ ਹਟ ਜਦੋਂ ਤੱਕ ਇਹ ਤੁਸੀਂ ਹਾਲਾਂ ਲੋਕਲ ਜਿਹੜਾ ਕਬੀਲਾ ਉਹ ਖਿਲਾਫ਼ ਲੋਕ ਆ ਉਹਨਾਂ ਨੇ ਕਿਹਾ ਜੀ 100 ਵੀ ਜੈਨਾਂ ਦੇ ਇੱਥੇ ਟੱਬਰ ਨਹੀਂ ਹੈਗੇ ਅਤੇ ਇਹ ਤਾਂ ਸਾਡੀਆਂ ਆਪਣੀਆਂ ਮਾਨਤਾਵਾਂ ਨੇ ਆਦਿਵਾਸੀਆਂ ਦੀਆਂ ਅਸੀਂ ਤਾਂ ਮਾਸ ਦੂਜੇ ਤੀਜੇ ਸਾਡਾ ਹਿੱਸਾ ਕਿਉਂਕਿ ਜਿੱਥੇ ਜੈਨਸ ਦੇ ਹੁੰਦੇ ਨੇ ਉਹਦੇ ਨੇੜੇ ਤੇੜੇ ਕੋਈ ਮਾਸ ਸ਼ਰਾਬ ਨਹੀਂ ਔਰ ਮੈਂ ਜਿਉਂ ਜਿਉਂ ਇਹਨਾਂ ਨੂੰ ਦੇਖਦਾ ਮੈਂ ਕਿਹਾ ਵੀ ਜਿਹੜੀ ਕੌਮ ਨੂੰ ਇਹ ਕਹਿੰਦੇ ਨੇ ਜੀ ਸਿੱਖ ਸਾਡੇ ਖੜਕਧਾਰੀ ਅਤੇ ਬੜੇ ਭਾਈ ਅਤੇ ਦੂਜਾ ਉਹਨਾਂ ਨੇ ਤਾਂ ਇੱਕ ਸਿੰਪਲ ਜਿਹੀ ਮੰਗ ਕੀਤੀ ਸੀ ਕਿ ਭਾਈ ਅੰਮ੍ਰਿਤਸਰ ਸ਼ਹਿਰ ਨੂੰ ਹੋਲੀ ਸਿਟੀ ਦਾ ਦਰਜਾ ਦੇ ਦਿਓ ਇੱਥੋਂ ਮਾਸ ਸ਼ਰਾਬ ਸਿਗਰਟ ਬਾਹਰ ਕੱਢ ਲਓ ਤਾਂ ਕਿ ਸਿੱਖਾਂ ਦਾ ਔਰ ਉਹਨੂੰ ਅਸੀਂ ਅੱਜ ਇੱਕ ਇਕੱਲਾ ਇਹੀ ਨਹੀਂ ਵੀ ਤੰਬਾਕੂ ਔਰ ਦੂਜਾ ਅੱਗੇ ਨਾਲੋਂ ਕਈ ਪ੍ਰੋਬਲਮ ਹੈ ਉਹਨੂੰ ਤਾਂ ਅਸੀਂ ਕਿਸ ਲੈਵਲ ਤੱਕ ਅੱਜ ਉਹਨੂੰ ਇੱਕ ਮੈਂ ਹੁਣ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਇਹਨਾਂ ਨੇ ਸਿਰਜ ਦਿੱਤਾ ਇਹੀ ਕੁਛ ਅਸੀਂ ਬਾਕੀ ਇਤਿਹਾਸਕ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਤਖ਼ਤ ਹਜ਼ੂਰ ਸਾਹਿਬ ਦੇ ਵੀ ਦੇਖ ਰਹੇ ਹਾਂ ਪਟਨਾ ਸਾਹਿਬ ਦੇ ਵੀ ਈਵਨ ਅਨੰਦਪੁਰ ਸਾਹਿਬ ਦੇ ਹਵਾਲੇ ਨਾਲ ਵੀ ਜੀ ਇਹ ਹੈਰੀਟੇਜ ਸੈਂਟਰ ਬਣਾ ਦਿੱਤਾ ਇਹ ਟੂਰਿਸਟ ਅਤੇ ਫਲਾਣਾ ਅਤੇ ਢਿਮਕਾ ਸੋ ਮੈਂ ਸਮਝਦਾ ਵੀ ਇੱਕ ਪਾਸੇ ਇਹ ਨੇ ਜਿਹੜੇ ਸਿੱਖਾਂ ਤੋਂ ਚੌਥਾ ਹਿੱਸਾ ਵੀ ਆਬਾਦੀ ਨੇ ਕੋਈ ਇਹਨਾਂ ਦੀ ਕੋਈ ਇਹਨਾਂ ਨੇ ਕਦੇ ਦਾਅਵਾ ਨਹੀਂ ਕੀਤਾ ਨਾ ਹੀ ਇਹਨਾਂ ਨੇ ਕਦੇ ਕੋਈ ਕੰਟਰੀਬਿਊਟ ਕੀਤਾ ਜੀ ਉਹਨਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦਵਾਈ ਕਿ ਕਿਸੇ ਹੋਰ ਤੋਂ ਦਵਾਈ ਜਾਂ ਕਿਸੇ ਹੋਰ ਨੂੰ ਕੀਤਾ ਆਪਣੇ ਪੈਸੇ ਜ਼ਰੂਰ ਇਕੱਠੇ ਕਰਦੇ ਨੇ ਪਰ ਉਹਨਾਂ ਦੀ ਇੱਕ ਆਵਾਜ਼ ਦੇ ਉੱਤੇ ਜਿਹੜਾ ਸਾਰਾ ਕੁਛ ਜਿਹੜੇ ਸਾਰੇ ਫੈਸਲੇ ਪਲਟ ਲਏ ਜਾਂਦੇ ਨੇ ਅਤੇ ਅਸੀਂ ਤਰਲੇ ਕਰਨ 'ਤੇ ਲੱਗੇ ਹੋਏ ਹਾਂ ਇੱਕ ਸਟੋਰੀ ਘੁੰਮ ਰਹੀ ਹੈ ਫਤਿਹਗੜ੍ਹ ਸਾਹਿਬ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 80% ਯੂਪੀ ਬਿਹਾਰ ਦੇ ਲੋਕ ਉਹ ਕਿਵੇਂ ਕਮੀਜ਼ਾਂ ਲਾ ਕੇ ਨੰਗੇ ਹੋ ਕੇ ਨੱਚ ਰਹੇ ਨੇ ਔਰ ਡੀਜੇ ਔਰ ਉਹਨਾਂ ਨੇ ਇੱਕ ਕੈਮਰਾ ਟੀਮ ਨੇ ਦਿਖਾਇਆ ਕਿ ਭਾਈ ਪੌੜੀਆਂ ਤੋਂ ਹੋਸਟਲ ਦੇ ਸਭ ਪਾਸੇ ਜਿਹੜੇ ਨੇ ਉਹ ਬੀੜੀਆਂ ਪੀ ਕੇ ਔਰ ਤੰਬਾਕੂ ਔਰ ਪਾਨ ਖਾ ਕੇ ਉਹ ਜਿਹੜੀਆਂ ਸਾਰੀਆਂ ਕੰਧਾਂ ਲਬੇੜੀਆਂ ਹੋਈਆਂ ਨੇ ਸੋ ਅਸੀਂ ਆਪਣੇ ਤੀਰਥ ਥਾਵਾਂ ਦਾ ਜਾਂ ਆਪਣੇ ਮੁਕਾਮਾਂ ਦਾ ਇਹ ਹਾਲ ਕਰਵਾਇਆ ਹੋਇਆ ਔਰ ਫਿਰ ਅਸੀਂ ਸਮਝਦੇ ਹਾਂ ਕਿ ਜੀ ਅਸੀਂ ਉੱਥੇ ਦੇਖੋ ਜੀ ਸਾਨੂੰ ਕਿਹੜੀ ਗੁਲਾਮੀ ਹੈ ਆਹ ਗੁਲਾਮੀ ਨਹੀਂ ਤਾਂ ਦੇਖ ਲਓ ਕਿ ਵੀ ਤੁਹਾਡਾ ਹੋਰ ਕੀ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜੇ ਬ੍ਰੇਕ ਤੋਂ ਬਾਅਦ ਯੂਕੇ ਜਨੇਵਾ ਇਟਲੀ ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ ਵੇਅਰਸਕੇਵ ਵਰਜੀਨੀਆ 24486 ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅੱਜ ਕੱਲ ਪੱਛਮੀ ਮੀਡੀਆ ਸਾਹਮਣੇ ਛੋਟੇ ਬੱਚੇ ਵਾਂਗ ਰੋਂਦਾ ਵਿਲਕਦਾ ਨਜ਼ਰ ਆਉਂਦਾ ਹੈ ਇਉਂ ਜਾਪਦਾ ਹੈ ਕਿ ਭਾਰਤ ਦੀ ਡਿਪਲੋਮੈਸੀ ਪੂਰੀ ਤਰ੍ਹਾਂ ਕਲੈਪਸ ਹੋ ਗਈ ਹੈ ਅਤੇ ਹੁਣ ਭਾਰਤ ਵੱਲੋਂ ਫਰਸਟ੍ਰੇਸ਼ਨ ਦਾ ਇਜ਼ਹਾਰ ਕੀਤਾ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਲਿਖਿਆ ਕਿ 2011 ਦੀ ਸੈਂਸਸ ਦੇ ਮੁਤਾਬਕ ਭਾਰਤ ਦੇ ਵਿੱਚ ਕੁੱਲ 4 ਮਿਲੀਅਨ 45 ਲੱਖ ਸ਼ਾਇਦ ਇਹ 4 ਮਿਲੀਅਨ ਹੀ ਹੈ ਜੀ 4 ਮਿਲੀਅਨ 4 ਲੱਖ 51,753 ਕੁੱਲ ਜੈਨ ਸੀ ਯਾਨੀ
less than 5 million 50 lakh to bhi cut so eh ta bahut choti figure hai aur ehi latest census hai 2011 di lekin je unna da eh impact hai te assi dekh rahe hai vi sanu eh kinni k jehdi saadi ki wukat samajhde ne jinna de kol delhi da takht hai aur saada ek vadda tabka jehda unna da मोदी दे गुण देखो जी उन्हें बाल दिवस बना देखो जी साहबजादियां नूं मानता दे दी जी जो मोदी कर रहे हैं जी बहुत कर रहे हैं जी ये हाल जिहड़ा हर घटना सानू याद दहानी करवांदी है कि साडा हाल उत्थे की है कल भी असीं इक कीता सी कि भी जिहड़ा डिप्लोमैट हुंदा है उस बारे ये टर्म अक्सर दोहराई जांदी है ये फ्रेज रादर कि इफ ए डिप्लोमैट सेज यस he means perhaps if he says perhaps he means no if he says no he is a no diplomat kade vi jede diplomacy ja diplomat jinna de vich khas taur te aaj kal de ambassador aur foreign minister kyunki oh diplomacy nu hi head kar reha hunda ke oh kade vi talakh zuban istemal nahi karde uchi nahi bolde और कोई भी गल विद सर्टनिटी नहीं कहते क्योंकि उन्होंने होंगे भी डिप्लोमेसी कदों तुसी बैक स्टैप लैना है या कदों खब्बियों सज्जों निकल जाना पर जदों कोई बंदा फ्रस्ट्रेट होंगे अक्या होंगे या बेबस जहा होंगे या डिफीटिस्ट होंगे उदों फिर उच्ची आवाज भी कढ़ दे उदों वो चीक भी मार दे ते कई बार वो फिर ज्यादा शिकायत भी कर दे और वो उस बच्चे वांग हो जाता है जिन्होंने असी क्राइंग बेबी कहने और जाहिर है बच्चा हसदा हो तो सारे दे चुकन जी करता है हाई बेबी करके रोंद करके जे जहाज को बच्चा रोन लग जाए सारे मुसाफर ने पिछे पिछे जो धौन घुमाई होंगी है कि हाँ मैं चुप कराओ सो ये सारे जे असी एस जयशंकर के हवाले देखिए ईएम जयशंकर बड़ा कामयाब डिप्लोमैट फॉरन सैकटरी रहा लंबा वक्त प्यो भी एम्बेसडर सी इनू भी चाइनीज मैंडरिन भी आती प्यो नू भी आती सी कोई ये चोन जित के नहीं आया उत्तों दी लियांदा राज्यसभा राही और ज्यों ही उदा फॉरन अफेयर्स का जिहड़ा करियर सी वो कंप्लीट होया तो उन्हू फॉरन मिनिस्टर के तौर के उत्ते मोदी ने पूरा ट्रस्ट जो भी ये क्वाड और ऑकस ऑकस तो चलो इंडिया बाहर कड़ता क्वाड और ये सारा जड़ा उसका मास्टरमाइंड यही है और हुण जड़ी इन्हां दी फ्रस्ट्रेशन है असी पहला भी जिक्र किया कि भाई उन्हें एक अपने इंटरव्यू पिछले दिनों कहा देखो जी ये दुनिया के किन्ने मल्टीपल स्टैंडर्ड ने पाकिस्तान एपीसेंटर है टैररिज्म का उत्थों सारा कोई वो करके नहीं वर्ल्ड चुप है और कोई उसका नहीं ये वो इधर उधर सो असी कहा सी कि भी ये दो साल जड़ी है इन्हां दी टर्म सी यूएन सिक्योरिटी कौंसल दी मैंबरशिप दी खत्म हुई 31 दिसंबर नू और उस सारे जो उन्होंने टिल लाउणा सी ला लिया उन्होंने ये इन्हां दी फ्रस्ट्रेशन जाहर करदा भी इन्हां दे दी गल कोई चली नहीं हैगी पर ये जड़ी इन्हां दा क्राइंग बेबी दी क्राई रुकण दा ना ही नहीं लै रही और अज इन्हां दे मीडिया ने दी स्टोरी भी है के ईएम जयशंकर कहंदा है आफ्टर बायकॉटिंग रशिया यूरोप क्राउडिंग अवर ट्रेडिशनल ऑयल सोर्सेस स्पीक्स टू ऑस्ट्रियन न्यूज़पेपर हूँ जयशंकर जड़ा एक ऑस्ट्रियन न्यूज़पेपर नू इंटरव्यू दे रहा है और उन्होंने ये कहा कि जी ये देखो ये यूरोप वाले की कर रहे हैं कि भाई कोई दुनिया दे विच कोई रूल बेस्ड वर्ल्ड नहीं है but when people start pressing you in the name of rules based order to give up to compromise on what are their very deep interests at that stage I am afraid it is important to contest that and if necessary to call it out he said in an interview to austrian newspaper hun austrian newspaper nu oh kehnda hai ke ji eh jada european expectations ne india to eh कि जी असी आर्म्स और ऑयल दी डिपेंडेंसी रशिया ते मुकाइए इट इज़ नॉट रीजनेबल ये रीजनेबल नहीं है फिर वो कहता है देयर हैड बीन सम रियलाइजेशन इवन बिफोर यूक्रेन कन्फ्लिक्ट व्हेन द यूरोपियन स्टार्टेड टॉकिंग अबाउट इंडो पैसिफिक स्ट्रैटेजी वो कहता जी तुसी इंडो पैसिफिक स्ट्रैटेजी सानू फसा ये फ्रस्ट्रेशन है कि तुसी फसा दिता है
it was clear to me that they no longer wanted to be just spectators on developments in other parts of the world. ਕਿ ਦੁਨੀਆ 'ਚ ਹੋਰ ਕਿੱਥੇ ਕੀ ਹੋ ਰਿਹਾ ਉਹਦੇ ਬਾਰੇ ਕੋਈ ਨਹੀਂ ਹੈ, ਹੁਣ ਇਹਨਾਂ ਦੀ ਇੱਕੋ ਥਾਂ ਦੇ ਉੱਤੇ ਹੀ ਇਹ ਜਿਹੜੀ ਆ ਉਹ ਸੂਈ ਅੜੀ ਹੋਈ ਹੈ। ਔਰ ਫਿਰ ਉਹ ਕਹਿੰਦਾ ਕਿ ਦੇਖੋ ਅਸੀਂ, ਸਾਨੂੰ ਇਹ ਕਹਿੰਦੇ ਨੇ ਵੀ ਤੁਸੀਂ ਆਇਲ ਨਾ ਲਓ ਵੈਸਟਰਨ ਯੂਰਪ ਵਾਲੇ, ਪਰ ਜਿੱਥੋਂ ਅਸੀਂ ਆਇਲ ਲੈਣੇ ਓਪਨ ਮਾਰਕੀਟ 'ਚ, ਉਹ ਯੂਰਪ ਵਾਲਿਆਂ ਨੇ ਉਹਨਾਂ ਦੇ ਭਾਅ ਇੰਨੇ ਚੁੱਕ ਦਿੱਤੇ ਨੇ ਆਇਲ ਦੇ ਕਿ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਔਰ ਉਹਦੇ ਐਗਜੈਕਟ ਲਫਜ਼ ਨੇ, ਇਫ ਯੂ ਟੇਕ ਅਵੇ ਮਾਈ ਫੂਡ ਵਟ ਆਈ ਐਮ ਗੋਇੰਗ ਟੂ ਡੂ ਸਟਾਫ, ਕਿ ਜਿਹੜਾ ਫਿਰ ਉਹ ਕਹਿੰਦਾ ਵੀ ਡੋਂਟ ਈਵਨ ਗੈਟ ਆਨਸਰਸ ਟੂ ਅਵਰ ਗਲੋਬਲ ਟੈਂਡਰਸ ਫਾਰ ਲਿਕੁਇਡ ਗੈਸ ਬਿਕੋਜ਼ ਯੂਰਪ ਪੇਜ ਟੋਪ ਪ੍ਰਾਈਸਿਸ, ਕਿ ਯੂਰਪ ਵਾਲੇ ਜਿਹੜੇ ਨੇ ਉਹ ਪ੍ਰਾਈਸ ਦੇ ਕੇ ਲਿਕੁਇਡ ਗੈਸ ਲੈ ਜਾਂਦੇ ਨੇ। ਐਜ਼ ਆਫ ਨਾਓ ਵੀ ਲੁੱਕ ਐਟ ਵੇਅਰ ਵੀ ਕੈਨ ਗੈਟ ਆਇਲ ਐਂਡ ਗੈਸ ਫਰੋਮ ਐਂਡ ਵੀ ਗੋ ਵੇਅਰ ਦੇਰ ਆਰ ਪੋਸੀਬਿਲਟੀਜ਼, ਕਿ ਅਸੀਂ ਤਾਂ ਫਿਰ ਰਸ਼ੀਆ ਕੋਲ ਹੀ ਜਾਵਾਂਗੇ ਵੀ ਤੁਸੀਂ ਜਿਹੜਾ ਉਹ ਸਾਨੂੰ ਲੈਣ ਵੀ ਨਹੀਂ ਦਿੰਦੇ ਕਿਉਂਕਿ ਕੀਮਤਾਂ ਇੰਨੀਆਂ ਤੁਸੀਂ ਚੱਕ ਦਿੱਤੀਆਂ ਨੇ। ਤੇ ਉਹ ਕਹਿੰਦਾ ਇਫ ਯੂ ਟੇਕ ਅਵੇ ਮਾਈ ਫੂਡ ਵਟ ਆਈ ਐਮ ਗੋਇੰਗ ਟੂ ਡੂ ਸਟਾਫ, ਜੇ ਤੁਸੀਂ ਮੇਰਾ ਰੋਟੀ ਚੁੱਕ ਕੇ ਲੈ ਜਾਓ ਮੈਂ ਕੀ ਕਰਾਂ, ਭੁੱਖੇ ਮਰ ਜਾ। ਫਿਰ ਉਹਨੇ ਇਹ ਕਿਹਾ ਜੀ ਅਸੀਂ ਇਹ, ਸਾਨੂੰ ਬਲੇਮ ਕੀਤਾ ਜਾਂਦਾ ਵੀ ਅਸੀਂ ਰਸ਼ੀਆ ਨੂੰ ਕੰਡੈਮ ਨਹੀਂ ਕੀਤਾ, ਪਰ ਅਸੀਂ ਜ਼ੈਪੋਰਿਜ਼ਾ ਜਾਂ ਨਿਊਕਲੀਅਰ ਪਾਵਰ ਪਲਾਂਟ ਦੀ ਜਿਹੜੀ ਸਿਚੁਏਸ਼ਨ ਸੀ ਉਸ ਨੂੰ ਡਿਲੀਊਟ ਕਰਨ ਦੇ ਲਈ ਬੜਾ ਕੁਆਈਟਲੀ ਜਿਹੜਾ ਰੋਲ ਅਦਾ ਕੀਤਾ। ਔਰ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਯੂਰਪ ਵਾਲੇ ਚਾਹੁੰਦੇ ਨੇ ਕਿ ਭਾਈ ਅਸੀਂ, ਉਹਨਾਂ ਨੇ ਆਇਲ ਪ੍ਰਾਈਸ ਕੈਪ ਲਾਇਆ, ਅਸੀਂ ਉਹਨੂੰ ਫੋਲੋ ਕਰੀਏ, ਵੀ ਵਿਲ ਨੈਵਰ ਆਟੋਮੈਟਿਕਲੀ ਸਾਈਨ ਵਟ ਅਦਰਸ ਹੈਵ ਕੁਕਡ ਅਪ, ਕਿ ਜੀ ਤੁਹਾਡਾ ਬਣਾਇਆ ਅਸੀਂ ਕਿਉਂ ਅਸੀਂ ਚੁੱਪ ਕਰਕੇ ਸਾਈਨ ਕਰੀਏ। ਦਾ ਵਰਲਡ ਆਰਡਰ ਇਜ਼ ਸਟਿਲ ਵੈਸਟਰਨ ਐਂਡ ਇਟ ਨੀਡਸ ਟੂ ਬੀ ਰਿਪਲੇਸਡ ਬਾਈ ਏ ਵਰਲਡ ਆਫ ਮਲਟੀ ਅਲਾਈਨਮੈਂਟ ਵੇਅਰ ਕੰਟਰੀਜ਼ ਵਿਲ ਚੂਜ਼ ਦੇਅਰ ਓਨ। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਸਾਨੂੰ ਜਿਹੜਾ ਤੁਸੀਂ ਬਣਾਉਂਦੇ ਹੋ, ਅਸੀਂ ਹੁਣ ਇਹਨੂੰ ਕਰਾਇੰਗ ਬੇਬੀ ਨਹੀਂ ਕਵਾਂਗੇ, ਇਹ ਹੈ ਇਹ ਫੋਰਨ ਮਿਨਿਸਟਰ ਮੁਲਕ ਦਾ ਯੂਰਪ ਦੇ ਵਿੱਚ ਆਸਟਰੀਆ 'ਚ ਬਹਿ ਕੇ ਉਹਨਾਂ ਦੇ ਨਿਊਜ਼ ਪੇਪਰ ਨੂੰ, ਪਹਿਲਾਂ ਇੰਡੀਆ ਤਾਂ ਰੋਂਦਾ ਹੀ ਸੀ, ਉਹਨੇ ਕਿਹਾ ਵੀ ਸਾਡਾ ਰੋਣਾ ਨਹੀਂ ਸੁਣਦਾ। ਹੁਣ ਜਿਵੇਂ ਨਿਆਣਾ ਰੋ ਰਿਹਾ ਹੁੰਦਾ ਨਾ, ਪਹਿਲਾਂ ਤਾਂ ਦੂਰੋਂ ਰੋਂਦਾ, ਫਿਰ ਨੇੜੇ ਜੇ ਆ ਕੇ ਮਾਂ ਦੇ ਸਾਹਮਣੇ ਹੈ ਹੈ ਕਰ ਰਿਹਾ ਹੁੰਦਾ ਕਿ ਵੀ ਉਹਨੂੰ ਲੱਗਦਾ ਵੀ ਇਹ ਮੇਰਾ ਪਰਵਾਹ ਨਹੀਂ ਕਰ ਰਹੀ। ਇਹ ਹੁਣ ਆਸਟਰੀਆ 'ਚ ਜਾ ਕੇ ਚੀਕਾਂ ਮਾਰ ਰਿਹਾ ਕਿ ਜੀ ਦੇਖੋ ਤੁਸੀਂ ਤੁਹਾਡੀਆਂ ਪੋਲਿਸੀਜ਼ ਜਿਹੜੀਆਂ ਨੇ ਉਹਨੂੰ ਅਸੀਂ ਫੋਲੋ ਕਰ ਰਹੇ ਹਾਂ, ਔਰ ਨਤੀਜਾ ਇਹ ਵੀ ਅਸੀਂ ਓਪਨ ਮਾਰਕੀਟ 'ਚ ਵੀ ਨਹੀਂ, ਆਇਲ ਕੈਪ ਤੁਸੀਂ ਆਇਲ ਕੈਪ ਲਾ ਦਿੱਤੀ, ਪ੍ਰਾਈਸ ਉਹਦੇ ਪ੍ਰਾਈਸ ਚੜ ਗਏ, ਤੁਸੀਂ ਟੋਪ ਪ੍ਰਾਈਸ ਪੇ ਕਰਕੇ ਲੈ ਰਹੇ ਹੋ ਅਤੇ ਅਸੀਂ ਹੁਣ ਕਿੱਥੇ ਜਾਈਏ, ਸਾਡੇ ਕੋਲ ਕੀ ਹੈ, ਔਰ ਤੁਸੀਂ ਆਪਣਾ ਕਰਦੇ ਹੋ, ਤੁਸੀਂ ਭੁੱਲ ਗਏ ਅਸੀਂ। ਉਹ ਜਿਹੜੀ ਸਾਰੀ ਫਰਸਟ੍ਰੇਸ਼ਨ ਹੈ ਕਿ ਇਹਨਾਂ ਨੂੰ ਨਾ ਯੂਐਨ ਸਿਕਿਉਰਿਟੀ ਕੌਂਸਲ 'ਚ ਇਹਨਾਂ ਦੀ ਕੋਈ ਚੱਲੀ, ਨਾ ਇਹਨਾਂ ਨੂੰ ਕੋਈ ਪੁੱਛਦਾ, ਅਤੇ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ, ਜਿਵੇਂ ਆਇਆ ਪੰਜਾਬੀ ਵਾਲੇ ਵੀ ਇਹਨੂੰ ਇਵੇਂ ਹੀ ਕਹਿੰਦੇ ਨੇ ਕਿ ਵੀ ਨਾ ਹੁਣ ਉਹ ਧੋਬੀ ਦਾ ਕੁੱਤਾ। ਮੈਂ ਹਾਲਾਂਕਿ ਦੇ ਕਈ ਵਾਰੀ ਹੁੰਦਾ ਕਿ ਵੀ ਪਤਾ ਨਹੀਂ ਉਹ ਕੁੱਤਾ ਪਹਿਲਾਂ ਧੋਬੀ ਦੇ ਨਾਲ ਘਾਟ 'ਤੇ ਆ ਗਿਆ ਹੋਣਾ, ਜਦੋਂ ਧੋਬੀ ਕੱਪੜੇ ਲੈ ਕੇ ਆਇਆ ਅਤੇ ਉਹ ਹੋਣਾ ਵੀ ਉੱਥੇ ਜਾ ਕੇ ਕੁਛ ਖਾਵਾਂਗਾ, ਉੱਥੇ ਵੀ ਨਹੀਂ ਮਿਲਿਆ, ਅਤੇ ਜਦੋਂ ਤੱਕ ਘਰ ਆਇਆ ਉਹ ਤਾਂ ਉੱਥੇ ਕੁਛ ਨਹੀਂ ਹੈ, ਇਵੇਂ ਬਣਿਆ ਜਾਂ ਕੋਈ ਹੋਰ ਹੈ ਇਸਦਾ ਸਿਗਨੀਫਿਕੈਂਸ। ਪਰ ਇਹ ਗੱਲ ਇਹੀ ਸ਼ੋਅ ਕਰਦਾ ਕਿ ਭਾਈ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਕਿ ਜਿਹਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਉਹ ਰੁਲੇ ਹੋਏ ਹੋ ਔਰ ਥਾਂ ਥਾਂ ਮੂੰਹ ਮਾਰਦੇ ਹੋ ਪਰ ਕਿਤੇ ਵੀ। ਹਾਂ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ, 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੀ ਸਿੱਖ ਕੌਮ ਹੈ ਉਹ ਸ਼ਹੀਦਾਂ ਦੀ ਕੌਮ ਹੈ, ਔਰ ਸਿੱਖ ਕੌਮ ਦੇ ਜਿਹੜੇ ਹੀਰੇ ਨੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਜੀ ਹੋਰਾਂ ਦਾ ਅੱਜ ਜਿਹੜਾ 6 ਜਨਵਰੀ ਨੂੰ ਸ਼ਹੀਦੀ ਦਿਨ ਹੈ। ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ
6 जनवरी की सवेर हो चुकी है। सो 6 जनवरी 1999 दिल्ली तिहाड़ जेल में इन्हों फांसी दी गई सी। सो अज आप याद कर रहे हैं और अपनी श्रद्धा के फुल भी भेट कर जा रहे हैं। सो असं चाहवांगे कि तुसां इसे तरह बने रहना, देखने सुनने लिखने तुहाडा सब का बहुत बहुत धन्यवाद। जी डॉक्टर साहब की कहना चाहोगे? जिस धज से कोई मकतल में गया वो शान सलामत रहती है, इस जां की तो कोई बात नहीं, ये जां तो आनी जानी है। अच्छा, अज साडा इस हफ्ते दा अखीरला प्रोग्राम है क्योंकि जिवें असीं पहले सैगमेंट भी दस्या है कि कल असीं फ्लाई कर रहे हैं कैनेडा लई, ब्रिटिश कोलंबिया लई, और आने वाले एतवार उत्थों दे ग्रांड ताज बैंकुट हॉल सरी बीसी दे विच एक सैमीनार है, सिक्स प्रेजेंट एंड फ्यूचर, और उहदे विच मैनूं उहनां ने एज ए कीनोट स्पीकर इनवाइट किया है। सो दो तीन दिन असीं कल तो कल शाम तो लैके अगले दिन तक सरी और उस दीआं सराउंडिंग्स ही होवांगे, और जिहड़े भी साडे TV24 दे व्यूअर्स और जाणू साडे वीर मिलना चाहुण, सो साडी अवेलेबिलिटी उत्थे बेशक कोई एड्रेस तो नहीं होना लेकिन पता लग जाएगा कि भी कितने हैं। और इसलिए असी जिवें अज 5 जनवरी 10वें पातशाह का प्रकाश पुरब नू असी याद किया है, उन्होंने जीवन नू और उन्होंने साजे खालसे दे करिश्मा नू, जिहड़े उन्होंने करिश्मे ने, उन्होंने खालसा अपने आप च एक करिश्मा है और उस करिश्मे का एक जलवा 6 जनवरी 1999 नू 34 वरे पहला भी जमाने ने देखा। वैसे उस तो पहला 31 अक्टूबर 1984 नू पूतां दे दिन हैलोवीन ऑल घोस्ट डे दे मौके भी एक जलवा दुनिया ने देखा कि किवें गुरु के सपुत्रां भाई बेअंत सिंह भाई सतवंत सिंह ने उस बड़ी खतरनाक विच भूतनी जिसने हजारां सिखां दे खून दा खप्पर भर के पीता, जून 84 दी टोटल वॉर सिखां दे खिलाफ भरपा कीती, उस नूं 31 अक्टूबर वाले दिन ही, क्योंकि उस दिन यूरोप च दिन शुरू होया सी ऑल घोस्ट डे कि भी डरा डरा के भूतां नूं जिहड़े दौड़ा दिंदे सी, इस लई वन सवन्ने उस किस्म दीआं जिहड़ियां डरौणियां शकलां और पूरे जिहड़ियां ने चड़ेलां और जिन बनाए हुंदे सी, पर सिंघां ने चुड़ैल नूं ठीक पछाणिया और ठीक मौके दे उत्ते 31 अक्टूबर दी सवेर 9 बजे दे लगभग उस नूं नरकां नूं तोरिया और स्पष्टता दे नाल दलेरी दे नाल इस गल नूं यकीनी बनाया कि किसे होर दे गोली ना लगे उहनूं ही सजा, या हालां उहदियां 4-5 नकलां वालियां औरतां उहदियां शकलां वालियां जिहड़ियां ने उह तैयार करके नाल हुंदियां सी जदों 15 अगस्त नूं वी उह गई झंडा चलाण, तो उदों भी 5-6 कारां च अड्ड अड्ड उहदियां शकलां वालियां सी, पर बेअंत सिंह सतवंत सिंह ने असली नूं ही मारिया, कोई उहदे च किसे होर दा नुकसान नहीं कीता। और बेअंत सिंह ने कहा कि भी हमने जो करना था कर लिया, तुमने जो करना है कर लो। और ये दोनों योध्यां दा कारनामा ये याद दहानी सी कि भाई सुखा सिंह भाई महताब सिंह दे वारसां दी लड़ी अजे टुटी नहीं, उन्हां दे कमांडोआं ने उन्हां दोनों नूं ही भाई बेअंत सिंह भाई सतवंत सिंह नूं अंदर लिजा के गोलियां दे नाल भुन दित्ता है, अपने वालों तां दोनों नूं ही मार दित्ता है, बेअंत सिंह मौके ते शहीद होए, सतवंत सिंह सख्त जख्मी हालत जिथे कि गोली उन्हां दी रीढ़ दी हड्डी दे विच वी सी शरीर वी, लेकिन एक करामाती तौर ते उह बचे बच गए क्योंकि उन्होंने जिथे बहादरी के कारनामे च अपनी थां बनाई और उन्होंने नाल उन्हां दी मंगेतर बीबी सुरिंदर कौर जिन्हां नूं हमेशा पंथ ने अलोकार सुहागण कह के वड्याया याद कीता, उस चैप्टर नूं भी लिखिया जाना सी। कुदरत ने जदों किसी जीवन नूं किसी जिंदगी नूं मुकम्मल मकबूलियत देनी हुंदी है तो बहुत कुछ जिहड़ा है वह उस परदे दे पिछे हो रहा हुंदा है कि भाई सतवंत सिंह दी गैरत और स्पिरिट नूं तिहाड़ जेल ने भी देखना सी, उन्हां दे जेलर जेल सुपरिटेंडेंट जिन्हां ने बाद च किताबां भी लिखियां और उन्हां दी अलोकार सुहागण सुरिंदर कौर दा वी करिश्मा कि जिथे वह मंगेतर है पर वह भाई सतवंत सिंह दी फोटो दे नाल लावां लै के जिहड़ा अलोकार सुहागण दा दर्जा पाउंदी है,
और 84 to 99 तक जदों के 6 जनवरी 1999 भाई सतवंत सिंह और भाई केर सिंह उन्होंने फांसी दी जाती है तिहाड़ जेल च ऑलरेडी उत्थे साडे धरती दे उत्ते 6 जनवरी का सूरज चढ़ चुका है और मोस्टली फांसी सवेर दे वेले ही दी जाती है 4:30-4:05 के वक्त और भाई केर सिंह जिन्हों का जुडिशियल मर्डर किया गया जुडिशियल मर्डर उस वेले दे जिहड़े जज ने यूरोप तो लैके हर पा उन्हों का इस दे उत्ते कहना सी क्योंकि ना तो इंदिरा गांधी नू मारन की साजिश च उन्हां दी हाँ उन्होंने भाई बेअंत सिंह जिहड़े उन्होंने नेड़ले रिश्तेदार सी उन्होंने ये एनकरेज जरूर किया कि भाई तू गुरु का सिख है अमृतधारी हो अमृत शक और जदों फिर अमृत भाई बेअंत सिंह ने छकिया जा रहा गैरत सुती हुई जागी उसने फैसला किया कि भाई हजारा सिखा का खून बहाने वाली इस औरत सजा याफ्ता करना चाहिए और कला यही नहीं सी हुण तां इस गल दे किन्ने सबूत ने कि 9 नवंबर 1984 गुरु नानक साहब का प्रकाश पुरब सी और सैकंड जिहड़ी प्लैनिंग इन्हां दी सी उह भारत भर के गुरद्वारियां ते हमला करके जिहड़ा सिखां दी नसलकुशी करना और उन्हूं प्रीएम्प्ट किया उन्होंने सो ज़ाहरा तौर दे उत्ते जिहड़ा भाई केर सिंह का बस इन्ना क रोल सी कि भाई बेअंत सिंह नूं अमृत छकाण दे लई प्रेरना और जिहड़ा उन्हां दे उत्ते ट्रायल करके उन्हां नूं कंस्पीरेसी जां मुड़ के मौत की सज़ा दवाई गई उहदा एक सबूत यह किया गया कि जी भाई बेअंत सिंह का सोने का कड़ा और मुंदरी जिहड़ी है वह भाई केर सिंह दे घरों मिली क्योंकि जदों अमृत छकाया जाता है इस गल नूं यकीनी बनाया जाता है कि सिर्फ लोहे का कड़ा होए कोई सोने का गहना ना होए कोई कन्न ना विन्ने होण कोई मुंदरियां मंदरियां ना होण और इसलिए जाहिर है कि बेअंत सिंह जदों अमृत छकन गए तो उन्होंने जो सोने की मुंदरी और कड़ा भाई केर सिंह दे घर रखिया क्योंकि उहदे नेड़े सी जिथे कि अमृत संचार होया सो इहनू आधार बना के उन्होंने उन्होंने मौत दी पर जिहड़े अखीरले उन्होंने जदों असीं कहिंदे आ कि भी तिहाड़ जेल चो आई आवाज़ खालिस्तान खालिस्तान वो वाकई आवाज़ रोर जिहड़ी आ तिहाड़ जेल गूंजी 6 जनवरी की सवेर नूं भी और उस तो पहलां भी भाई सतवंत सिंह दे लगभग 5 साल हालां बहुत स्ट्रिक्ट उन्होंने रख्या होया सी कैदखाने सॉलिटरी कन्फाइनमेंट पर कोई ना कोई उन्हों का जिहड़ा सुनेहा बाहर निकल आंदा सी और यही सी जिवें और बहुत खूबसूरत उन्हों का बिल्कुल यंग 20-21 साल की उम्र का सतवंत सिंह और ईवन इस तो पहला जिहड़े उन्हों के भरवानी अखाड़े से कोई हनुमान अखाड़ा क्योंकि रैसलिंग का भी शौक रखता सी उन्हां च सी वो तो कहण भी साढ़े भलवान जिवें हो ही नहीं सकते और सिखी स्वरूप भी नहीं सी पहले पाठ च तां लेकिन ये सिखी गैरत अणख जिहड़ी है जदों सतगुरु की रहमत हुंदी है फिर भाई सतवंत सिंह दे जिहड़े 5 वरे तिहाड़ जेल च बीते वो शान आन वाले सी और यही उन्हां दा सी कि मेरी गुरु चरणा च अरदास है कि भी मैनूं फिर जन्म मिले मैं फिर पंथ की सेवा च अपनी जिंदगी कुर्बान करा उदों तक जदों तक कौम दे गुलामी दे संगल कट्टे नहीं जांदे और भाई केर सिंह जिहड़े बड़े मिडल एज सी बजुर्ग और सेंटर गवर्नमेंट की नौकरी करदे सी एक इंटेलैक्चुअल उन्हां दा वक्त भी जिथे बाणी पढ़न और किताबां दा मुतालिया करन च गुजरदा सी उत्थे बेखौफ और 6 जनवरी दी सवेर नूं दुनिया ने देखिया कि वाकई जिस धज से कोई मकतल में गया कि भई किस शान नाल खालिस्तान जिंदाबाद बोले सो निहाल सत श्री अकाल दे जयकारे और इधर चुप वरती हुई सी क्योंकि पंजाब नूं आलमोस्ट सील किया गया सी खबर बाहर भी नहीं सी निकलण दित्ती गई और इन्ना यही नहीं असी अज कहने हैं कि भाई कदे संत पिंडरां वालियां तो खौफ ज्यादा सी अज उन्हां दी तस्वीर तो भी खौफ ज्यादा ने जदों भाई सतवंत सिंह केर सिंह नूं फांसी दे दित्ती गई उन्हां दा अंतम संस्कार भी उस चोरी छिपे तरीके नाल कीता गया और जिहड़ी सिख परंपरा मुताबक बहुत जिहड़े सिख ने कि जिहड़ियां ऐशिज़ ने उह कीरतपुर साहिब दे विच जल प्रवाह कीतियां जांदियां ने जिहड़ा आनंदपुर साहब के नाल वाक्य लेकिन भाई सतवंत सिंह भाई केर सिंह दी ऐशिज उन्होंने फादर या उन्होंने घरदियां नूं भी नहीं दित्तियां गईयां उन्होंने ऐशिज नूं लिजा के गंगा दे विच जिहड़ा वो जल प्रवाह किया गया इन्ना खौफ सी उन्होंने सी भी उन्होंने ऐशिज भी जे पंजाब की धरती ते आई हैं
ਤੇ ਉਹਦੇ ਚੋਂ ਇੱਕ ਰੈਬੈਲੀਅਨ ਨਿਕਲ ਹੈਗਾ ਤੇ ਮੈਂ ਅਕਸਰ ਇਹ ਕਿਹਾ ਮੈਂ ਕਿਹਾ ਜੀ ਤਿਹਾੜ ਜੇਲ੍ਹ ਤਾਂ ਸਾਡੇ ਲਈ ਇੱਕ ਤੀਰਥ ਤਾਂ ਹੈ ਹੀ ਹੈ, ਪਿਲਗ੍ਰਿਮ ਸੈਂਟਰ ਹੈ, ਉਹ ਵੀ ਅਸੀਂ ਲਿਬਰੇਟ ਕਰਵਾਉਣਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਉਹ ਵੀ ਸਾਡਾ। ਪਰ ਇਹਨਾਂ ਨੇ ਕਿਉਂਕਿ ਹੁਣ ਗੰਗਾ ਤੱਕ ਲੈ ਗਏ ਨੇ ਸਾਡੇ ਸ਼ਹੀਦਾਂ ਦੀਆਂ ਅਸਥੀਆਂ ਨੂੰ, ਉਹਨਾਂ ਦੇ ਉਹ ਰਿਮੇਨਸ ਨੂੰ, ਅਤੇ ਉੱਥੇ ਤੱਕ ਵੀ ਸਾਡਾ ਫਿਰ ਹੁਣ ਦਾਅਵਾ ਬਣ ਜਾਂਦਾ, ਕਿਉਂਕਿ ਇਹ ਜੋਗ੍ਰਾਫੀ ਹੈ, ਇਹਨਾਂ ਨੇ ਹੀ ਡਰਾ ਕੀਤਾ ਹੋਇਆ। ਔਰ ਅਸੀਂ ਜਿੱਥੇ ਉਹਨਾਂ ਦੋਨਾਂ ਹੀ ਯੋਧਿਆਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੌਮੀ ਸ਼ਹੀਦ ਐਲਾਨਿਆ ਹੋਇਆ, ਔਰ ਹਰ ਸਾਲ 6 ਜਨਵਰੀ ਨੂੰ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ ਯਾਦ ਦੇ ਵਿੱਚ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ, ਹਰ ਥਾਂ ਦੁਨੀਆਂ ਭਰ 'ਚ ਵੀ ਸਮਾਗਮ ਹੋਣਗੇ। ਔਰ ਮੈਂ ਜਿਵੇਂ ਖਬਰ ਵੀ ਹੈ ਪੰਜਾਬੀ ਅਜੀਤ ਦੀ ਕਿ ਉਹਨਾਂ ਦੀ 34ਵੀਂ ਸ਼ਹੀਦੀ ਦਿਨ ਦੇ ਮੌਕੇ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਨੂੰ ਮਨਾਇਆ ਜਾਏਗਾ ਔਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਹੜਾ ਉਹ ਆਨਰ ਕੀਤਾ ਜਾਏਗਾ। ਔਰ ਜਿਹੜੇ ਸਰਕਾਰ ਦੇ ਨਾਲ ਭਾਈਵਾਲ ਬਾਦਲ ਟੱਬਰ ਰਿਹਾ, 3 ਦਿਨ ਪਹਿਲਾਂ ਸੁਖਬੀਰ ਬਾਦਲ ਵੀ ਉਹਨਾਂ ਦੇ ਪਿੰਡ ਭਾਈ ਸ਼ਹੀਦ ਭਾਈ ਸਤਵੰਤ ਸਿੰਘ ਦੇ ਜਿਹੜਾ ਅਫਗਾਨਾ ਸ਼ਾਇਦ ਪਿੰਡ ਦਾ ਨਾਂ ਹੈ, ਨਹੀਂ ਅਫਗਾਨਾ ਨਹੀਂ ਹੈ, ਹੁਣ ਮੈਨੂੰ ਯਾਦ ਨਹੀਂ ਆ ਰਿਹਾ, ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ, ਉੱਥੇ ਉਹਨਾਂ ਦੇ ਘਰ ਵਿਜ਼ਿਟ ਕੀਤਾ ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਹੁਣ ਉਹਦੇ 'ਤੇ ਵੀ ਮੀਡੀਆ ਨੇ ਬੜਾ ਕਿ ਜੀ ਅਕਾਲੀ ਦਲ ਟਰਨਿੰਗ ਬੈਕ ਟੂ ਮਿਲੀਟੈਂਸੀ ਯੇ ਵੋ, ਕਿਉਂਕਿ ਇਹ ਬਾਦਲਾਂ ਨੂੰ ਵੀ ਸਮਝ ਆ ਗਈ, ਦੂਜਿਆਂ ਨੂੰ ਵੀ ਆ ਗਈ ਕਿ ਭਾਈ ਜਿਹੜੇ ਆਪਣੀ ਕੌਮ ਦੇ ਗਦਾਰ ਬਣਦੇ ਨੇ, ਜਿਹੜੇ ਉਹਨਾਂ ਗਦਾਰਾਂ ਨੂੰ ਵਰਤ ਰਹੇ ਹੁੰਦੇ ਨੇ, ਉਹ ਵੀ ਉਹਨਾਂ ਗਦਾਰਾਂ ਨੂੰ ਡੰਪ ਕਰਦੇ ਨੇ, ਉਹਨਾਂ ਨੂੰ ਵੀ ਹੁੰਦਾ ਵੀ ਜਿਹੜੇ ਆਪਣਿਆਂ ਦੇ ਨਹੀਂ ਬਣੇ ਇਹ ਸਾਡੇ ਕਿੰਨੇ ਕੁ ਸਕੇ ਹੋਣਗੇ। ਸੋ ਜੇ ਇਹ ਵੀ ਕੋਈ ਤਬਦੀਲੀ ਹੋਏ ਤਾਂ ਪੋਜ਼ਿਟਿਵ ਹੋਏਗਾ, ਲੇਕਿਨ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਉਹ ਆਪਣੀ ਥਾਂ ਬਣਾਈ ਹੈ, ਇਹ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਨੇ ਔਰ ਉਹਨਾਂ ਦੀ ਕੁਰਬਾਨੀ ਆਉਣ ਵਾਲੀਆਂ ਨਸਲਾਂ ਨੂੰ ਵੀ ਹਮੇਸ਼ਾ ਅਗਵਾਈ ਦਿੰਦੀ ਰਹੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਸਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ 'ਤੇ SOS@TV4TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਣਾ ਗਿਆ ਤਾਂ ਉਹ ਦੇਖਦੇ ਰਹੋ TV4। ਭੁਲਾ ਦਿਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ।